ਸੇਟਾ ਮਾਰਿਆ
ਬਾਂਬ ਦੇ ਥਾਂ ਤੇ ਮਰ ਗਿਆ। ਪਰ ਮਾਂ ਦੀ ਛਾਤੀ ਦੇ ਉੱਤੋਂ ਦੀ ਉਹ ਟਰੱਕ ਦਾ ਪਹੀਆ ਲੱਗ ਗਿਆ ਤੇ ਬੱਚੇ ਨੇ ਸੜਕ ਦੇ ਉੱਤੇ ਜਨਮ ਲੈ ਲਿਆ, ਕਿਉਂਕਿ ਮੌਤ ਕਿੱਥੇ ਹੋਏਗੀ। ਇਸੇ ਘਰ ਸੋਗ ਆਉਣਾ ਨਾ, ਉਹਨਾਂ ਜਾ ਕੇ ਕਹਿਣਾ ਕੋਈ ਲੋੜ ਹੋਵੇ ਸਾਨੂੰ ਦੱਸਿਓ, ਅਸੀਂ ਤੁਹਾਡੇ ਨਾਲ ਮੈਂ ਥੋੜਾ ਜਿਹਾ ਹਵਾਲਾ ਦੇਵਾਂਗਾ ਜਿੱਦਣ, ਕਿਉਂਕਿ ਚੰਬੇ ਦੀ ਰਾਣੀ ਉਹਦੇ ਘਰ ਵਾਲਾ ਦੀਪ ਚੰਦ ਰਾਜਾ ਮਰ ਗਿਆ। ਜਦੋਂ ਰਾਜਾ ਮਰ ਗਿਆ ਨਾ, ਤੇ ਹਰੀ ਜਿਹੜਾ ਸੀ ਹਰੀ ਚੰਦ, ਜਦੋਂ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਕਰਵਾਇਆ, ਇਹਦਾ ਪੁੱਤਰ ਸੀ ਕਿ ਦੀਪ ਬਲ ਪੁੱਛਣਾ ਉਹਨਾਂ ਪੁੱਤਰਾਂ ਦੀ ਕਿਮਾ ਵਾਹਿਗੁਰੂ ਵਾਹਿਗੁਰੂ ਹੀ ਜਾਨੀ ਨਾਨਕ ਦਾਸ ਸਦਾ ਗੁਰਬਾਨੀ ਅਰਦਾਸ ਇੱਕੋ ਅੰਕਾਰ ਵਾਹਿਗੁਰੂ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇਕ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਦੀ ਸਹਾਏ ਪਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਬਦ ਬਜਾਏ ਤੇ ਬਹਾਦਰ ਸਿਮਰਿਆ ਘਰ ਨੰਨ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਰੀ ਦੇਖ ਕੇ ਅੰਗਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮੀਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਸਰਬੱਤ ਖਾਲਸਾ ਜੀ ਕੀ ਅਰਦਾਸ ਕੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿਆਵੈ ਚਤਿਆਵੈ ਤਾਂ ਸਦਕਾ ਸਰਬ ਸੁਖ ਹੋਗਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਆਏ ਨੇਕ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸੋਹਣਾ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਦੇ ਸਿਰ ਤੇ ਮਿਹਰ ਪਰਿਆਦ ਰੱਖਣਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਕਰਨਾ ਜੀ ਕਿਰਪਾ ਕਰੋ ਇਸ ਪਾਵਨ ਪਵਿੱਤਰ ਇਲਾਕੀ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਬੋਲੇ ਵਾਹਿਗੁਰੂ ਸਤਿਗੁਰੂ ਜੀ ਟੋਟੀ ਮਤਲਬ ਪੰਜਵਾਂ ਹਰ ਬਿਸਰਤ ਸਦਾ ਕੁਆਰੀ ਤਾਂ ਕੋ ਧੁਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ
ਹਰ ਬਿਸਰਤ ਸਦਾ ਪੁਆਰੀ ਤਾਂ ਕੋ ਧੋਖਾ ਅਹਮ ਆਪੈ ਜਾਂ ਕੋ ਕੋਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਪਰਜ਼ਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਕੋ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ
ਸੋਈ ਮੈਂ ਜਾਏਗਾ।
ਮੌਲਾ ਖੇ
Thank you.
ਤੇਰੀ ਕਿਰਪਾ ਤੋਂ ਨਿਹਾਲ ਹੋਣਾ। ਆਪ ਹੀ ਸਾਗਰ ਹੈ, ਆਪ ਹੀ ਸਾਗਰ ਤੋਂ ਨਿਕਲੀ ਹੋਈ ਲਹਿਰ ਹੈ। ਇਹ ਰਚਨਾ ਹੈ ਅਹੰਕਾਰ ਦੀ, ਇੱਕ ਬਣਾਈ ਹੋਈ ਖੇਡ ਹੈ, ਜਿਸ ਖੇਡ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਜਗ ਰਚਨਾ ਸਭ ਜਾਨ ਰਿਹੋ ਰੇ ਮੀਤ, ਕਹਿੰਦੇ ਮੇਰੇ ਮਿੱਤਰ ਜਾਨ ਇਸ ਰਚਨਾ ਨੂੰ ਸਮਝ, ਜਿਸ ਜਗਤ ਵਿੱਚ ਤੈਨੂੰ ਕੱਢਿਆ ਹੈ, ਜਿਸ ਸੰਸਾਰ ਵਿੱਚ ਤੈਨੂੰ ਨਿਰੰਕਾਰ ਦੀ ਯਾਤਰਾ ਕਰਾਈ ਹੈ, ਤੇ ਕੇਵਲ ਤੂੰ ਸਮੇਂ ਵਿੱਚ ਕੇਵਲ ਤੈਨੂੰ ਸਮੇਂ ਵਿੱਚ ਰੱਖਿਆ ਗਿਆ। ਦੇਖੋ ਗੁਰਮੁਖੋ ਕਾਲ ਕੇ ਬਿਨਾਂ ਹੀ ਸਭ ਕਾਲ ਹੀ ਚਵਾਏ, ਕਿਤੇ ਸਮਾਂ ਕੀ ਹੈ, ਮੌਤ ਹੈ। ਇੱਕ ਕਾਲ ਹੈ, ਇੱਕ ਅਕਾਲ ਹੈ। ਅਕਾਲ ਪਰਮਾਤਮਾ ਹੈ, ਕਾਲ ਸਮਾਂ ਹੈ, ਤੇ ਸਮੇਂ ਅੰਦਰ ਕੀ ਹੈ, ਬਣਾਇਆ ਹੈ, ਤੇ ਬਣਾਉਣ ਵਾਲੇ ਨੂੰ ਇੱਕ ਦਿਨ ਖਤਮ ਨਹੀਂ ਕਰਨਾ। ਪਰ ਖੇਡ ਕਿਸ ਤਰ੍ਹਾਂ ਦੀ, ਬਾਲਪਨ ਵੇਲੇ ਲੈ ਤੁਰੇ, ਜਵਾਨੀ ਵੇਲੇ ਲੈ ਤੁਰੇ, ਵਡੇਪੇ ਵੇਲੇ ਲੈ ਤੁਰੇ, ਕਹਿੰਦੇ ਇਹ ਵਾਹਿਗੁਰੂ ਵਿੱਚ ਤੇਰੀ ਸਭ ਰਚਨਾ, ਕਿਉਂਕਿ ਲਹਿਰ ਵੀ ਆਪ ਹੈ, ਸਾਗਰ ਵੀ ਆਪ ਹੈ। ਸਾਗਰ ਸਾਗਰ ਤੋਂ ਲਹਿਰ ਪੈਦਾ ਕਰਦਾ ਹੈ, ਤੇ ਲਹਿਰ ਨੂੰ ਆਪਣੇ ਵਿੱਚ ਫਿਰ ਸਮਾ ਲੈਂਦਾ। ਗੁਰੂ ਸਾਹਿਬ ਦੇ ਬਚਨ ਨੇ ਨਾ, ਕਈ ਵਾਰ ਵਿਸਰਿਓ ਪਸਾਰ, ਕਹਿੰਦੇ ਸੰਸਾਰ ਕਈ ਵਾਰ ਬਣਦਾ, ਕਈ ਵਾਰ ਨਾਸ ਹੋ ਜਾਂਦਾ, ਸਦਾ ਸਦਾ ਇੱਕ ਇੱਕ ਅੰਤਰ, ਇੱਕ ਪਰਮਾਤਮਾ ਹੀ ਰਹਿਣ ਯੋਗ ਹੈ, ਇੱਕ ਪਰਮਾਤਮਾ ਹੀ ਰਹਿਣ ਵਾਲਾ ਹੈ। ਬਸ ਉਸੇ ਪਰਮਾਤਮਾ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਦ੍ਰਿੜ ਕਰਵਾਇਆ ਕਿ ਮਨੁੱਖ ਜਿਉਂ ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਹੋਵਾਂ। ਕਹਿੰਦੇ ਸੰਸਾਰ ਤੇ ਜਿੱਦਾਂ ਉਹਦਾ ਹੁਕਮ ਹੈ ਨਾ, ਜਿੱਦਾਂ ਉਹ ਕਰਦਾ, ਕਰਨ ਵੀ ਖੁਦ ਹੈ ਤੇ ਕਾਰਨ ਵੀ ਖੁਦ ਹੈ। ਉਹ ਕਰਦਾ ਵੀ ਆਪ ਹੈ ਤੇ ਸੰਸਾਰ ਦੀ ਯਾਤਰਾ ਨੂੰ ਖਤਮ ਵੀ ਉਹ ਆਪ ਕਰਦਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਲਈ ਕਹਿੰਦੇ, ਵਸਤੂ ਜਦੋਂ ਨਿਰੰਕਾਰ ਹੁੰਦਾ, ਦੇਖੋ ਦੁੱਖ ਬੜਾ ਡਰਦਾ, ਵਿਛੋੜੇ ਦਾ ਦੁੱਖ ਹੈ, ਵਿਛੋੜੇ ਦਾ ਦੁੱਖ ਮਨੁੱਖ ਨੂੰ ਰੁਲਾ ਕੇ ਰੱਖ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਐਲਾਨੀ ਕਿਹਾ ਸੀ, ਪਿੰਡ ਸੱਤਿਆ ਕਰ, ਕੇਵਲ ਮਨੁੱਖ ਤੂੰ ਦੁਖੀ ਨਹੀਂ, ਸ਼ਾਹੂਕਾਰ ਜੀ ਤੁਸੀਂ ਦੁਖੀ ਨਹੀਂ, ਇੱਥੇ ਤ੍ਰੇਤੇ ਦਾ ਮਾਲਕ ਭਰਾ ਦੇ ਵਿਛੋੜੇ ਤੇ ਪਤਨੀ ਦੇ ਵਿਛੋੜੇ ਵਿੱਚ ਅੱਖਾਂ 'ਚ ਉਹਦੀਆਂ 'ਚ ਵੀ ਹੰਝੂ ਵਗਦੇ। ਗੁਰੂ ਸਾਹਿਬ ਦੇ ਬਚਨ ਸੀ। ਮਹਾਰਾਜ ਕਹਿੰਦੇ ਸਨ, ਸਰਦਾਨ ਦੇ ਅੰਦਰ ਰੋਇਆ, ਪਰਸਰਾਮ ਰੋਵੈ ਕਰ ਆਇਆ, ਅਜੇ ਸਰੋਵੇ ਪਿਠਿਆ ਖਾਏ, ਐਸੀ ਦਰਗੇ ਮਿਲੇ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਬੈਂਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡਉਲੂ ਆਏ, ਰੋਵੈ ਪਾਂਡਵ ਭਏ ਮਜ਼ੂਰ, ਜਿਨ ਕੇ ਸਵਾਮੀ ਰਹਿਤ ਹਦੂਰ, ਰੋਵੈ ਜਨ ਮੇਜਾ ਕੋਏ ਗਿਆ, ਏਕੀ ਕਾਰਨ ਪਾਪੀ ਪਿਆ, ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ, ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭਿਖਿਆ ਜਾਏ, ਰੋਵੈ ਕਿਰਪਨ ਸੰਚੇ ਧਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਬਾਜੀ ਰੋਵੈ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ।
ਸਾਰੇ ਤੋਂ ਅੰਦਰੋਂ ਜਿਹਨੂੰ ਮਰਜ਼ੀ ਖੋਲ ਕੇ ਦੇਖ ਲਏ। ਗੁਰੂ ਸਾਹਿਬ ਕਹਿੰਦੇ ਕਿਸ ਵੀ ਖੋਲੂ ਗੰਢ, ਕਿਹਦੇ ਕਿਹਦੇ ਨਾਲ ਦੁੱਖਾਂ ਦੀ ਗੰਢ ਖੋਲਾਂ, ਆਪਣਾ ਦੁੱਖ ਕਿਸ ਨੂੰ ਸੁਣਾਵਾਂ, ਕਹਿੰਦੇ ਕਿਹਨੂੰ ਦੱਸਾਂ ਆਪਣੇ ਦੁੱਖ ਬਾਰੇ, ਕਹਿੰਦੇ ਕਿਸ ਪੇ ਖੋਲੂ ਗੰਠ ਵੀ ਦੁਖੀ ਬਾਰੇ ਆਇਆ। ਖਿਮਾ ਕਰਿਓ ਭਾਈ ਸਾਹਿਬ ਜੀ ਦੇ ਜਦੋਂ ਵਿਯੋਗ ਵਿੱਚ ਆਏ ਆ ਨਾ, ਇਹਨਾਂ ਦਾ ਅਫਸੋਸ ਅਸੀਂ ਇੱਕ ਵਾਰੀ ਕਰਦੇ ਹੋਵਾਂਗੇ, ਸਾਨੂੰ ਆਪਣੇ ਗਏ ਕਈ ਵਾਰ ਯਾਦ ਆਉਂਦੇ ਹੋਣ। ਕਿਉਂ ਰਚਨਾ ਹੈ ਨਾ ਜਗਤ, ਸੰਸਾਰ ਦੀ ਰਚਨਾ ਹੈ ਨਾ ਦੁੱਖ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸ਼ੌਕਾਰ ਜੀ ਇੱਥੇ ਸਭ ਦੁਖੀ ਸਭ ਤੋਂ ਭਾਵ ਜਿਹਨਾਂ ਨਿਰੰਕਾਰ ਨੂੰ ਛੱਡ ਦਿੱਤਾ, ਭਾਵੇਂ ਉਹ ਤ੍ਰੇਤੇ ਦਾ ਮਾਲਕ ਹੈ, ਭਾਵੇਂ ਉਹ ਚੌਂ ਵੇਦ ਕੰਠ ਕਰਨ ਵਾਲਾ ਜਜਰਥ ਬਨ ਰੇਦ ਸ਼ਾਮ ਵੇਦ ਨੂੰ ਜਵਾਨੀ ਕੰਠ ਕਰਨ ਵਾਲਾ ਹੈ, ਉਹ ਰਾਵਣ ਦੀਆਂ ਅੱਖਾਂ ਚ ਵੀ ਹੰਝੂ ਸਮਾ ਸਮਰੱਥ ਹੈ। ਇਸ ਰਚਨਾ ਦੇ ਅੰਦਰ ਸਾਨੂੰ ਸਤਿਗੁਰੂ ਨੇ ਗਿਆਨ ਕਰਵਾਇਆ ਕਿ ਮਨੁੱਖ ਨਾਮ ਤੋਂ ਬਿਨਾਂ ਦੁੱਖ ਭੋਗਣਾ ਪੈਣਾ। ਜੇ ਤੂੰ ਨਾਮ ਜਪੇਗਾ, ਦੇਖੋ ਸਮੇਂ ਨੇ ਇੱਕ ਦਿਨ ਢਾਉਣਾ ਗੁਰਮੁਖ, ਸਮੇਂ ਨੇ ਇੱਕ ਦਿਨ ਮੌਤ ਨੇ ਆਪਣੀ ਬੁੱਕਲ ਚ ਦਬੋਚ ਲੈਣਾ। ਬਾਬਾ ਫਰੀਦ ਸਾਹਿਬ ਆਖਦੇ ਨੇ, ਕਹਿੰਦੇ ਦਰਿਆ ਮੈਂ ਕੰਨੇ ਬਦਲ, ਦਰਿਆ ਕਿਹੜਾ ਸੰਸਾਰ, ਕਿਨਾਰੇ ਚ ਅਸੀਂ ਖਲੋਤੇ ਹੋਏ ਹਾਂ, ਸਾਡੀ ਹਾਲਤ ਕੀ ਹੈ, ਇੱਕ ਬਦਲੇ ਦੇ ਵਾਂਗ। ਬੜਾ ਪਿਆਰਾ ਬਾਬਾ ਫਰੀਦ ਸਾਹਿਬ ਨੂੰ ਤਾਨੀ ਸੀ ਨਾ, ਚੇਚ ਉਰਦੂ ਪੰਜਾਬੀ ਰਹਿੰਦਾ ਪਾਕਿਸਤਾਨ ਪਾਕ ਪਤਨ, ਇਸ ਕਰਕੇ ਸਾਨੂੰ ਉਹਨਾਂ ਦੀ ਬੋਲੀ ਦੀ ਜ਼ਿਆਦਾ ਸਮਝ, ਬਾਕੀ ਬਾਣੀ ਥੋੜ੍ਹੀ ਸਮਝੋ ਸਾਨੂੰ ਨਹੀਂ ਸਮਝ ਆਉਂਦੀ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਉਹਨਾਂ ਦੀ ਮਰਾਠੀ ਬੋਲੀ ਹੈ, ਭਗਤ ਜੈਵਦੇਵ ਜੀ ਨੇ ਪਰਮਾਦ ਪੁਰਖ ਮੈਨੂੰ ਭਿਮੰਗ ਸਤਿਆਗ ਪਵਰਤੇ ਪਰਮੇ, ਭਗਤ ਜੈਵਦੇਵ ਜੀ ਦਾ ਪਤਾ ਹੈ, ਇਸ ਤਰ੍ਹਾਂ ਦੀ ਬੋਲੀ ਥੋੜ੍ਹੀ ਸਮਝੋ ਸਾਨੂੰ ਬਾਹਰ ਹੋ ਜਾਂਦੀ ਹੈ। ਪਰ ਬਾਬਾ ਫਰੀਦ ਸਾਹਿਬ ਜੀ ਸਾਡੀ ਬੋਲੀ 'ਚ ਗੱਲ ਕਰਦੇ ਨੇ, ਕਹਿੰਦੇ ਦਰਿਆ ਮੈਂ, ਹੁਣ ਦਰਿਆ ਦੇ ਕੰਢੇ 'ਤੇ ਬਦਲਾ ਬੈਠਾ, ਬੜੀ ਚੋਜ ਕਰਦਾ, ਅਸੀਂ ਸਭ ਹੀ ਕਰ ਰਹੇ ਹਾਂ, ਬੈਠਾ ਕੇਲ ਕਰੇ ਬੜੇ ਤਮਾਸ਼ੇ ਕਰਦਾ ਹੈ। ਕਹਿੰਦੇ ਕੇਲ ਕਰਿੰਦੇ ਹੰਝ ਨਹੀਂ ਇੱਥੇ ਚਾਰਨ ਕਰਨਾ, ਹੰਝ ਨਹੀਂ ਪੜਨਾ, ਹੀ ਨਹੀਂ ਰਿਵਾਜ ਆਉਣੀ ਚਾਹੀਦੀ। ਕਹਿੰਦੇ ਕੇਲ ਕਰਿੰਦੇ ਹੰਝਣਾ ਚਿੰਤੇ ਬਾਜ ਪਏ, ਬਾਜ ਪਏ ਕਿਸ ਰੱਬ ਕਿ ਚਮਕੀ ਵੀ ਹੈ, ਅਗਰ ਵਿਸ਼ਰਾਮ ਪਿੰਡ ਤੇ ਪੂਰਾ ਵਿਸ਼ਰਾਮ ਹੈ, ਸੰਪੂਰਨ ਭਗਤੀ ਹੋਏ। ਕਹਿੰਦੇ ਬਾਜ ਪਏ ਕਿਸ ਰੱਬ ਦੇ ਕਿਲਾਂ ਵਿਸਰੀਆਂ, ਜੋ ਮਨ ਚੇਤਨ ਚੇਤੇ ਸਨ ਸੋ ਗਾਰੀ ਰੱਬ। ਮਨੁੱਖ ਨੂੰ ਇੱਕ ਮੌਤ ਨਹੀਂ ਚੇਤੇ ਹੁੰਦੀ, ਗੁਰਮੁੱਖ ਖਾਣਾ ਪੀਣਾ ਹੱਸਣਾ ਸੌਣਾ ਅਰਧ ਵਿਸ਼ਰਾਮ, ਵਿਸਰ ਗਿਆ ਹੈ ਮਰ। ਖਾਣਾ ਨੂੰ ਯਾਦ, ਪੀਣਾ ਨੂੰ ਯਾਦ, ਸੌਣਾ ਨੂੰ ਯਾਦ, ਹੱਸਣਾ ਨੂੰ ਯਾਦ, ਪਰ ਇਹ ਯਾਦ ਨਹੀਂ ਕਿ ਹੱਸਣੇ ਚ ਰੋਣੇ ਕਿਸ ਦਿਨ ਤਬਦੀਲ ਹੋ ਜਾਣੇ ਨੇ, ਇਹ ਨਹੀਂ ਪਤਾ। ਜਿਹੜਾ ਮਨੁੱਖ ਹੱਸਦਾ ਰੋਂਦਾ ਵੀ, ਭਗਤ ਰਵਿਦਾਸ ਜੀ ਦੇ ਵਾਹ ਬਚਨ ਕਮਾਲ ਨੇ, ਨਾ ਹੁੰਦੇ ਤੇ ਗੱਲ ਨਹੀਂ ਸੀ ਕਰਨੀ, ਕਹਿੰਦੇ ਵਾਹ ਉੱਚੀ ਦਿਆ ਪੁਤਲਿਆ ਕੁਛ ਪਾ ਲੈਂਦਾ ਤੇ ਗਰਭ ਕਰਕੇ ਹੱਥਾਂ ਨੂੰ ਤਾਂ ਕਰਕੇ ਹੱਸਦਾ ਹੈ। ਕਹਿੰਦੇ ਜਦੋਂ ਪਾ ਕੇ ਕਿੱਥੋਂ ਕੁਝ ਖੁਸ ਜਾਂਦਾ ਨਾ, ਦੂਰ ਹੋ ਜਾਂਦਾ, ਕਹਿੰਦੇ ਉਹਨਾਂ ਹੀ ਹੱਥਾਂ ਨੂੰ ਆਪਣੇ ਸਰੀਰ ਤੇ ਮਾਰ ਕੇ ਰੋਣਾ ਸ਼ੁਰੂ ਕਰ ਦਿੰਦਾ। ਕਹਿੰਦੇ ਮੈਨੂੰ ਹਾਸਾ ਆਉਂਦਾ ਤੇਰੇ ਤੇ, ਕਹਿੰਦੇ ਮਾਟੀ ਕੋ ਪੁੱਤਰਾ, ਇੱਥੇ ਡਬਲ ਦਰੌਂਕੜ ਨਹੀਂ ਲਾਉਂਦੇ, ਇਹ ਪੁੱਤਰਾ ਹੈ। ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਦੇ, ਕਹਿੰਦੇ ਕਿੱਦਾਂ ਨੱਚਦਾ ਫਿਰ ਦੇਖ।
ਕਹਿੰਦੇ ਦੇਖਿਆ ਦੇਖਿਆ ਕੁਝ ਦੇਖਦਾ, ਸੁਣਿਆ ਬੋਲੇ ਸੁਣਦਾ ਵੀ ਹੈ ਤੇ ਬੋਲਦਾ ਵੀ ਹੈ। ਦੌੜੀ ਹੋ ਕੇ ਦੌੜ ਲੱਗੀ ਹੋਈ ਗੁਰਮੁਖ ਜੀ ਦੇ ਵਿੱਚ, ਜਦ ਕੁਛ ਪਾਵੇ ਜਦੋਂ ਕੁਛ ਪ੍ਰਾਪਤ ਕਰ ਲੈਂਦਾ ਨਾ ਤਬ ਗਰਭ ਕਰਦਾ, ਫਿਰ ਇਹਦੇ ਹੰਕਾਰੀ ਹੋ ਜਾਂਦਾ, ਫਿਰ ਮਾਇਆ ਗਈ ਤਬ ਰੋਵਣ ਲੱਗਦਾ ਹੈ। ਕਹਿੰਦੇ ਜਦੋਂ ਪਾ ਕੇ ਕੁਛ ਚਲਿਆ ਜਾਂਦਾ ਨਾ ਇਹਦੇ ਤੋਂ, ਕਹਿੰਦੇ ਫਿਰ ਰੋ ਲੱਗਦਾ, ਕਹਿੰਦੇ ਫਿਰ ਦੁਖੀ ਹੁੰਦਾ ਵਰਤ। ਪਰ ਗੁਰਬਾਣੀ ਵਿੱਚ ਫੈਸਲਾ ਕਰ ਦਿੱਤਾ, ਕਹਿੰਦੇ ਮਨੁੱਖ ਜਿਹੜੇ ਸਰੀਰ ਅੰਦਰ ਤੂੰ ਬੈਠੇ, ਇਹਦੇ ਤੇ ਮੌਲੇ ਦਾ ਹੁਕਮ ਹੈ, ਇਸ ਤੇ ਵਾਹਿਗੁਰੂ ਦਾ ਹੁਕਮ ਹੈ, ਤੇ ਫਿਰ ਜਹ ਜਹ ਰੱਖੇ ਆਪ ਤਹ ਜਾਏ ਖੜੋਵਣਾ। ਅੱਜ ਲੱਖ ਵਾਰੀ ਵੀ ਰੋਕੇ ਅਸੀਂ ਆਪਣੇ ਵਿਛੜੇ ਵੀਰ ਨੂੰ ਨਹੀਂ ਲਿਆ ਸਕਦੇ, ਅਸੀਂ ਜਿੰਨੇ ਮਰਜ਼ੀ ਦੁਖੀ ਹੋ ਜਾਈਏ, ਸਰੀਰ ਤੇ ਆਉਣ ਲੱਗਿਆ ਮੋਹ ਲਾਈ ਸੀ ਤੇ ਕੀ ਕਿਹਾ ਸੀ ਕਿ ਜਿਹੜੇ ਜਗਤ ਵਿੱਚ ਤੈਨੂੰ ਘੱਲਣ ਲੱਗਾ, ਯਾਦ ਰੱਖੀ ਕਿ ਕਿਹੜਾ ਲੋਕ ਹੈ, ਇਹ ਮਾਤ ਲੋਕ ਹੈ। ਤਿੰਨ ਲੋਕ ਹੈ ਨਾ, ਮਾਤ ਲੋਕ, ਪਤਾਲ ਤੇ ਆਕਾਸ਼ ਲੋਕ। ਕਹਿੰਦੇ ਜਿਸ ਲੋਕ ਵਿੱਚ ਤੇਰੀ ਯਾਤਰਾ ਹੈ, ਕਹਿੰਦੇ ਮਾਤ ਦਾ ਸੰਬੰਧ ਹੈ ਮੌਤ ਦਾ ਹੈ। ਬਾਬਾ ਫਰੀਦ ਸਾਹਿਬ ਦਾ ਸਲੋਕ ਆ ਗਿਆ ਨਾ ਫਿਰ ਉੱਥੇ, ਕਹਿੰਦੇ ਜਿਸ ਮਾਤ ਦੇ ਅੰਦਰ ਤੈਨੂੰ ਭੰਨਣ ਲੱਗਾ, ਬਸ ਇੱਥੇ ਤੈਨੂੰ ਇੱਕ ਗੱਲ ਯਾਦ ਨਹੀਂ ਆ ਰਹੀ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ। ਕਹਿੰਦੇ ਤੈਨੂੰ ਮੌਤ ਚੇਤੇ ਨਹੀਂ ਕਿ ਕਦੋਂ ਤੈਨੂੰ ਦਬੋਚ ਲੈਣਾ, ਕਿਹੜਾ ਰੂਪ ਧਾਰਨ ਕਰਨਾ। ਰਾਵਣ ਗਿਆਨੀ ਸੀ ਪਰ ਮੌਤ ਦਾ ਕਾਰਨ ਤ੍ਰਿਸ਼ਨਾ ਸੀ। ਹੁਣ ਲੰਕਾ ਤੇ ਸ਼ਿਵਜੀ ਬਣਵਾ ਰਿਹਾ ਆਪਣੇ ਰਹਿਣ ਵਾਸਤੇ, ਕਮਾਲ ਦੀ ਗੱਲ ਹੈ। ਮੈਂ ਸ਼ਿਵ ਪੁਰਾਣ ਪੜ੍ਹਦਿਆਂ ਜਦੋਂ ਦਿਹਾੜੀ ਆਇਆ ਨਾ ਸਾਹਮਣੇ ਮੇਰੀਆਂ ਨਜ਼ਰਾਂ ਦੇ, ਪਾਰਵਤੀ ਨੇ ਕਿਹਾ ਸਵਾਮੀ ਲੰਕਾ ਬਣਾਈ ਰਹਿਣ ਵਾਸਤੇ ਭਿੱਖਿਆ ਚ ਦੇ ਰਹੇ ਹੋ ਰਾਵਣ ਨੂੰ, ਕੀ ਕਾਰਨ ਹੈ? ਕਹਿੰਦੇ ਬਸ ਇਸੇ ਜਗ੍ਹਾ ਤੇ ਰਾਵਣ ਦੀ ਮੌਤ ਆਉਣੀ ਹੈ। ਤਿੰਨ ਚੀਜ਼ਾਂ ਦਾ ਮੇਲ ਹੈ, ਸਮਾਂ, ਜਗ੍ਹਾ ਤੇ ਕਾਰਨ। ਕਾਰਨ ਐਕਸੀਡੈਂਟ ਹੋ ਗਿਆ, ਕਾਰਨ ਹਾਰਟ ਅਟੈਕ ਹੋ ਗਿਆ, ਕਾਰਨ ਕੋਈ ਬਣ ਗਿਆ। ਜਿਸ ਦਿਨ ਕਾਰਨ ਬਣ ਗਿਆ ਉਸ ਦਿਨ ਉਸੇ ਜਗ੍ਹਾ ਤੇ ਪਹੁੰਚ ਜਾਵਾਂਗੇ, ਜਿਸ ਦਿਨ ਜਗ੍ਹਾ ਤੇ ਪਹੁੰਚ ਜਾਵਾਂਗੇ ਮੌਤ ਸਮਾਂ ਲਵੇਗੀ। ਜਦੋਂ ਮੌਤ ਆ ਜਾਏਗੀ ਫਿਰ ਮਰਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ ਦਿੰਦੇ, ਫਿਰ ਸਭ ਦਰਵਾਜ਼ੇ ਟੁੱਟ ਜਾਂਦੇ। ਮੌਤ ਰੁਕ ਨਹੀਂ ਸਕਦੀ, ਮੌਤ ਨੂੰ ਕੋਈ ਰੋਕ ਨਹੀਂ ਸਕਦਾ। ਲੱਖ ਯਤਨ ਕੀਤਾ ਪ੍ਰਿਸ਼ਤ ਰਾਜੇ ਨੇ ਕਿ ਤਸ਼ਕ ਨਾਗ ਮੈਨੂੰ ਨਾ ਡੰਗੇ, ਪਰ ਫਿਰ ਮੌਤ ਨੇ ਆ ਕੇ ਦਬੋਚ ਲਿਆ। ਤੇ ਗੁਰਬਾਣੀ ਕਹਿੰਦੀ ਸਰੀਰ ਕਿਰਾਏ ਦਾ ਹੈ, ਇਸ ਕਿਰਾਏ ਦੇ ਮਕਾਨ ਤੇ ਹੁਕਮ ਕਿਹਦੇ? ਪਰਮਾਤਮਾ ਦਾ। ਤੇ ਗੁਰੂ ਸਾਹਿਬ ਕਹਿੰਦੇ ਫਿਰ ਰੋਸ ਕਿਹਦੇ ਨਾਲ ਕਰੀਏ? ਦੱਸ, ਮਾਂ ਨਾਲ ਰੋਸ ਕਰੀਏ, ਪਿਤਾ ਨਾਲ ਕਰੀਏ, ਚਾਚਿਆਂ ਨਾਲ ਕਰੀਏ, ਤਾਇਆਂ ਨਾਲ ਕਰੀਏ, ਮਾਮਿਆਂ ਨਾਲ ਕਰੀਏ, ਕਿਹਦੇ ਨਾਲ ਰੋਸ ਕਰੀਏ ਕਿ ਸਾਡਾ ਭਾਈ ਸਾਨੂੰ ਕਿਉਂ ਛੱਡ ਕੇ ਚਲਿਆ ਗਿਆ? ਕਹਿੰਦੇ ਕਿਹਦੇ ਨਾਲ ਰੋਸ ਕਰੀਏ? ਕਹਿੰਦੇ ਜਦੋਂ ਵਸਤੂ ਹੀ ਨਿਰੰਕਾਰ ਦੀ ਹੈ, ਤੇ ਜਿਹਦੀ ਵਸਤੂ ਹੈ ਗੁਰਮੁਖ ਉਹ ਕੱਚੀ ਵੱਢ ਲਵੇ, ਪੱਕੀ ਵੱਢ ਲਵੇ, ਗੱਡੜੀ ਵੱਢ ਲਵੇ। ਜਦੋਂ ਵਸਤੂ ਅਸੀਂ ਨਿਰੰਕਾਰ ਦੀ ਹਾਂ ਤੇ ਫਿਰ ਹੁਕਮ ਕਿਹਦਾ? ਜਿਸ ਦੀ ਵਸਤ ਸੋਈ ਲੈ ਜਾਏਗਾ। ਰੋਸ ਕਿਸੇ ਸ਼ੌਂਕੀ ਚ ਹੈ, ਕਹਿੰਦੇ ਨੰਗੇ ਆਵਣਾ ਨੰਗੇ ਜਾਣਾ, ਪਰ ਹੁਕਮ ਪਾਇਆ ਕਿਆ ਕੀ। ਕਹਿੰਦੇ ਹੁਕਮ ਹੀ ਨਿਰੰਕਾਰ ਦਾ ਹੈ, ਕਾਰਨ ਬਣ ਗਿਆ, ਸਮਾਂ ਆ ਗਿਆ, ਜਗ੍ਹਾ ਤੇ ਪਹੁੰਚ ਗਏ ਤੇ ਬਸ ਮੌਤ ਨੇ ਆਪਣਾ ਰੂਪ ਕੀ ਲਿਆ। ਮੌਤ ਆਈ ਤੇ ਪ੍ਰਾਣੀ ਚੋਂ ਆਤਮਾ ਨੂੰ ਕੱਢ ਕੇ ਲੈ ਇਹ ਜਗਤ। ਮਹਾਰਾਜ ਕਹਿੰਦੇ ਨੇ ਕਹਿੰਦੇ ਜਗਤ ਵਿੱਚ ਉੱਠੀ
ਦੇਖੀ ਪ੍ਰੀਤ, ਕਹਿੰਦੇ ਪ੍ਰੀਤ ਕਿਸ ਤਰ੍ਹਾਂ ਦੀ ਜਗਤ ਦੀ, ਕਹਿੰਦੇ ਇੱਕ ਦੂਜੇ ਨਾਲ ਮਿਲਾਪ ਜ਼ਰੂਰ ਹੈ, ਇੱਕ ਵਕਤੀ ਸੰਬੰਧ ਹੈ, ਸਮੇਂ ਨਾਲ ਬਣੇ ਨਾ, ਇੱਕ ਦਿਨ ਸਮਾਂ ਹੀ ਗੁਰਮੁਖ ਆਦਮੀ ਨੂੰ ਵਿਛੋੜ ਕੇ ਰੱਖ ਦਿੰਦਾ। ਸਮੇਂ ਅੰਦਰ ਹੀ ਮਾਂ, ਸਮੇਂ ਅੰਦਰ ਹੀ ਪੁੱਤਰ ਹੈ, ਸਮੇਂ ਅੰਦਰ ਧੀ ਹੈ, ਸਮੇਂ ਅੰਦਰ ਜਾਇਦਾਦਾਂ ਸਭ ਕੁਛ ਹੈ, ਤੇ ਦੇਖਦੇ ਉਹ ਸਮੇਂ ਅੰਦਰ ਹੀ ਬਣਦਾ ਤੇ ਸਮਾਂ ਹੀ ਇੱਕ ਦਿਨ ਖਤਮ ਕਰਦਾ। ਕਾਲ ਪਾਏ ਬ੍ਰਹਮਾ ਬਖਤਰਾ, ਕਾਲ ਪਾਏ ਸੰਜੂ ਅਵਤਰਾ, ਕਾਲ ਪਾਏ ਕਰ ਵਿਸਰ ਪ੍ਰਕਾਸ਼ਾ, ਸਕਲ ਕਾਲ ਕਾ ਪੜਿਆ। ਅਸਲ ਅੱਜ ਭਾਈ ਸਾਹਿਬ ਦੇ ਮਗਰੋਂ ਅਸੀਂ ਜਿੰਨੀ ਬਾਣੀ ਪੜ੍ਹਾਂਗੇ ਨਾ, ਉਹ ਲਾਹ ਬਾਣੀ ਪੜਿਆ। ਸੱਚ ਜੇ ਕੋਈ ਪਤਾ ਨੀ ਰਸਨਾ ਨੀ, ਕਿੱਦਣ ਚੁੱਪ ਕਰ ਜਾਣਾ, ਫਿਰ ਨੀ ਬੋਲਣਾ, ਪਤਾ ਨੀ ਕਿੱਦਣ ਕੰਨਾ ਨੀ ਮੁੱਕ ਜਾਣਾ, ਸਰੀਰ ਬਸ ਹੋ ਜਾਣਾ, ਫਿਰ ਤੇ ਵੇਖੋ ਬੰਦਾ ਚੱਲਿਆ ਚੌ ਜਣਿਆ। ਫਿਰ ਉਹ ਬੰਦਾ ਜਿਹੜਾ ਮਾਣ ਕਰਦਾ ਹੰਕਾਰ ਕਰਦਾ, ਕਿਸੇ ਦੇ ਸਹਾਰੇ ਮਰ ਜਾਂਦਾ ਹੈ। ਫਿਰ ਭਰਾ ਕੀ ਕਰਦੇ ਨੇ ਜਿਹੜੇ ਜਾਣ ਤੋਂ ਪਿਆਰੇ ਸੀ, ਮੈਂ ਤਾਂ ਬਾਰੀ ਅਰਥ ਕਰਾਂਗਾ ਤ੍ਰੀਵਰਤ ਹੋਰ, ਇੱਕ ਤੁਹਾਨੂੰ ਸਮਝ ਛੇਤੀ ਆ ਜਾਏਗੀ। ਕਹਿੰਦੇ ਤਿੰਨਾਂ ਪਿਆਰੇ ਆ ਭਾਈਆਂ, ਕਹਿੰਦੇ ਜਾਣ ਤੋਂ ਪਿਆਰੇ ਭਰਾ ਹੁੰਦੇ ਆ ਨਾ, ਕੋਈ ਦੁੱਖ ਆਉਂਦਾ ਨਾ ਮੋਢੇ ਨਾਲ ਲਾਉਂਦੇ ਆ, ਦੁੱਖ ਆਵੇ ਭਰਾ ਭਰਾ ਨੂੰ ਮੋਢੇ ਨਾਲ ਲਾਉਂਦਾ, ਤੂੰ ਟੈਨਸ਼ਨ ਨਾ ਲੈ, ਫਿਕਰ ਨਾ ਕਰ, ਮੈਂ ਤੇਰੇ ਨਾਲ ਆ। ਜੇ ਥੋੜਾ ਜਿਹਾ ਮੋਢੇ ਤੋਂ ਸੈਂਟੀਮੀਟਰ ਪਹਿਲਾਂ ਮੋਢਾ ਸਾਹਮਣੇ ਹੁੰਦਾ, ਜਦੋਂ ਦੁੱਖ ਆਇਆ ਘੁੱਟ ਕੇ ਗਲਵੱਕੜੀ ਲੈ ਲਿਆ, ਭਰਾ ਨੀ ਤੂੰ ਫਿਕਰ ਨਾ ਕਰ, ਕਮਾਲ ਦੀ ਗੱਲ ਹੈ, ਜਿੱਦਣ ਭਰਾ ਦੁਨੀਆਂ ਤੋਂ ਜਾਂਦਾ ਉਹ ਹੀ ਭਰਾ ਆਪਣੇ ਭਰਾ ਨੂੰ ਮੋਢੇ ਤੇ ਰੱਖ ਲੈਂਦਾ। ਤੇ ਬਾਬਾ ਫਤਿਹ ਸਾਹਿਬ ਕਹਿੰਦੇ ਤਿੰਨਾਂ ਪਿਆਰਿਆਂ ਭਾਈਆਂ, ਜਾਣ ਤੋਂ ਪਿਆਰੇ ਭਰਾ, ਕੀ ਕੀਤਾ ਅੱਗੇ ਦਿੱਤਾ ਪੰਨ, ਇਹਦੇ ਲੈ ਕੇ ਸ਼ਮਸ਼ਾਨ। ਕਹਿੰਦੇ ਤੇਰੀ ਇਤਨੀ ਕੀ ਯਾਤਰਾ ਹੈ, ਕਹਿੰਦੇ ਹੁਣ ਦੇਖੋ ਬੰਦਾ ਚੱਲਿਆ, ਕਹਿੰਦੇ ਦੇਖੋ ਆ ਕੇ ਸਾਰੇ ਸੰਸਾਰ ਦੇ ਲੋਕ ਦੇਖੋ, ਚੌ ਜਣਿਆਂ ਦੇ ਕੰਨ ਕਿਸੇ ਦੇ ਮੋਢੇ ਤੇ ਜਾ ਰਿਹਾ ਹੈ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ, ਕਹਿੰਦੇ ਜੋ ਤੂੰ ਬੀਜ ਬੀਜਿਆ ਫਿਰ ਉਹ ਲੋਕ ਤੇ ਪਰਲੋਕ ਵਿੱਚ ਤੇਰੇ ਸਹਾਇਕ ਬਣਦਾ। ਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਂ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਕਿ ਇਹ ਵਾਹਿਗੁਰੂ ਤੇਰੀ ਇਹ ਰਚਨਾ ਹੈ, ਤੇਰੀ ਇਹ ਖੇਡ ਹੈ ਕਿ ਤੂੰ ਇੱਕ ਸੰਸਾਰ ਰਚਿਆ ਹੋਇਆ ਹੈ, ਬਸ ਸੰਸਾਰ ਨੂੰ ਬਣਾਉਂਦਾ ਵੀ ਆਪ ਹੈ ਤੇ ਸੰਸਾਰ ਨੂੰ ਖਤਮ ਵੀ ਤੂੰ ਆਪ ਕਰਦਾ। ਅੱਜ ਅਸੀਂ ਵਿਛੋੜੇ ਦੇ ਵਿੱਚ ਬੈਠੇ ਹੋਏ ਹਾਂ, ਮਨੁੱਖ ਜੋ ਮੈਂ ਗੱਲ ਕਰ ਰਿਹਾ ਸੀ ਵਿਛੋੜੇ 'ਚ ਰਾਮ ਚੰਦਰ ਦੀਆਂ ਅੱਖਾਂ 'ਚ ਵੀ ਹੰਝੂ ਸੀ, ਜਦੋਂ ਪਿਓ ਦਾ ਪੁੱਤਰ ਤੋਂ ਵਿਛੋੜਾ ਪਿਆ ਤੇ ਅਰਜਨ ਦੇ ਹਥਿਆਰ ਵੀ ਛੁੱਟ ਗਏ ਸੀ। ਉਤੇ ਕੇਵਲ ਛੇਵੇਂ ਪਾਤਸ਼ਾਹ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਸੀ, ਹੇ ਅਟਲ ਰਾਏ ਬਸ ਇੱਕ ਗੱਲ ਦਾ ਜਵਾਬ ਦੇ, ਤੂੰ ਮੋਹਨਦਾਸ ਨੂੰ ਤੇ ਜਿਉਂਦਿਆਂ ਕਰ ਦਿੱਤਾ, ਹੁਣ ਮੋਹਨਦਾਸ ਦੀ ਵਾਰੀ ਤੇ ਜਾਂ ਤੈਨੂੰ ਜਾਂ ਮੈਨੂੰ ਜਾਣਾ ਪਵੇ। ਤੇ ਬਾਬਾ ਅਟਲ ਰਾਏ ਛੇਵੇਂ ਪਾਤਸ਼ਾਹ ਦੇ ਸਪੁੱਤਰ ਚੱਕ ਕੇ ਲੋਹੀ ਲਈ ਸਰੀਰ ਤੇ, ਜਿਵੇਂ ਸੱਪ ਸੰਕੁੱਚ ਛੱਡਦਾ ਸਰੀਰ ਛੱਡ ਕੇ ਤੇ ਚਲੇ ਗਏ। ਉਹ ਕੇਵਲ ਗੁਰੂ ਸਾਹਿਬ ਸੀ, ਪਰ ਸਮੇਂ ਨੇ ਤੇ ਅਰਜਨ ਦੇ ਹੱਥ ਚੋਂ ਵੀ ਹਥਿਆਰ ਛੁਡਾ ਦਿੱਤੇ। ਜਦੋਂ ਪਤਾ ਲੱਗ ਗਿਆ ਨਾ ਕਿ ਮਨੂ ਦੀ ਮੌਤ ਹੋ ਗਈ ਹੈ, ਕ੍ਰਿਸ਼ਨ ਜੀ ਨੂੰ ਆ ਕੇ ਆਖਿਆ ਕਿ ਮੇਰੇ ਪੁੱਤਰ ਨੂੰ ਜਿਉਂਦਿਆਂ ਕਰੋ, ਮੇਰੇ ਅਭਿਮੰਨਿਊ ਦੀ ਹੁਣ ਸਾਹਮਣੇ ਪੁੱਤਰ ਦੀ ਲਾਸ਼ ਹੈ, ਪਿਓ ਦੇ ਲਿਆ ਕੇ ਰੱਖ ਦਿੱਤਾ, ਰੱਖ ਦੇ ਸਾਹਮਣੇ ਜਿਉਂਦਿਆਂ ਕਰੋ ਪੁੱਤਰ ਨੂੰ। ਮੈਂ ਭਗਵਤ ਪੁਰਾਣ ਪੜ੍ਹਦੀ ਹਾਂ, ਜਿਵੇਂ ਅਧਿਆਇ ਆਇਆ ਨਾ ਜਿੱਥੇ ਜਨਮ ਤਾਂ ਮਰਨ ਅਧਿਆਇ ਚੱਲਦੇ ਗੀਤਾ ਦਾ, ਉੱਥੇ ਪੜ੍ਹ ਕੇ ਦੇਖੇ ਕ੍ਰਿਸ਼ਨ ਜੀ ਆਖਣ ਲੱਗੇ ਨਹੀਂ ਵਿਧਾਂਤ ਹੈ, ਮੌਦਾ ਖੇਲ ਕਰੇ ਸਭ ਆਪ, ਇਹਦੇ ਮੌਲੇ ਦੀ ਰਚਨਾ ਹੈ, ਸਮਾਂ ਨਹੀਂ ਟਲਦਾ,
ਕਹਿੰਦਾ ਨਹੀਂ ਮੇਰੇ ਅਭਿਮੰਨਿਓ ਨੂੰ ਜਿਉਂਦਿਆਂ ਕਰੋ, ਪੁੱਤਰ ਦਾ ਵਿਯੋਗ ਆਤਮਾ ਨੂੰ ਧੂ ਰਿਹਾ ਹੈ, ਪੁੱਤਰ ਅੱਜ ਬੋਲਦਾ ਨਹੀਂ ਹੈ ਗੁਰਮੁਖੋ, ਅੱਜ ਪਿਓ ਦੀਆਂ ਆਂਦਰਾਂ, ਪਿਓ ਦੀ ਉਹ ਗੱਲ ਵਕੜੀ ਅਰਜਨ ਦੀ, ਪੁੱਤਰ ਨੂੰ ਗੱਲ ਵਕੜੀ ਚ ਲੈਣ ਵਾਸਤੇ ਤਾਂ ਸਰੀਰ ਵਿੱਚ ਜੁੜਿਆ ਕਿਉਂ ਪੁੱਤਰ, ਤੁਸੀਂ ਦੁਆਪਰ ਦੇ ਮਾਲਕ ਹੋ। ਕਹਿੰਦੇ ਨਹੀਂ ਅਰਜਨ, ਫਿਲਹਾਲ ਤੇ ਸਮਾਂ ਨਹੀਂ ਟਲਦਾ, ਤੇਰੇ ਅਭਿਮੰਨਿਊ ਦੀ ਮੌਤ ਇਸੇ ਤਰ੍ਹਾਂ ਹੀ ਹੋਣੀ ਸੀ। ਕਹਿੰਦੇ ਨਹੀਂ ਜੁੜਿਆ, ਕਹਿੰਦੇ ਫਿਰ ਨਹੀਂ, ਆ ਲੈ ਕਰ ਮੰਡਲ ਸਾਹਮਣੇ ਸਰੋਵਰ ਹੈ ਉਹਦੇ ਤੋਂ ਭਰ ਕੇ ਲੈ ਕੇ। ਅਰਜਨ ਦੁਖੀ ਸੀ, ਹੁਣ ਦੁੱਖ ਵੇਲੇ ਜਿਹੜੇ ਦੁੱਖ ਪੈਂਦੇ, ਦਰਵਾਜ਼ੇ ਕਈ ਖੁੱਲਦੇ ਨੇ, ਜ਼ਖਮ ਜਾਪੀ ਕੋਈ ਜਿਹਨੂੰ ਦਿਲ ਤੇ ਲੱਗਾ। ਗੁਰਬਾਣੀ ਨਹੀਂ ਹੈ, ਸ਼ੇਰ ਇੱਕ ਸ਼ਿਕਸ਼ਾ ਦੀ ਗੱਲ, ਜ਼ਿੰਦਗੀ ਕੀ ਤਰਫ ਇੱਕ ਦਰਚਾ ਖੁੱਲਾ, ਗੋਆ ਹਮ ਵੀ ਕਿਸੇ ਸਾਜ ਕੇ ਤਾਰ ਹੈ, ਚੋਟ ਖਾਤੇ ਰਹੇ ਗੁਣ ਗੁਣਾਤੇ ਰਹੇ। ਜਦੋਂ ਚੋਟ ਪਹੁੰਚਦੀ ਫਿਰ ਬੰਦੇ ਦਾ ਮਨ ਦੇ ਦਰਵਾਜ਼ੇ ਕਈ ਪਾਸੇ ਨੂੰ ਖੁੱਲਦੇ ਨੇ। ਗੁਰਮੁਖ ਕਰਮੰਡਲ ਦਿੱਤਾ ਜਲ, ਦੁਖੀ ਸੀ ਭੜਕੇ ਪਾਣੀ ਦਾ ਜਲ ਦਾ ਲਹਿਰਦਾ, ਲਓ ਮਹਾਰਾਜ ਜੀ ਜੁੜਿਆ ਕਰੋ ਪੁੱਤਰ ਨੂੰ। ਕਹਿੰਦੇ ਅਰਜੁਨ ਆ ਜਿਹੜਾ ਕਰਮੰਡਲ ਲੈ ਕੇ ਆਇਆ ਨਾ, ਇਹ ਸਰੋਵਰ ਚ ਡੋਲ ਕੇ। ਕਹਿੰਦਾ ਠੀਕ ਹੈ, ਸਤ ਬਚਨ ਨੇ, ਹੋ ਸਕਦਾ ਕੋਈ ਮੰਤਰ ਪੜਨਗੇ ਜਾਪ ਕਰਨਗੇ ਕਿ ਮੇਰਾ ਪੁੱਤਰ ਅਭਿਮੰਨਿਊ ਜਿਉਂਦਾ ਹੋ ਜਾਏਗਾ। ਕਰਮੰਡਲ ਲਿਆ ਕੇ ਸਰੋਵਰ ਚ ਡੋਲ ਦਿੱਤਾ, ਖਾਲੀ ਕਰਮੰਡਲ ਲਿਆ ਕੇ ਕ੍ਰਿਸ਼ਨ ਜੀ ਨੂੰ ਦੇ ਦਿੱਤਾ। ਕਹਿੰਦੇ ਲਓ ਮਹਾਰਾਜ ਹੁਣ ਤੇ ਅਭਿਮੰਨਿਊ ਨੂੰ ਜਿਉਂਦਿਆਂ ਕਰ ਦੇ, ਹੁਣ ਤੇ ਮੇਰੇ ਪੁੱਤਰ ਨੂੰ ਜਿਉਂਦਿਆਂ ਕਰ ਦੇ, ਉਹ ਪੁੱਤਰ ਦਾ ਵਿਯੋਗ ਨਹੀਂ ਸਹਿਆ ਜਾ ਰਿਹਾ, ਹੁਣ ਤੇ ਜਿਉਂਦਿਆਂ ਕਰ। ਕਹਿੰਦੇ ਅਰਜੁਨ ਜਿਹੜਾ ਜਲ ਡੋਲ ਕੇ ਆਇਆ ਸੀ ਸਰੋਵਰ ਵਿੱਚ, ਉਹ ਜਲ ਲੈ ਕੇ। ਕਹਿੰਦਾ ਮਹਾਰਾਜ ਜੀ ਕਿਸ ਤਰ੍ਹਾਂ ਹੋ ਸਕਦਾ, ਪਹਿਲਾਂ ਤੁਸੀਂ ਕਿਹਾ ਜਲ ਲੈ ਕੇ ਆ, ਮੈਂ ਜਲ ਲੈ ਕੇ ਆ ਗਿਆ, ਫਿਰ ਤੁਸੀਂ ਕਿਹਾ ਕਿ ਜਲ ਡੋਲ ਕੇ ਆ, ਮੈਂ ਡੋਲ ਕੇ ਆਇਆ ਸਰੋਵਰ ਵਿੱਚ, ਹੁਣ ਤੁਸੀਂ ਆ ਕੇ ਵੀ ਜਿਹੜਾ ਜਲ ਭਰਿਆ ਸੀ ਡੁੱਲ ਗਿਆ ਉਹ ਲੈ ਕੇ ਆ, ਮੈਨੂੰ ਦੱਸੋ ਜਿਹੜਾ ਜਲ ਡੁੱਲ ਗਿਆ ਤੇ ਸਰੋਵਰ ਚ ਮਿਲ ਗਿਆ, ਹੁਣ ਉਹ ਜਲ ਕਿਸ ਤਰ੍ਹਾਂ ਲਿਆਵਾਂਗਾ। ਕ੍ਰਿਸ਼ਨ ਜੀ ਆਖਣ ਲੱਗੇ ਤੂੰ ਡੁੱਲਿਆ ਜਲ ਨਹੀਂ ਲਿਆ ਸਕਦਾ, ਤੇ ਮੈਂ ਗਈ ਹੋਈ ਆਤਮਾ ਨਹੀਂ ਲਿਆ ਸਕਦਾ, ਵਿਧਾਂਤ ਨੂੰ ਕੋਈ ਟਾਲ ਨਹੀਂ ਸਕਦਾ, ਢਹਿ ਕੇ ਅਰਜਨ ਚਰਨੀ ਪੈ ਗਿਆ। ਮਹਾਰਾਜ ਜੀ ਖਿਮਾ ਕਰੋ, ਸਮਝ ਆ ਗਈ ਕਿ ਕੱਢੇ ਇੱਕ ਲਹਿਰ ਵਿਆਪੇ ਜਿਉਂ ਨੂੰ ਜਿਉਂ ਨਚਾਏ ਤਿਉਂ ਤਿਉਂ ਨੱਚਣ। ਕਹਿੰਦੇ ਮਨੁੱਖ ਨੂੰ ਜਿਸ ਤਰ੍ਹਾਂ ਉਹ ਨਚਾਉਂਦਾ ਹੈ ਨਾ, ਕਿਉਂਕਿ ਪਿਹਾਣੀਆਂ ਮਨੁੱਖ ਦੀ ਕਿਰਤ ਮਨੁੱਖ ਨੂੰ ਨਹੀਂ ਫਿਰਦੀ ਹੈ। ਕਹਿੰਦੇ ਮੌਲਾ ਖੇਲ ਕਰੇ ਸਭ, ਕਹਿੰਦੇ ਉਸ ਮਾਲਕ ਦੀ ਰਚਨਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਫਿਰ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਦ ਕੇ ਕਾਲ ਨਾਨਕ ਹਥੁਣ ਗਾਏ ਨੇ, ਛਾੜ ਸਗਲ ਜੰਜਾਲ ਜੰਜਾਲ ਕਿਹੜਾ ਗੁਰੀ ਵਿਸ਼ੇ ਵਕਾਰ ਨੇ, ਸਾਡੇ ਗੁਰੂ ਨੇ ਸਾਨੂੰ ਨਿਰਮੋਹੀ ਨਹੀਂ ਬਣਾਇਆ ਕਿ ਧੀਆਂ ਪੁੱਤਰ ਛੱਡ ਕੇ ਗੰਗਾ ਤੇ ਚਲੇ ਜਾਓ, ਨਹੀਂ ਸਾਡੇ ਗੁਰੂ ਸਾਹਿਬ ਨੇ ਗੱਲ ਨਹੀਂ ਕਹੀ। ਸਾਡੇ ਗੁਰੂ ਸਾਹਿਬ ਨੇ ਕਿਹਾ ਘਰ ਵਿੱਚ ਬੈਠ ਕੇ ਵੀ ਨਿਰੰਕਾਰ ਨਾਲ ਜੁੜਿਆ ਜਾਂਦਾ, ਡਾਕਾ ਮਾਰਿਆ ਗ੍ਰਹਿਤੀ ਰਸਤਾ, ਘਰ ਤੋਂ ਦੁਖੀ ਬੰਦਾ ਕਦੀ ਵੀ ਨਾਮ ਨਹੀਂ ਜਪ ਸਕਦਾ। ਸਾਡੇ ਤੇ ਗੁਰੂ ਸਾਹਿਬ ਨੇ ਕਿਹਾ ਘਰ ਬੈਠੋ, ਬੈਠ ਕੇ ਪਰਮਾਤਮਾ ਦੀ ਬੰਦਗੀ ਕਰੋ, ਘਰ ਬੈਠ ਕੇ ਨਿਰੰਕਾਰ ਨਾਲ ਕੁੱਟੋ ਨਾ, ਕਿਉਂਕਿ ਕਾਲ ਅਹੇਰੀ ਫਿਰੈ ਬਦਕ ਜਿਉ ਕਹੁ ਕਵਨ ਵਿਦ ਕੀਜੈ। ਕਬੀਰ ਸਾਹਿਬ ਕਹਿੰਦੇ ਮੌਤ ਰੂਪੀ ਜੰਮ ਹਰ ਸਮੇਂ ਤੇਰੇ ਗਲ ਵਿੱਚ ਪਿਆ ਹੋਇਆ,
ਹਰ ਸਮੇਂ ਮੌਤ ਫਨੀ ਅਰਨਾਦ ਬਣ ਕੇ ਤੈਨੂੰ ਦਬੋਚਣ ਵਾਸਤੇ ਤਿਆਰ ਹੈ। ਆਜ ਕੱਲ ਤੂੰ ਹੀ ਗਰਸ ਹੈ, ਸਮਝ ਰੱਖੋ ਚੀਤ ਇਹਦੇ ਮਨੁੱਖ ਚਿੱਤ ਵਿੱਚ ਯਾਦ ਰੱਖੀ। ਆਜ ਕੱਲ ਅੱਜ ਕੱਲ ਕਰਦਿਆਂ ਤੇ ਇਸ ਫਨੀ ਅਰਨਾਦ ਨੇ ਦੱਸ ਲੈਣਾ, ਜਿਸ ਕਿਰਾਏ ਦੇ ਮਕਾਨ ਤੇ ਬੈਠੇ ਆ ਬਸ ਕਿਸੇ ਨੂੰ 2 ਦਿਨ ਵਾਸਤੇ, ਕਈਆਂ ਨੂੰ 10 ਦਿਨ ਵਾਸਤੇ, ਕਈਆਂ ਨੂੰ 40 ਸਾਲ ਵਾਸਤੇ, ਕਈਆਂ ਨੂੰ 100 ਤੇ ਕਈਆਂ ਦੀ ਉਮਰ ਦੀ ਗਿਣਤੀ ਕੋਈ। ਬਸ ਕਿਰਾਏ ਦਾ ਮਕਾਨ ਅੱਜ ਨੇ ਕਿ ਕੱਲ ਉਹਨੇ ਖਾਲੀ ਕਰਾਉਣਾ ਹੀ ਕਰਾਉਣਾ। ਗੁਰਮੁਖ ਲੱਖ ਜਤਨ ਕੀਤਾ ਸੀ ਰਾਵਣ ਨੇ ਨਾ ਖਾਲੀ ਕਰਾਂ, ਫਿਰ ਵੀ ਖਾਲੀ ਕਰਾ ਲਿਆ। ਇੱਥੇ ਆਖਦੇ ਸੀ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਸਮੀਨ ਸਮਾਨ ਤੇ ਮਰਾਂ, ਨਾ ਜ਼ਮੀਨ ਤੇ ਮਰਾਂ, ਨਾ ਕਿਸੇ ਬੰਦੇ ਕੋਲੋਂ ਮਰਾਂ, ਨਾ ਕਿਸੇ ਜਾਨਵਰ ਕੋਲੋਂ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ। ਪਰ ਜਿਸ ਦਿਨ ਮੌਤ ਆਈ, ਪੱਟ ਤੇ ਰੱਖ ਕੇ ਚੇਤਾ ਕਰਾ ਦਿੱਤਾ ਹਰਨਾਥ ਚ, ਜਿਹੜੀ ਚੀਜ਼ ਨੂੰ ਤੂੰ ਆਖਦਾ ਸੀ ਨਾ ਆਇਓ ਤੇ ਸਾਰਿਆਂ ਦੇ ਗਲਾਂ ਵਿੱਚ ਪਈ ਹੋਈ ਹੈ। ਜਿਸ ਨੂੰ ਤੂੰ ਆਖਦੇ ਮੌਤ ਨਾ ਆਏ, ਜਿਹੜੇ ਸਰੀਰ ਵਿੱਚ ਤੂੰ ਬੈਠਾ ਤੇ ਕਿਰਾਏ ਦਾ, ਅੱਜ ਨੇ ਕਿ ਕੱਲ ਉਹਨੇ ਖਾਲੀ ਕਰਾਉਣਾ। ਬਸ ਅੱਜ ਕੱਲ ਕਰਦੇ ਮੌਤ ਮਨੁੱਖ ਨੂੰ ਆਤਮਾ ਦੇ ਆਤਮਾ ਨੂੰ ਲੈ ਤੁਰਦੀ ਹੈ। ਕਬੀਰ ਸਾਹਿਬ ਕਹਿੰਦੇ, ਕਹਿ ਕਬੀਰ ਸੁਨੋਹਰੇ ਸੰਤ ਹੋ, ਇਹ ਮਨ ਉੱਡਣ ਪੰਖੇ ਨੂੰ ਬਣ ਕੇ ਇਸ ਮਨ ਨੇ ਇੱਕ ਦਿਨ ਉੱਡ ਜਾਣਾ। ਫਿਰ ਸਾਨੂੰ ਇਹ ਸਮਾਂ ਦਿੱਤਾ ਨਿਰਕਾਰ ਨੇ ਕਿ ਇਸ ਵਿਛੋੜੇ ਤੋਂ ਪਹਿਲਾਂ ਪਹਿਲਾਂ ਦੇਖੋ, ਗੁਰਬਾਣੀ ਨੇ ਆਤਮਿਕ ਵਿਛੋੜੇ ਦੀ ਗੱਲ ਕੀਤੀ ਕਿ ਮਨੁੱਖ ਦੀ ਆਤਮਾ ਤੇ ਪਰਮਾਤਮਾ ਦਾ ਵਿਛੋੜਾ ਸਹਿਆ ਨਹੀਂ ਜਾਂਦਾ, ਇਹ ਵਿਛੋੜਾ ਸਹਿਆ ਨਾ ਜਾਏ। ਕਹਿੰਦੇ ਬਹੁਤ ਕਠਿਨ ਹੈ ਵਿਛੋੜੇ ਨੂੰ ਸਹਿਣ ਕਰਨਾ। ਅੱਜ ਤੁਸੀਂ ਉਸ ਵਿਛੋੜੇ ਵਿੱਚ ਗੁਰਮੁਖ ਹੋ ਬੈਠੇ, ਪਰ ਗੁਰੂ ਸਾਹਿਬ ਦੀ ਰਚਨਾ ਹੈ, ਗੁਰੂ ਸਾਹਿਬ ਜੀ ਦਾ ਇਹ ਜੋ ਹੁਕਮ ਪਰਿਵਾਰ ਤੇ ਵਰਤਿਆ ਗਿਆ ਤੇ ਗੁਰੂ ਸਾਹਿਬ ਕੀ ਆਖਦੇ ਨੇ। ਔਸ਼ਧ ਦੀਆਂ ਖੀਆਂ ਪੰਕਤੀਆਂ ਪੜ੍ਹੀਏ, ਜਿੰਨਾ ਸਮਾਂ ਸੀ 1 ਵਜੇ ਤੱਕ ਸਾਡੀ ਸਮਾਪਤੀ ਹੈ। ਆਓ ਮੌਲਾ ਕੇ ਕਰੇ, ਮੌਲਾ ਕੇ ਕਰੇ।
ਜੋ ਬੜਾ ਭਾਰੀ ਦੁੱਖ ਹੈ ਧਰਤੀ ਉਦਯੋਗ ਦਾ, ਕਿਉਂਕਿ ਬੜੇ ਬੜੇ ਔਖੇ ਪਲਦੇ ਨੇ ਦੇਖੇ ਆ। ਇਹ ਬੱਚਿਆਂ ਨੂੰ ਪਾਲਣਾ ਬਹੁਤ ਕਠਿਨ ਹੈ ਗੁਰਮੁੱਖ, ਜਦੋਂ ਇਸ ਰਿਸ਼ਤ ਮਾਰਗ ਵਿੱਚ ਪਈ ਦੇ ਨੇ, ਫਿਰ ਜਦੋਂ ਬੱਚੇ ਜਨਮ ਲੈਂਦੇ ਨੇ ਫਿਰ ਪਤਾ ਲੱਗਦਾ, ਅਤੇ ਫਿਰ ਕਹੀਦਾ ਕਿ ਧੰਨ ਸਾਡੇ ਮਾਂ ਪਿਓ ਨੇ ਜਿਨ੍ਹਾਂ ਨੇ ਸਾਨੂੰ ਬੜੀਆਂ ਮੁਸ਼ਕਲਾਂ ਨਾਲ ਪਾਲਿਆ ਹੈ। ਅੱਜ ਡਾਢੇ ਵਿਛੋੜੇ ਵਿੱਚ ਤੁਸੀਂ ਬੈਠੇ ਹੋ, ਪਰ ਹੁਕਮ ਹੈ ਪਰਮਾਤਮਾ ਦਾ, ਪਰ ਹੁਕਮ ਹੈ ਨਿਰੰਕਾਰ ਦਾ। ਮੈਂ ਰਹਿਮਤ ਕਰਨ ਸਤਿਗੁਰ ਸੱਚੇ ਪਾਤਸ਼ਾਹ, ਮੌਤ ਦਾ ਪਤਾ ਨਹੀਂ ਮਨੁੱਖ, ਮੈਂ ਜਪਾਨ ਤੋਂ ਆ ਰਿਹਾ ਸੀ ਪ੍ਰੋਗਰਾਮ ਕਰਕੇ, ਉੱਥੇ ਸਾਡਾ ਸਟੇ ਸੀ ਅਫਗਾਨਿਸਤਾਨ, ਉੱਥੇ ਮੈਂ ਰੁਕਿਆ। ਮੌਤ ਤੁਹਾਨੂੰ ਦੱਸਣ ਲੱਗਾ ਮੌਤ ਕੀ ਹੈ ਗੁਰਮੁੱਖ। ਉਹ ਜਦੋਂ ਪਲੇਨ ਉੱਡਦਾ ਨਾ, ਅਤੇ ਉਹ ਅੱਗੇ ਬੰਦੇ ਦੱਸਣ ਵਾਲੇ ਹੁੰਦੇ ਨੇ ਇੱਥੇ, ਉਹ ਪਲੇਨ ਦਾ ਜਦੋਂ ਪੱਖਾ ਚੱਲਿਆ ਫਾਸਟ ਚੱਲਦਾ ਗੁਰਮੁੱਖ, ਉਹ ਖਿੱਚ ਲਿਆ ਹਵਾ, ਦੇਖਿਆ ਨਾ ਟ੍ਰੇਨ ਲੱਗੇ ਵੀ ਖੜੋਤੇ ਹੋ ਜਾਈਏ, ਹਵਾ ਦਾ ਬਹਿਮ ਸੁਣਦੇ, ਉਹ ਆਪਣੇ ਆਪ ਆਕਰਸ਼ਿਤ ਕਰਦਾ ਹੈ। ਦੇਖਦਿਆਂ ਦੇਖਦਿਆਂ ਵੱਧ ਤੋਂ ਵੱਧ 25-26 ਸਾਲ ਦਾ ਬੱਚਾ ਹੋਏਗਾ, ਪਤਾ ਹੀ ਨਹੀਂ ਲੱਗਾ ਬੱਚੇ ਨੂੰ, ਇੱਕਦਮ ਜਦੋਂ ਲਾਗੇ ਗਿਆ ਉਹ ਪੱਖੇ ਦੀ ਹਵਾ ਨਹੀਂ ਉਹਨੂੰ ਖਿੱਚ ਲਿਆ। ਸਾਨੂੰ ਵੀ ਸਾਰਿਆਂ ਨੂੰ ਉਤਾਰਿਆ, ਫਿਰ ਪਤਾ ਲੱਗਾ ਕਿ ਆਹ ਗੱਲ ਹੋਈ ਹੈ ਕਿ ਬੱਚਾ ਉਹ 26-27 ਸਾਲ ਦਾ ਉੱਤਰਦਾ ਸੀ ਅਫਗਾਨਿਸਤਾਨ ਦਾ, ਕਿ ਉਹ ਬੱਚਾ ਪੱਖੇ ਦੀ ਲਪੇਟ ਵਿੱਚ ਆ ਗਿਆ, ਤੇ ਪਿੱਤਾ ਹੀ ਪਿੱਤਾ ਹੋ ਗਿਆ ਸੀ। ਮਾਉ ਕਿੱਥੇ ਆ ਜਾ, ਕਿੱਦਾਂ ਆ ਜਾ, ਕੋਈ ਪਤਾ ਨਹੀਂ। ਸਭ ਉਹਦੇ ਰੰਗ ਨੂੰ ਦੇਖੋ, ਪਰ ਮੇਰੇ ਸਤਿਗੁਰੂ ਜੀ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਮੇਰਾ ਚਿੱਤ ਨਹੀਂ ਸੀ ਕਰਦਾ ਜਦੋਂ ਮੈਂ ਪਿਕਚਰ ਦੇਖੀ ਨਾ, ਠੀਕ ਹੈ ਕਥਾ ਤਾਂ ਕਰ ਲਈ ਦੀ ਹੈ, ਪਰ ਵਿਛੜਨਾ ਗੁਰਮੁੱਖੋ ਸਾਰਿਆਂ ਨੇ ਅਸਾਂ ਇੱਕ ਦਿਨ, ਬਿਆਨ ਨਹੀਂ ਕੀਤਾ ਜਾਂਦਾ ਦੁੱਖ, ਅਤੇ ਮੈਥੋਂ ਵੀ ਵਿਚਾਰ ਨਹੀਂ ਸੀ ਹੋ ਰਹੇ। ਠੀਕ ਹੈ ਨਿੱਤ ਪ੍ਰੋਗਰਾਮ ਕਰਦੇ ਹਾਂ, ਨਿੱਤ ਕੀਰਤਨ ਕਰਦੇ ਹਾਂ, ਪਰ ਜਦੋਂ ਐਸੋ ਜਿਹਾ ਦੁੱਖ ਦਾ ਕੋਈ ਪ੍ਰੋਗਰਾਮ ਆਉਂਦਾ ਫਿਰ ਬੜਾ ਦੁੱਖ ਲੱਗਦਾ ਕਿ ਵਾਹਿਗੁਰੂ ਤੇਰੀ ਕੀ ਰਜਾ, ਇਹ ਤੇਰਾ ਕੀ ਹੁਕਮ ਹੈ, ਤੂੰ ਕਿੱਦਾਂ ਸੰਸਾਰ ਨੂੰ ਚਲਾ ਰਿਹਾ। ਫਿਰ ਆਖੀ ਤਾਂ ਤੇਰਾ ਹੀ ਹੁਕਮ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ, ਸਭ ਤੂੰ ਹੀ ਤੂੰ। ਸੋ ਮੇਰੇ ਸਤਿਗੁਰੂ ਜੀ ਕਿਰਪਾ ਕਰਨ, ਜਿੰਨਾ ਕੁ ਸਮਾਂ ਅਸੀਂ ਸਾਰੀਆਂ ਸੰਗਤਾਂ ਬੈਠੇ ਹਾਂ, ਜਿੰਨਾ ਸਮਾਂ ਪਰਿਵਾਰ ਵੱਲ ਹੁਕਮ ਸੀ 1 ਵਜੇ ਤੱਕ ਦਸਾਂ ਦੀ ਕੀਰਤਨ ਦੀ ਸਮਾਪਤੀ ਹੈ, ਵਿਚਾਰ ਕਰਦੇ ਹਾਂ, ਸ਼ਬਦ ਪੜ੍ਹਦੇ ਹਾਂ, ਕੋਈ ਵਾਦ ਪਾਠ ਹੋ ਗਿਆ ਹੋਇਆ ਤੁਸੀਂ ਬਖਸ਼ਣਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਹੁਣ ਅਗਲਾ ਪ੍ਰੋਗਰਾਮ ਜੋ ਸਾਡੇ ਭਾਈ ਸਾਹਿਬ ਜੀ ਆਏ ਨੇ, ਉਸ ਸਮਾਂ ਉਹਨਾਂ ਨੇ ਵੀ ਵਿਚਾਰ ਕਰਨੀ ਹੈ, ਸੋ ਉਹਨਾਂ ਦੀ ਵਿਚਾਰ ਸਰਣੀ ਕਰੀਏ। ਗੁਰੂ ਸਾਹਿਬ ਜੀਆਂ ਦੀਆਂ ਕਥਾ ਕਹਾਣੀਆਂ ਦਾਸਾਂ ਨਾਲ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਗੋਬਿੰਦ ਭਗਤ ਅਸਥਿਰ ਸੋ ਜਨਮ ਗੋਬਿੰਦ ਭਗਤ ਅਸਥਿਰ ਹੈ ਜੁਗੋ ਜੁਗ ਅਟਲ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦੀ ਦਾ ਨਿਕਮਾਨ ਸਤਸੰਗੀ ਜਨੋ ਪ੍ਰਸ਼ਨਾਂ ਨੂੰ ਪਵਿੱਤਰ ਕਰੋ ਜਾਪਾ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਪਹੁੰਚੇ ਹੈ। ਸਾਹਿਬਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਆਪ ਜੀਆਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਸਦਾ ਪਾਵਨ ਬਚਣਾ ਹੈ ਸੱਜਣਾ, ਜੇ ਬਚਪਨ ਨਹੀਂ ਰਿਹਾ ਤੇ ਰਹਿਣੀ ਜਵਾਨੀ ਵੀ ਨਹੀਂ, ਤੇ ਜੇ ਜਵਾਨੀ ਵੀ ਨਹੀਂ ਰਹਿਣਾ ਵਡੇਪਾ ਵੀ ਨਹੀਂ। ਪਰ ਇਹਨਾਂ ਜ਼ਰੂਰ ਪਤਾ ਜੋ ਜੀਵ ਆਇਆ ਉਹਨੂੰ ਸੰਸਾਰ ਤੋਂ ਕਿਉਂਕਿ ਜਾਣਾ ਪਏਗਾ, ਮੌਤ ਕਿਵੇਂ ਹੋਏਗੀ ਕਿੱਥੇ ਹੋਏਗੀ ਤੇ ਅਕਾਲ ਪੁਰਖ ਜਾਣਦਾ, ਪਰ ਇੰਨਾ ਜ਼ਰੂਰ ਪਤਾ ਜੋ ਆਇਆ ਉਹਨੂੰ ਸੰਸਾਰ ਤੋਂ ਜਾਣਾ ਪਿਆ। ਕਿਆ ਜਾਣਨਾ ਕਿ ਉਹ ਮਰੇਗੇ। ਪਰ ਸਾਹਿਬਾਂ ਨੇ ਪਾਵਨ ਗੁਰਬਾਣੀ ਵਿੱਚ ਦੋ ਚੀਜ਼ਾਂ ਨੂੰ ਬੜਾ ਖੁੱਲ੍ਹ ਕੇ ਬਿਆਨ ਕੀਤਾ ਹੈ। ਸਾਹਿਬ ਦੇ ਨਾਂ ਤੇ ਜਨਮ ਬਾਰੇ ਕਿਸੇ ਨੂੰ ਪਤਾ ਹੈ ਕਿ ਜਨਮ ਕੀ ਹੈ ਤੇ ਕਦੋਂ ਹੁੰਦਾ ਤੇ ਕਿੱਥੇ ਹੁੰਦਾ ਹੈ, ਤੇ ਨਾ ਕਿਸੇ ਨੂੰ ਮੌਤ ਬਾਰੇ ਕੋਈ ਗਿਆਨ ਹੈ। ਇਹ ਦੋ ਚੀਜ਼ਾਂ ਨਿਰੰਕਾਰ ਦੇ ਹੱਥ ਵਿੱਚ ਹੈ। ਕਈ ਵਾਰ ਕੋਈ ਹਾਦਸਾ ਵਾਪਰਦਾ ਹੈ ਤੇ ਲੱਗਦਾ ਹੈ ਕਿ ਵਾਕਈ ਜੋ ਸਾਹਿਬਾਂ ਦਾ ਪਾਵਨ ਬਚਨਾ ਹੈ ਕਿ ਜੀਵ ਇਹ ਜਨਮ ਕਿੱਥੇ ਹੋਏਗਾ ਤੇ ਕਾਲ ਪੁਰਖ ਜਾਣਦਾ ਹੈ। ਥੋੜੇ ਸਮੇਂ ਦੀ ਗੱਲ ਹੈ, ਮਾਂ ਬਾਪ ਦੋਵੇਂ ਜਾਣੇ ਹਸਪਤਾਲ ਚੱਲੇ ਸਨ, ਬੱਚੇ ਨੇ ਜਨਮ ਲੈਣਾ ਸੀ ਜਨਿਆਣਾ ਗੁਰੂ ਦੇ ਨੇੜੇ, ਅਜੇ ਜੀ ਡੀ ਰੋਡ ਤੇ ਚੜੇ ਸਨ ਤੇ ਟਰੱਕ ਨੇ ਉਸ ਵੇਲੇ ਪਲਸੇਟਾ ਮਾਰਿਆ, ਬਾਪ ਦੇ ਥਾਂ ਤੇ ਹੀ ਮਰ ਗਿਆ, ਪਰ ਮਾਂ ਦੀ ਛਾਤੀ ਦੇ ਉੱਤੋਂ ਦੀ ਉਹ ਟਰੱਕ ਦਾ ਪਹੀਆ ਲੱਗ ਗਿਆ ਤੇ ਬੱਚੇ ਨੇ ਸੜਕ ਦੇ ਉੱਤੇ ਜਨਮ ਲੈ ਲਿਆ। ਕਿਉਂਕਿ ਮੌਤ ਕਿੱਥੇ ਹੋਏਗੀ, ਜਨਮ ਕਿੱਥੇ ਹੋਏਗਾ, ਇਹ ਤੇ ਅਕਾਲ ਪੁਰਖ ਜਾਣਦਾ। ਪਰ ਸਾਹਿਬ ਕਹਿੰਦੇ ਸਜਣਾ, ਜਦੋਂ ਤੇਰਾ ਜਨਮ ਹੁੰਦਾ ਉਹਦੇ ਬਾਰੇ ਮਾਂ ਨੂੰ ਵੀ ਕੋਈ ਗਿਆਨ ਨਹੀਂ, ਕਿਉਂਕਿ ਆਤਮਾ ਕਦੋਂ ਪ੍ਰਵੇਸ਼ ਕਰਦੀ ਹੈ ਇਹ ਨਿਰੰਕਾਰ ਹੀ ਜਾਣਦਾ ਹੈ। ਸੰਜੋਗ ਵਿਯੋਗ ਤਰੋਂ ਹੀ ਹੋਊਗਾ, ਪੰਜ ਧਾਤ ਕਰ ਪੁਤਲਾ ਕੀਆ, ਸਾਹਿਬ ਕੇ ਫਰਮਾਇਆ ਜੀਓ ਦੇਹੀ ਵਿੱਚ ਜੀਓ, ਆਏ ਪਿਆ ਜੀਵ ਆਤਮਾ ਕਦੋਂ ਆਈ, ਇੱਥੇ ਅਕਾਲ ਪੁਰਖ ਹੀ ਜਾਣਦਾ ਹੈ। ਮਾਂ ਨੂੰ ਵੀ ਕੋਈ ਗਿਆਨ ਨਹੀਂ, ਇੰਨਾ ਮਾਂ ਜਾਣਦੀ ਹੈ ਕਿ ਬੱਚੇ ਨੇ ਕਿਉਂਕਿ ਜਨਮ ਲਿਆ ਜਾਂ ਜਨਮ ਲੈਣਾ, ਪਰ ਇਹ ਮਾਂ ਨੂੰ ਨਹੀਂ ਪਤਾ ਕਿ ਆਤਮਾ ਨੇ ਕਦੋਂ ਕੁੱਖ ਦੇ ਵਿੱਚ ਪ੍ਰਵੇਸ਼ ਕੀਤਾ ਤੇ ਨਿਰੰਕਾਰ ਹੀ ਜਾਣਦਾ ਹੈ। ਬਾਬਾ ਸ਼ੇਖਪੁਰੀ ਜੀ ਦਾ ਪਾਵਨ ਬਚਨ ਹੈ, ਸਜਣਾ ਤੇਰਾ ਸਰੀਰ ਬਣਦਿਆਂ ਤੇ 6 ਮਹੀਨੇ ਦਾ ਸਮਾਂ ਲੱਗਿਆ ਢਾਂਚਾ ਪੂਰਾ ਤਿਆਰ ਹੁੰਦਿਆਂ। ਗੱਲ ਯਾਦ ਰੱਖੀ, ਢਾਂਚਾ ਤੇ ਤਿਆਰ ਹੁੰਦਿਆਂ 6 ਮਹੀਨੇ ਲੱਗੇ ਹੈ, ਪਰ ਟੁੱਟਣ ਲੱਗਿਆ ਨੂੰ ਸਮਾਂ ਵੀ ਲੱਗੇਗਾ। ਕਹਿੰਦੇ ਦਿਆ 6 ਮਾਂ
ਕਹਿੰਦੇ ਆਏ ਚਲੋ ਇੱਥੇ ਵੀ ਕਿਆ ਪ੍ਰਵਾਸ ਹੈ ਸੁਭਾਣੇ ਦਾ ਇਤਨਾ ਕਲਾਗਾ ਠਲਕਾ ਜਿੱਥੇ ਮੌਤ ਹੈ ਉੱਥੇ ਸਾਹਿਬਾਂ ਨੇ ਭਾਣਾ ਮੰਨਣ ਦੀ ਗੱਲ ਕਹੀ ਹੈ ਕਿਉਂਕਿ ਭਾਣਾ ਕਹਿਣਾ ਤੇ ਸੌਖਾ ਹੈ ਪਰ ਸਤਿਗੁਰੂ ਨੇ ਇਕੱਲਾ ਕਿਹਾ ਵੀ ਸਾਨੂੰ ਭਾਣਾ ਮੰਨ ਕੇ ਵਿਖਾਇਆ ਹੈ ਅੱਜ ਵਿਚਾਰ ਕਰੋ ਕਿਸੇ ਦਾ ਜਵਾਨ ਪੁੱਤਰ ਚਲਿਆ ਜਾਏ ਤੇ ਪਰਿਵਾਰ ਦੀ ਕੀ ਬੀਤਦੀ ਹੈ ਆਪਾਂ ਸਾਰੇ ਜਾਣੇ ਹਮਦਰਦੀ ਕਰਦੇ ਹਾਂ ਮਾਂ ਬਾਪ ਪ੍ਰਵਾਸ ਵੀ ਕਰਦਾ ਪਰ ਇੱਕੇ ਹਫ਼ਤੇ ਦੇ ਵਿੱਚ ਚਾਰ ਪੁੱਤਰ ਤੇ ਪੰਜਵੀਂ ਮਾਤਾ ਸ਼ਹਾਦਤ ਦਾ ਜਾਮ ਪੀ ਜਾਣ ਸਿੱਖ ਜਾ ਕੇ ਕਹਿਣ ਸਤਿਗੁਰੂ ਜੀ ਇਹ ਕੀ ਪਾਣਾ ਤੇ ਸਹਿਬ ਸਿੱਖਾਂ ਦੇ ਸਿਰ ਤੇ ਹੱਥ ਧਰ ਕੇ ਕਹਿਣ ਜੋ ਹੋਵਾ ਹੋਵਤ ਸੋ ਜਾਂਦਾ ਸਤਿਗੁਰ ਜੋ ਨਿਰੰਕਾਰ ਦਾ ਹੁਕਮ ਹੈ ਮੈਨੂੰ ਸਿਰ ਮੱਥੇ ਪ੍ਰਵਾਨ ਕਰਨਾ ਮੈਂ ਥੋੜ੍ਹਾ ਜਿਹਾ ਟੁੱਟ ਗਿਆ ਅੱਜ ਉਹਦਾ ਮਹੀਨਾ ਵਾਕਈ ਬਿਪਤਾ ਭਰਿਆ ਮਹੀਨਾ ਸਿੱਖ ਜਗਤ ਵਾਸਤੇ ਬੜੀਆਂ ਮਿਠਾਈਆਂ ਵਾਲਾ ਮਹੀਨਾ ਚਲੋ ਕਿਉਂਕਿ ਜਿੱਥੇ ਜਨਮ ਹੈ ਉੱਥੇ ਮੌਤ ਦਾ ਪੂਰਾ ਸੰਬੰਧ ਹੈ ਪਰ ਜਾਣਾ ਸਾਰਿਆਂ ਨੇ ਕੁਝ ਮਨੁੱਖ ਐਸਾ ਸੰਸਾਰ ਤੇ ਆਉਂਦੇ ਹੈ ਸਰੀਰ ਕਰਕੇ ਤੇ ਨਹੀਂ ਪਰ ਯਾਦਾਂ ਕਰਕੇ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਕਈ ਮਨੁੱਖ ਸਮਾਜ ਵਿੱਚ ਜੀਵਤ ਹੈ ਪਰ ਸਮਾਜ ਵਾਲੇ ਮਾੜੇ ਮਨ ਤੋਂ ਉਹਨਾਂ ਨੂੰ ਆਪ ਲੋਕ ਕਹਿੰਦੇ ਕਿ ਇਹ ਮ੍ਰਿਤਕ ਦੀ ਨਿਆਈ ਹੈ ਤੂੰ ਜਿਹੜਾ ਬੰਦਾ ਸਮਾਜ ਵਿੱਚ ਕੋਈ ਚੰਗਾ ਕੰਮ ਨਾ ਕਰੇ ਤੇ ਜਿਉਂਦੇ ਜੀ ਵੀ ਇਹ ਗੱਲ ਕਹਿਣੀ ਪੈਂਦੀ ਹੈ ਕਿ ਸਾਡੇ ਭਾਅ ਦਾ ਇਹ ਜਿਉਂਦਾ ਹੀ ਸੰਸਾਰ ਤੇ ਮਰ ਗਿਆ ਪਰ ਧੰਨ ਸਤਿਗੁਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਂ ਥੋੜ੍ਹਾ ਜਿਹਾ ਇਤਿਹਾਸ ਵਾਲਾ ਪੱਖ ਲਵਾਂਗਾ ਭਾਈ ਸਾਹਿਬ ਨੇ ਪਾਵਨ ਗੁਰਬਾਣੀ ਨਾਲ ਆਦੀਆਂ ਨੂੰ ਜੋੜਿਆ ਧੰਨ ਸਤਿਗੁਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਜਾਗਿਆ ਸਰਸਾ ਨਦੀ ਦੇ ਕਿਨਾਰੇ ਤਿੰਨਾਂ ਖੇਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਸਤਿਗੁਰੂ ਨੇ ਸਰਸਾ ਨਦੀ ਨੂੰ ਪਾਰ ਕੀਤਾ ਤੇ ਸਤਿਗੁਰੂ ਚਮਕੌਰ ਵੱਲ ਨੂੰ ਜਾ ਰਿਹਾ ਚਮਕੌਰ ਦੀ ਗੜੀ ਵੱਲ ਨੂੰ ਜਾਂਦਿਆਂ ਸਤਿਗੁਰ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜਗਨਾਰ ਸਿੰਘ ਜੀ ਇਹ ਥੋੜ੍ਹਾ ਜਿਹਾ ਪਿਤਾ ਤੋਂ ਤੇ ਭਾਈ ਦਇਆ ਸਿੰਘ ਤੋਂ ਅੱਗੇ ਲੱਗ ਗਏ ਤੁਰੇ ਜਾਂਦਿਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਪੈਰਾਂ ਨੂੰ ਤੱਕਿਆ ਤੱਕਦਿਆਂ ਤੱਕਦਿਆਂ ਸਤਿਗੁਰੂ ਜਦੋਂ ਸਿਰ ਤੱਕ ਗਏ ਤੇ ਮੁਸ਼ਕਰਾਉਣ ਲੱਗ ਪਏ ਹੱਸਣ ਹੱਸਣ ਲੱਗ ਪਏ ਭਾਈ ਦਇਆ ਸਿੰਘ ਨੇ ਕਾਨ ਪੁੱਛਿਆ ਗਰੀਬ ਨਿਵਾਜ ਅੱਜ ਆਪਣੇ ਪੁੱਤਰਾਂ ਨੂੰ ਬੜੇ ਗੌਂ ਦੇ ਨਾਲ ਤੱਕਿਆ ਬੜੇ ਪਿਆਰ ਨਾਲ ਤੱਕਿਆ ਕੀ ਕਾਰਨ ਹੈ ਕਦੀ ਦੇਖੋ ਕੋਈ ਬੰਦਾ ਕਿਸੇ ਵੱਲ ਗੌਂ ਨਾਲ ਤੱਕੇ ਹਰ ਬੰਦੇ ਨੂੰ ਸ਼ੱਕ ਹੈ ਕਿ ਕੋਈ ਨਾ ਕੋਈ ਕਾਰਨ ਹੈ ਸਤਿਗੁਰੂ ਅੱਜ ਆਪਣਾ ਪੁੱਤਰਾਂ ਨੂੰ ਬੜੇ ਪਿਆਰ ਦੇ ਨਾਲ ਤੱਕਦਿਆਂ ਤੱਕਦਿਆਂ ਆਪ ਕਿਉਂਕਿ ਜਦੋਂ ਸਿਰ ਤੱਕਦਾ ਤੇ ਹੱਸਣ ਲੱਗ ਪਏ ਹੱਸਣ ਦਾ ਕਾਰਨ ਸਾਹਿਬ ਕਹਿਣ ਲੱਗੇ ਭਾਈ ਮਾਇਆ ਸਿੰਘ ਦਾ ਕੱਲ ਚਾਰ ਸੀ ਅੱਜ ਦੋ ਰਹਿ ਗਏ ਪਰ ਦੋ ਵੀ ਧਰਮ ਦੇ ਲੈ ਕੇ ਲਾ ਦੇਵਾਂਗਾ ਮੈਂ ਸਤਿਗੁਰੂ ਹੋ ਜਾਵਾਂਗਾ ਮੈਂ ਵਿਹਲਾ ਹੋ ਜਾਵਾਂਗਾ ਤੇ ਰੱਜ ਕੇ ਪੰਥ ਦੀ ਸੇਵਾ ਕਰਾਂਗਾ ਐਸਾ ਬਾਬ ਹੈ ਜਿਹੜਾ ਕਹੇ ਕਿ ਮੈਂ ਪੁੱਤਰ ਧਰਮ ਦੇ ਲੇਖੇ ਨਾ ਦੇਵਾਂਗਾ ਮੈਂ ਸਤਿਗੁਰੂ ਹੋ ਕੇ ਪੰਥ ਦੀ ਸੇਵਾ ਕਰਾਂਗਾ ਹਰ ਮਾਂ ਬਾਪ ਚਾਹੁੰਦਾ ਮੇਰੇ ਘਰ ਪੁੱਤਰ ਪੈਦਾ ਹੋਵੇ ਉਹਨੂੰ ਮੈਂ ਪੜ੍ਹਾਵਾਂ ਵਿਆਹਾਂ ਉਹਦੇ ਕਿਉਂਕਿ ਬਾਹਰ ਬੱਚੇ ਨੂੰ ਪੜ੍ਹਾਵਾਂ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਕੱਲ ਚਾਰ ਸੀ ਅੱਜ ਦੋ ਰਹਿ ਗਏ ਪਰ ਦੋ ਵੀ ਧਰਮ ਦੇ ਲੇਖੇ ਨਾ ਦੇਵਾਂਗਾ ਮੈਂ ਸਤਿਗੁਰੂ ਹੋ ਜਾਵਾਂਗਾ ਵਿਹਲਾ ਹੋ ਜਾਵਾਂਗਾ ਤੇ ਰੱਜ ਕੇ ਪੰਥ ਦੀ ਸੇਵਾ ਕਰਾਂਗਾ ਅੱਲਾ ਯਾਰ ਬੜੇ ਕਿਉਂਕਿ ਕਮਾਲ ਦੇ ਬੱਚੇ ਨੂੰ ਕੋਈ ਨੰਗ ਹੈ
ਹਮਨੇ ਵੀ ਉਸ ਮਕਾਨ ਪੈ ਜਾਣਾ ਹੈ ਜੰਦ ਤਰ ਜਿਸ ਜਗ੍ਹਾ ਆਪਕੋ ਕਟਾਣੇ ਪੜੇਗੇ ਸਰ ਹੋਏਗੇ ਸ਼ਹੀਦ ਲੜਕੇ ਬਾਕੀ ਦੇ ਦੋ ਪਿਸਰ ਰਹਿ ਜਾਊ ਅਕੇਲਾ ਕੱਲ ਤੱਕ ਲਟਾ ਕੇ ਘਰ ਪਹਿਲਾਂ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ ਨਾਨਕ ਕਾ ਬਾਗ ਖੂਨੇ ਜਿਗਰ ਸੇ ਕਲਾਊਂਗਾ। ਭਾਈ ਦਇਆ ਸਿੰਘ ਇੱਥੇ ਸਮਾਂ ਆਇਆ ਮੈਂ ਆਪਣੇ ਹੱਥੀ ਆਪਣਾ ਪਿਤਾ ਤੋਰਿਆ ਪਹਿਲਾਂ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ ਅੱਜ ਸਮਾਂ ਆਇਆ ਮੈਂ ਆਪਣੇ ਹੱਥੀ ਆਪਣੇ ਪੁੱਤਰਾਂ ਨੂੰ ਜੋ ਕੇ ਰੰਗ ਭੂਮੀ ਵਿੱਚ ਤੋਰਾਂਗਾ ਪਹਿਲਾਂ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ ਨਾਨਕ ਕਾ ਬਾਗ ਜਿਹੜਾ ਗੁਰੂ ਨਾਨਕ ਦੇ ਸਿੱਖੀ ਦਾ ਬਾਗ ਲਾਇਆ ਉਹਨੂੰ ਪਾਣੀ ਨਹੀਂ ਆਪਣੇ ਪੁੱਤਰਾਂ ਦਾ ਖੂਨ ਪਾ ਕੇ ਸਿੰਜਾਊਗਾ ਪਹਿਲਾਂ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ ਨਾਨਕ ਕਾ ਬਾਗ ਖੂਨੇ ਜਿਗਰ ਸੇ ਖਲਾਊਂਗਾ ਆਪਣੇ ਜਿਗਰ ਦੇ ਤੋਟੇ ਵਾਰ ਕੇ ਮੈਂ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਾਂਗਾ। ਸਤਿਗੁਰੂ ਚਮਕੌਰ ਦੀ ਗੜੀ ਵਿੱਚ ਗਏ ਅੱਖਾਂ ਦੇ ਸਾਹਮਣੇ ਵੱਡਾ ਪੁੱਤਰ ਸ਼ਹਾਦਤ ਦਾ ਜਾਮ ਪੀ ਗਿਆ ਛੋਟੇ ਪੁੱਤਰ ਨੇ ਆਗਿਆ ਮੰਗੀ ਵੈਰੀ ਦੇ ਨਾਲ ਦੋ ਹੱਥ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਿਆ। ਸਮਾਂ ਆਇਆ ਕਿ ਪੰਜਾਂ ਪਿਆਰਿਆਂ ਨੇ ਧੰਨ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਹਾ ਕਿ ਪੰਥ ਦੀ ਖਾਤਰ ਤੁਹਾਨੂੰ ਚਮਕੌਰ ਦੀ ਗੜੀ ਛੱਡਣੀ ਪੈ ਗਈ। ਰਾਤ ਦਾ ਟਾਈਮ ਹੈ ਸਤਿਗੁਰੂ ਚਮਕੌਰ ਦੀ ਗੜੀ ਨੂੰ ਤਿਆਗਿਆ ਉੱਥੇ ਕਿਉਂਕਿ ਵਿਦਵਾਨਾਂ ਨੇ ਬੜਾ ਸੁੰਦਰ ਬਿਆਨ ਕੀਤਾ ਕਿ ਸਤਿਗੁਰੂ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਆਪਣੇ ਪੈਰਾਂ ਦਾ ਜੋੜਾ ਉਤਾਰਿਆ। ਭਾਈ ਮਾਨ ਸਿੰਘ ਨੇ ਬੇਨਤੀ ਕੀਤੀ ਗਰੀਬ ਰਿਵਾਜ ਪੈਰੀ ਜੋੜਾ ਪਾਓ ਜੰਗਲ ਦਾ ਇਲਾਕਾ ਹੈ ਕਿਉਂਕਿ ਬਹੁਤ ਜ਼ਿਆਦਾ ਕੰਡੇ ਹੈ ਸਰਦੀ ਦੀ ਰੁੱਤ ਹੈ ਆਪਦੇ ਚਰਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਛਾਲੇ ਪੈਣਗੇ ਸਾਹਿਬ ਕਹਿਣ ਲੱਗੇ ਭਾਈ ਮਾਨ ਸਿੰਘਾ ਇਹ ਪਾਪ ਇਹ ਗੁਨਾਹ ਮੈਂ ਨਹੀਂ ਕਰ ਸਕਦਾ ਸਤਿਗੁਰੂ ਪੈਰੀ ਜੋੜਾ ਪਾਉਣਾ ਗੁਨਾਹ ਹੈ ਕਿਸੇ ਸਿੱਖ ਦੇ ਕੇਸਾਂ ਨੂੰ ਮੇਰੇ ਪਿਆਰਾਂ ਦਾ ਜੋੜਾ ਲਾ ਗਿਆ ਮੈਂ ਮਹਾਂ ਪਾਪਾਂ ਦਾ ਭਾਗੀ ਬਣ ਜਾਵਾਂਗਾ। ਜਵਾਬ ਦਿੱਤਾ ਕਵੀ ਕਿਦਾ ਸੁਣਕਰ ਬਚਨ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕਰਾ ਪੈ ਜੋ ਹੈ ਮਰਦਾ ਨਹੀਂ ਖਪਣ ਕਿਸਮਤ ਮੈਂ ਲਿਖਾ ਸ਼ਹੀਦੋ ਕੇ ਮੂੰਹ ਪੈ ਖਪਣ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਮੇਰੇ ਬੇਟੇ ਖਪਣ ਮੈਂ ਲੇਟਣ ਜੇ ਮੁਝਕੋ ਮਨਜ਼ੂਰ ਨਹੀਂ। ਵਿਚਾਰ ਕਰਿਓ ਮਾੜੇ ਤੋਂ ਮਾੜਾ ਬੰਦਾ ਵੀ ਹੋਵੇ ਤੇ ਕਦੀ ਉਹਨਾਂ ਦੇ ਪੁੱਤਰ ਖਪਣ ਤੋਂ ਬਗੈਰ ਨਹੀਂ ਗਏ ਪਰ ਸਤਿਗੁਰੂ ਨੇ ਕਹਿ ਦਿੱਤਾ ਕਿ ਮੇਰੇ ਪੁੱਤਰ
ਕਿਉਂਕਿ ਮੈਂ ਇਹਨਾਂ ਦੇ ਖੱਪੜ ਦੀ ਪਾਵਾਂ ਨਾ ਸੁਣ ਕਰ ਬਚਨ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਤਰਮ ਕਰਾਂ ਮੈਂ ਜੋ ਹੈ ਵਰਤਾ ਨਹੀਂ ਖੱਪੜ ਕਿਸਮਤ ਮੈਂ ਲਿਖਾ ਸ਼ਹੀਦੋ ਕੇ ਮੂੰਹ ਮੈਂ ਖੱਪੜ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਮੇਰੇ ਬੇਟੇ ਖੱਪੜ ਮੈਂ ਲੇਟਣ ਜੇ ਮੁਝ ਕੋ ਮਨਜ਼ੂਰ ਨਹੀਂ ਹੈ ਹੋਰ ਵੀ ਜਿੰਨੇ ਲਾਲ ਹੈ ਮੇਰੇ ਜਿੰਨਾ ਜਾਣਾ ਸ਼ਹੀਦੀ ਪਾਈ ਪੁਰਜਾ ਪੁਰਜਾ ਕੱਟ ਮਰੇ ਨਹੀਂ ਦੁਸ਼ਮਣ ਕੋ ਪਿੰਡ ਦਿਖਲਾਈ ਪਰ ਇੱਕ ਇੱਕ ਸੰਗ ਪਿਆਰ ਜਿਤਾਨਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਮੇਰੇ ਬੇਟੇ ਖੱਪੜ ਮੈਂ ਲੇਟਣ ਜੇ ਮੁਝ ਕੋ ਮਨਜ਼ੂਰ ਨਹੀਂ ਹੈ ਸਤਿਗੁਰੂ ਕਹਿਣ ਲੱਗੇ ਜੇ ਮੈਂ ਆਪਣੇ ਪੁੱਤਰਾਂ ਦੀ ਲਾਸ਼ ਤੇ ਖੱਪੜ ਪਾ ਦਿੱਤਾ ਆਉਣ ਵਾਲਾ ਪੰਚ ਕਹੇਗਾ ਫੇਰ ਵੀ ਗੁਰੂ ਨੂੰ ਆਪਣੇ ਪੁੱਤਰੀ ਪਿਆਰੇ ਲੱਗੇ ਕਿਉਂਕਿ ਮੈਂ ਇਹ ਕੰਮ ਨਹੀਂ ਕਰਾਂਗਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਕਹਿਣ ਲੱਗੇ ਗਰੀਬ ਨਵਾਜ਼ ਛੋਟੀ ਉਮਰ ਹੈ ਅਜੇ ਜਵਾਨੀ ਵਿੱਚ ਪੈਰ ਹੀ ਧਰਿਆ ਕੋਮਲ ਸਰੀਰ ਹੈ ਸਵੇਰੇ ਦਿਨ ਚੜੇਗਾ ਕਿੱਲਾ ਪਾੜਗੀਆਂ ਕੀੜੀਆਂ ਬੇਨਤੀ ਕਰਨਗੀਆਂ ਤੇ ਸਤਿਗੁਰੂ ਨੇ ਵੀਰ ਅਸਰ ਜਾ ਕੇ ਕੀ ਬੋਲ ਕੇ ਭਾਈ ਦਇਆ ਸਿੰਘਾ ਮੈਂ ਚਾਹੁੰਦਾ ਹੈ ਕਿ ਮੇਰੇ ਪੁੱਤਰਾਂ ਦੀਆਂ ਬੋਟੀਆਂ ਲੈ ਕੇ ਕਿੱਲਾ ਅਸਮਾਨ ਵਿੱਚ ਉੱਚੀਆਂ ਉਡਾਰੀਆਂ ਮਾਰਨ ਜਿੰਨੀਆਂ ਉੱਚੀਆਂ ਉਡਾਰੀਆਂ ਅਸਮਾਨ ਵਿੱਚ ਕਿੱਲਾ ਲਾਉਣਗੀਆਂ ਓਨੇ ਹੀ ਉੱਚੇ ਨਿਸ਼ਾਨ ਮੇਰੇ ਖਾਲਸਾ ਪੰਥ ਦੇ ਚੁੱਲਣਗੇ ਭਾਈ ਦਇਆ ਸਿੰਘ ਮੈਂ ਚਾਹੁੰਦਾ ਹੈ ਮੇਰੇ ਪੁੱਤਰਾਂ ਦੀਆਂ ਬੋਟੀਆਂ ਮੇਰੇ ਪੁੱਤਰਾਂ ਦਾ ਖੂਨ ਲੈ ਕੇ ਕੀੜੀਆਂ ਪਤਾਲਾਂ ਵਿੱਚ ਜਾਣ ਜਿੰਨੀਆਂ ਡੂੰਘੀਆਂ ਕੀੜੀਆਂ ਪਤਾਲਾਂ ਵਿੱਚ ਜਾਣਗੀਆਂ ਓਨੀਆਂ ਹੀਆਂ ਮੇਰੇ ਖਾਲਸਾ ਪੰਥ ਦੀਆਂ ਮਜ਼ਬੂਤ ਹੋਣਗੀਆਂ ਸਤਿਗੁਰੂ ਨੂੰ ਸਾਨੂੰ ਭਾਣਾ ਮੰਨਣ ਦੀ ਜਾਂਚ ਸਿਖਾਈ ਮੈਂ ਥੋੜ੍ਹਾ ਜਿਹਾ ਹਵਾਲਾ ਦੇਵਾਂਗਾ ਦੇਖਿਆ ਜਾਏ ਕਿ ਸਾਹਿਬਾਂ ਨੇ ਪਾਵਨ ਗੁਰਬਾਣੀ ਵਿੱਚ ਵੀ ਉਦਾਹਰਣਾਂ ਦਿੱਤੀਆਂ ਪਰ ਜੋਗਨ ਮਰ ਜਾਏਗਾ ਕੀਜੇ ਮੇਰਾ ਮੇਰਾ ਤਰ ਰਾਹ ਬੀਜੇ ਜਵਾਨ ਅਵਸਥਾ ਵਿੱਚ ਚੱਲਿਆ ਜਾਵੇ ਅਸੀਂ ਆਪਣਾ ਆਪਣਾ ਕਰਕੇ ਹੁੰਦੇ ਪਰ ਸਾਹਿਬ ਕਹਿੰਦੇ ਜਿਸ ਦਾ ਸਾਹ ਤਿੰਨੇ ਰੱਖ ਲਈਆ ਭੁੱਲਾ ਰੋਵਣ ਹਾਰਾ ਹੈ ਸਾਹਿਬ ਕਹਿੰਦੇ ਕਿਉਂਕਿ ਅਣਜਾਣ ਜੀਵ ਹੈ ਕਿ ਜਿਹਨੇ ਸਵਾਦ ਦਿੱਤੇ ਉਹਨੂੰ ਅਧਿਕਾਰ ਹੈ ਮਾਂ ਕੇਵਲ ਬੱਚਿਆਂ ਨੂੰ ਜਨਮ ਦਿੰਦੀ ਹੈ ਪਰ ਸਵਾਦ ਦੇਣਾ ਰੱਬ ਦਾ ਕੰਮ ਹੈ ਮਾਂ ਦਾ ਕੰਮ ਨਹੀਂ ਸਵਾਦ ਦੇਣੇ ਜੀਤੇ ਜੀ ਜੀਵੇ ਲੈ ਸਾਹਾ ਜਵਾਨੇ ਥੱਕਿਆ ਅਸਾ ਨਾਨਕ ਜਿਉਂ ਜਿਉਂ ਸੱਚੇ ਭਾਵ ਹੈ ਤਿਉਂ ਤਿਉਂ ਦੇ ਗ੍ਰਾਹ ਜੇ ਅੱਜ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਕਿ ਮਹਾਨ ਮਾਤਾ ਮੈਂ ਥੋੜ੍ਹੇ ਜਿਹੇ ਕਿਉਂਕਿ ਬੋਲ ਉਹਦਾ ਮਹੀਨਾ ਹੈ ਜਿੱਥੇ ਕਿਉਂਕਿ ਕਠਿਨਾਈਆਂ ਭਰਿਆ ਸਿੱਖ ਜਗਤ ਵਾਸਤੇ ਮਹੀਨਾ ਹੈ ਉੱਥੇ ਪਰਿਵਾਰ ਵਿੱਚ ਵੀ ਅੱਜ ਬੜੀ ਸੁੱਖ ਦੀ ਲਹਿਰ ਹੈ ਮੈਂ ਥੋੜ੍ਹਾ ਜਿਹਾ ਇਤਿਹਾਸ ਵਾਲਾ ਤੱਕ ਤਾਂ ਲੈ ਰਿਹਾ ਕਿ ਸਾਨੂੰ ਆਪਣੇ ਗੁਰੂ ਵੱਲ ਬਣ ਕੇ ਵੇਖ ਕੇ ਥੋੜ੍ਹਾ ਜਿਹਾ ਭਰੋਸਾ ਬਣ ਜਾਵੇ ਸਾਨੂੰ ਹੀ ਕਿਉਂਕਿ ਭਾਣਾ ਬਦਲ ਦੀ ਜਾਂਚ ਆ ਜਾਵੇ ਅੱਲਾ ਯਾਰ ਖਾਂ ਜੋਗੀ ਉਹ ਗੱਲ ਬੜੀ ਕਮਾਲ ਦੀ ਕਰਦਾ ਹੈ ਇਹਦਾ ਕਿ ਸਤਿਗੁਰੂ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ ਸਰਸਾ ਨਦੀ ਦੇ ਕਿਨਾਰੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਇੱਕ ਤਰਫ ਹੈ ਤੇ ਛੋਟੇ ਸਾਹਿਬਜ਼ਾਦਿਆਂ ਨੇ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਜਿਹੜਾ ਧਿਆਨ ਮਾਰ ਕੇ ਦੇਖਿਓ ਸਰਸਾ ਨਦੀ ਉਹ ਹੈ ਜਿਹਦਾ ਬਰਫਾ ਪਿਘਲ ਕੇ ਪਾਣੀ ਜੇਠਾਣ ਦੇ ਵਿੱਚ ਵੀ ਇੰਨਾ ਠੰਡਾ ਹੁੰਦਾ ਕਿ 10 ਮਿੰਟ ਬਹਿਣਾ ਉਹਦੇ ਵਿੱਚ ਕਿਉਂਕਿ ਬੜਾ ਕਠਿਨ ਹੈ ਜੇਠਾਣ ਦੇ ਦਿਨਾਂ ਵਿੱਚ ਤੇ ਉਹਦੇ ਦਿਨਾਂ ਵਿੱਚ ਪਾਣੀ ਕਿੰਨਾ ਠੰਡਾ ਸੀ 84 ਸਾਲ ਦੀ ਉਮਰ ਹੈ ਮਾਤਾ ਦੀ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਤੁਰੇ ਜਾ ਰਹੇ ਅੱਲਾ ਯਾਰ ਖਾਂ ਕਹਿੰਦਾ ਅਨੋਖੇ ਰਾਹੀਂ ਤੁਰੇ ਹੈ ਇਹਨਾਂ ਰਾਹੀਆਂ ਦੀ ਮੰਜ਼ਿਲ ਕੋਈ ਨਹੀਂ ਇਹਨਾਂ ਰਾਹੀਆਂ ਦਾ ਟਿਕਾਣਾ ਕੋਈ ਨਹੀਂ ਜਾਂ ਬਰਸਾਤ ਦੇ ਕਿਉਂਕਿ ਸਮਾਂ ਸੀ ਬਰਸਾਤ ਦਾ ਤੇ ਉਹਦਾ ਮਹੀਨਾ ਹੈ
ਠੰਡ ਕਿੰਨੀ ਅੰਦਾਜ਼ਾ ਲਾਓ, ਠੰਡੀਆਂ ਹਵਾਵਾਂ ਜਿਹੜੀਆਂ ਜੋ ਕਿ ਹੱਡਾਂ ਨੂੰ ਚੀਰਦੀ ਹੈ। ਮਾਤਾ ਜੀ ਨੇ ਸਰਸਾ ਨਦੀ ਨੂੰ ਪਾਰ ਕੀਤਾ, ਤਨ ਦੇ ਕੱਪੜੇ ਵੀ ਭੇਜ ਗਏ। ਜੋ ਤਨ ਦੇ ਕੱਪੜੇ ਭੇਜ ਗਏ ਹੈ ਤੇ ਸਾਹਿਬਜ਼ਾਦਿਆਂ ਦੇ ਤਨ ਦੇ ਕੱਪੜੇ ਵੀ ਭੇਜ ਗਏ। ਹੁਣ ਸਾਹਿਬਜ਼ਾਦੇ ਮਾਤਾ ਜੀ ਦੇ ਕੋਲ ਹੈ ਤੇ ਸਾਹਿਬਜ਼ਾਦਿਆਂ ਨੇ ਗੱਲ ਕਹੀ, ਦਾਦੀ ਮਾਂ ਨੂੰ ਸਵਾਲ ਕੀਤਾ ਕਿ ਦਾਦੀ ਮਾਂ ਆਪਾਂ ਕਿੱਧਰ ਜਾ ਰਹੇ, ਆਪਣਾ ਟਿਕਾਣਾ ਕਿੱਧਰ ਹੈ, ਬਾਕੀ ਸਿੱਖ ਸਾਡਾ ਬਾਗ ਉਹ ਕਿੱਧਰ ਚਲੇ ਗਏ। ਜਿਹੜਾ ਸਵਾਲ ਕੀਤਾ ਅੱਲਾ ਯਾਰ ਖਾਨ ਨੇ, ਕਹਿਣ ਲੱਗਾ ਦੁਨੀਆਂ ਦੇ ਲੋਕੋ ਜੇ ਦੇਖਿਆ ਜਾਏ ਉਹ ਧੰਨ ਮਾਂ ਤੇ ਉਹ ਧੰਨ ਉਹਦਾ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ, ਕਿਉਂਕਿ ਭਾਣਾ ਮੰਨ ਕੇ ਸਾਨੂੰ ਕਿਉਂਕਿ ਸੰਸਾਰ ਦੇ ਉੱਤੇ ਜਿਉਣ ਦੀ ਜਾਂਚ ਸਿਖਾਈ। ਕਹਿੰਦੇ ਜਦੋਂ ਦਾਦੀ ਮਾਂ ਨੂੰ ਸਵਾਲ ਕੀਤਾ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੈ ਸਾਡੇ ਨਾਲ ਕਿਉਂਕਿ ਸਾਰਾ ਪਰਿਵਾਰ ਸੀ। ਇਹ ਦਾਦੀ ਮਾਂ ਸਾਨੂੰ ਕੱਲਿਆਂ ਨੂੰ ਛੱਡ ਕੇ ਸਾਰੇ ਕਿੱਥੇ ਚਲੇ ਗਏ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੈ ਹਮਕੋ ਛੋੜ ਕੇ ਰਾਹੀ ਕਿੱਧਰ ਗਏ। ਇਹ ਦਾਦੀ ਮਾਂ ਸਾਨੂੰ ਕੱਲਿਆਂ ਨੂੰ ਦਰਿਆ ਦੇ ਕਿਨਾਰੇ ਛੱਡ ਕੇ ਉਹ ਸਾਰੇ ਰਾਹੀ ਕਿੱਥੇ ਚਲੇ ਗਏ। ਅਗਲਾ ਸਵਾਲ ਕੀਤਾ, ਤੜਫਾ ਕੇ ਹਾਏ ਸੁਰਤ ਮਾਹੀ ਕਿੱਧਰ ਗਏ, ਇਹ ਦਾਦੀ ਮਾਂ ਸਾਨੂੰ ਮੱਛੀ ਵਾਂਗ ਤੜਪਦਿਆਂ ਛੱਡ ਕੇ ਸਾਡੀਆਂ ਮਾਤਾਵਾਂ ਵੀ ਪਤਾ ਨਹੀਂ ਕਿਹੜੇ ਤਰਫ ਚਲੀਆਂ ਗਈਆਂ। ਇਹ ਦਾਦੀ ਮਾਂ ਕਿਤੇ ਬੱਚੇ ਤੇ ਭੀੜ ਬੜੇ ਗਈਆਂ। ਜਦੋਂ ਦਾਦੀ ਮਾਂ ਤੇ ਸਵਾਲ ਕੀਤਾ, ਤੜਫਾ ਕੇ ਹਾਏ ਸੁਰਤ ਮਾਹੀ ਕਿੱਧਰ ਗਏ, ਅੱਬਾ ਭਜਾ ਕੇ ਲਸ਼ਕਰ ਸ਼ਾਹੀ ਕਿੱਧਰ ਗਏ। ਇਹ ਦਾਦੀ ਮਾਂ ਬੱਚੇ ਛੋਟੇ ਹੋਣ ਤੇ ਕੱਲਿਆਂ ਨੂੰ ਛੱਡ ਕੇ ਬਾਪ ਹੀ ਕਦੀ ਏਦਾਂ ਜਾਂਦਾ? ਇਹ ਦਾਦੀ ਮਾਂ ਸਾਡੇ ਬਾਪ ਨੂੰ ਸਾਡਾ ਭੋਰਾ ਵੀ ਖਿਆਲ ਨਹੀਂ ਆਇਆ ਹੋਵੇਗਾ। ਅੱਬਾ ਭਜਾ ਕੇ ਲਸ਼ਕਰ ਕਿ ਭਰਾ ਦੇ ਬਿਪਤਾ ਬੜੇ ਭਰਾ ਖਲੋਂਦੇ ਹੈ। ਆ ਦਾਦੀ ਮਾਂ ਜੈਸਾ ਸਮਾਂ ਆਇਆ ਸਾਡੇ ਭਾਈ ਵੀ ਸਾਨੂੰ ਛੱਡ ਕੇ ਚਲੇ ਗਏ, ਕਦੀ ਬਿਪਤਾ ਬਣੇ ਤੇ ਭਰਾ ਵੀ ਭਰਾ ਨੂੰ ਛੱਡ ਕੇ ਜਾਂਦੇ ਹੈ। ਤੜਫਾ ਕੇ ਹਾਏ ਸੁਰ ਪੈ ਕੇ ਮੱਛੀ ਮਾਂ ਤੜਫਦਿਆ ਛੱਡ ਕੇ ਮਾਤਾਵਾਂ ਚਲਿਆ ਗਿਆ, ਬਾਪ ਚਲਿਆ ਗਿਆ, ਭਾਈ ਵੀ ਹਮਕੋ ਭੁੱਲ ਗਏ, ਜੋ ਸ਼ੌਂਕੇ ਜੰਗ ਮੈਂ ਆਪਣਾ ਖਿਆਲ ਤੱਕ ਨਹੀਂ ਜਾਊਗੇ ਤਰਫੰਗ ਮੈਂ। ਇਹ ਦਾਦੀ ਮਾਂ ਸਾਨੂੰ ਸਾਡਾ ਭੋਰਾ ਵੀ ਕਿਸੇ ਨੂੰ ਖਿਆਲ ਨਹੀਂ ਆਇਆ ਹੋਵੇਗਾ। ਤੇ ਦਾਦੀ ਮਾਂ ਨੇ ਘੁੱਟ ਕੇ ਲਾ ਕੇ ਸ਼ਾਦੀ ਨਾਲ ਗੱਲ ਕੀ, ਕਹਿਣ ਲੱਗੇ ਪੁੱਤਰੋ ਤੁਹਾਡਾ ਬਾਪ ਤੁਹਾਡੇ ਭਾਈ ਉਹ ਤੇ ਧਰਮ ਦਾ ਜੰਗ ਲੜਨ ਵਾਸਤੇ ਗਏ, ਥੋੜੇ ਕਬੀ ਪਿਤਾ ਕਬੀ ਭਾਈ ਬਣਾਏਗੇ, ਲਗਾ ਕੇ ਹਮਕੋ ਗਲੇ ਕਹੇਗੇ ਉਹ ਬਾਰ ਬਾਰ ਮੰਨ ਜਾਓ, ਲੇਕਿਨ ਹਮ ਨਹੀਂ ਮਾਨੇਗੇ ਜੀ ਰਹਾ। ਵੱਡਾ ਸਾਹਿਬਜ਼ਾਦਾ ਕਹੇਗਾ ਵੇਖੋ ਛੋਟੇ ਭਾਈ, ਜਦੋਂ ਰਣ ਜਿੱਤ ਕੇ ਵੱਡਾ ਭਾਈ ਆਏਗਾ ਤੇ ਆਪਾਂ ਨੂੰ ਬਲਣਾ ਲਾਏਗਾ, ਆਪਾਂ ਬੋਲਣਾ ਨਹੀਂ। ਜਬ ਰਣ ਆ ਜੀਤ ਜੀਤ ਕੇ ਤਸਰੀਫ ਲਾਏਗੇ ਅੱਬਾ ਕੇ ਸਾਥ, ਜਿਸ ਘੜੀ ਜੁਜਾਰ ਆਏਗੇ ਆਪਣਾ ਪਿਤਾ ਆਏਗਾ, ਉਹਦੇ ਨਾਲ ਛੋਟਾ ਭਾਈ ਆਏਗਾ, ਆਪਣਾ ਕੋਈ ਗੱਲ ਲਾ ਕੇ ਪਿਆਰ ਕਰਨਗੇ, ਆਪਾਂ ਬੋਲਣਾ ਨਹੀਂ। ਜਦੋਂ ਆਪਾਂ ਨਾ ਨਾ ਬੋਲੇ ਫਿਰ ਆਪਣੀਆਂ ਮਾਤਾਵਾਂ ਗਾਲਾਂ ਲਾਉਣਗੀਆਂ, ਆਪਾਂ ਉਹਨਾਂ ਨਾਲ ਵੀ ਨਹੀਂ ਬੋਲਣਾ। ਤੇ ਭਾਈ ਤੇ ਸਿੱਖ ਪਿਆਰ ਕਰਨਗੇ, ਆਪਾਂ ਕਹਿਣਾ ਕਿ ਬਿਲਕੁਲ ਤੁਹਾਡੇ ਪਾਸੇ ਨਹੀਂ ਲੱਗਣਾ। ਛੋਟਾ ਸਾਹਿਬਜ਼ਾਦਾ ਕਹਿਣਗਾ ਵੱਡੇ ਭਾਈ ਇਹ ਗੱਲ ਤੇਰੀ ਮੈਨੂੰ ਹਜ਼ਮ ਨਹੀਂ ਹੋਈ। ਕਹਿਣਗਾ ਕਿਉਂ? ਕਹਿੰਦਾ ਇੱਕ ਉਹਨਾਂ ਧਰਮ ਦਾ ਜੰਗ ਲੜ ਕੇ ਆਉਣਾ ਤੇ ਦੂਜਾ ਆਪਾਂ ਉਹਨਾਂ ਨਾਲ ਬੋਲੀਏ ਨਾ। ਆਪਾਂ ਨੇ ਸੁਣੀ ਤੇ ਪਿਆਰ ਦੇ ਨਾਲ ਲਾ ਕੇ ਗੱਲ ਲੱਗ ਗਿਆ ਕਿ ਪੁੱਤਰੋ ਇਹ ਵਿਛੋੜਾ ਇੱਕ ਦਿਨ ਦਾ ਨਹੀਂ, ਇਹਦੇ ਵਿਛੋੜੇ ਉਮਰਾਂ ਦੇ ਪੈ ਗਏ।
ਨਾ ਭਾਈ ਮਿਲੇਗਾ, ਨਾ ਬਾਪ ਮਿਲੇਗਾ, ਨਾ ਮਾਤਾ ਮਿਲੇਗੀ, ਕਿਉਂਕਿ ਜਿਹੜਾ ਵੀ ਆਇਆ ਉਹਨੂੰ ਸਮਾਂ ਪਾ ਕੇ ਜਾਣਾ ਪਿਆ ਕਿ ਪੁੱਤਰੋ ਹੁਣ ਇਹ ਵਿਛੋੜਾ, ਕਿਉਂਕਿ ਕੋਈ ਸਮਾਂ ਇਕੱਠਾ ਹੋਣ ਵਾਲਾ ਨਹੀਂ, ਇਹ ਵਿਛੋੜਾ ਸਦੀਵੀ ਪੈ ਗਿਆ, ਹੁਣ ਮਿਲਾਪ ਨਹੀਂ ਹੋਏਗਾ। ਬੱਚੋ ਕੀ ਗੁਪਤਗੂ ਜਦ ਸੁਣੀ ਦਾਦੀ ਜਾਨ ਨੇ ਇੱਕ ਤਿਆਰ ਹੋ ਦਿਆ ਸਵਾਲਾ ਇਸ਼ਾਰੇ, ਕਹਿੰਦੇ ਦਾਦੀ ਮਾਂ ਨੂੰ ਰਾਗ ਆ ਗਿਆ, ਪੈਣ ਕੇ ਘੋੜੇ ਹੈ ਨਾ ਦੇ ਸਮਝ ਹੈ, ਇਹਨਾਂ ਨੂੰ ਸਮਝ ਨਹੀਂ, ਇਹ ਵਿਛੋੜਾ ਇੱਕ ਦਿਨ ਦਾ ਨਹੀਂ, ਇਹ ਵਿਛੋੜਾ ਉਮਰਾਂ ਦਾ ਪੈ ਗਿਆ, ਕਿਉਂਕਿ ਹੁਣ ਮਿਲਾਪ ਨਹੀਂ ਹੋਏਗਾ। ਭਾਵੇਂ ਲੰਮੀ ਚੌੜੀ ਗਾਥਾ ਅੱਲਾ ਯਾਰ ਖਾਂ ਜੋਗੀ ਨੇ ਕਹੀ ਹੈ, ਪਰ ਇਹ ਗੱਲ ਉਹਨਾਂ ਬੜੀ ਕਮਾਲ ਦੀ ਕਹੀ ਹੈ, ਇਹਦਾ ਦੁਨੀਆਂ ਦੇ ਲੋਕੋ ਜੇ ਗੱਲ ਭਾਣੇ ਦੀ ਕਰੀਏ ਤਾਂ ਦਾਨੀ ਕੋਈ ਦੁਨੀਆਂ ਤੇ ਪੈਦਾ ਹੀ ਨਹੀਂ ਹੋਏਗਾ। ਕਹਿਣਗੇ ਕਿਉਂ? ਕਹਿੰਦਾ ਕਿ ਸਰਬੰਸ ਦਾਨੀ ਆਪਣਾ ਸਾਰਾ ਪਰਿਵਾਰ ਬਾਹਰ ਦੇਣਾ, ਕਹਿੰਦਾ ਕੇਵਲ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਵਿੱਚ ਹੈ, ਤੇ ਜਿਹਨਾਂ ਸਾਰਾ ਕੁਝ ਧਰਮ ਦੇ ਲੇਖੇ ਲਾ ਦਿੱਤਾ ਹੈ, ਤੇ ਅੱਲਾ ਯਾਰ ਖਾਂ ਜੋਗੀ ਨੇ ਗੱਲ ਕਹੀ ਹੈ, ਕਹਿੰਦਾ ਜੇ ਦੁਨੀਆਂ ਦੇ ਵਿੱਚ ਯਾਤਰਾ ਕਰਨੀ ਹੈ ਤੇ ਸਭ ਤੋਂ ਮਹਾਨ ਤੀਰਥ, ਸਭ ਤੋਂ ਮਹਾਨ ਅਸਥਾਨ ਕਹਿੰਦਾ ਉਹ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਅੱਲਾ ਯਾਰ ਖਾਂ ਗੱਲ ਕਹਿੰਦਾ ਹੈ, ਕਹਿੰਦਾ ਬਸ ਇਹ ਹਿੰਦ ਮੈਂ ਤੀਰਥ ਹੈ ਯਾਤਰੋਂ ਕੇ ਲੀਏ, ਕਟਾਏ ਬਾਤ ਨੇ ਬੇਟੇ ਜਹਾਂ ਖੁਦਾ ਕੇ ਲੀਏ। ਪਰ ਜੇ ਦੇਖਿਆ ਜਾਏ ਸਿੱਖ ਜਗਤ ਵਿੱਚ ਜੇ ਸਭ ਤੋਂ ਜ਼ਿਆਦਾ, ਕਿਉਂਕਿ ਰੋਸ ਜਾਗਿਆ ਤੇ ਸਤਿਗੁਰੂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਰਕੇ, ਇੱਕ ਮੁਸਲਮਾਨ ਵਿਦਵਾਨ ਕਹਿੰਦਾ ਇਸਲਾਮ ਧਰਮ ਨੇ ਦੋ ਗਲਤੀਆਂ ਕੀਤੀਆਂ ਤੇ ਆਪਣਾ ਰਾਜ ਭਾਗ ਗਵਾ ਕੇ ਬਹਿ ਗਿਆ। ਇਹਨਾਂ ਦੋ ਗਲਤੀਆਂ, ਪਹਿਲੀ ਗਲਤੀ ਹੈ ਕਿ ਗੁਰੂ ਅਰਜਨ ਦੇਵ ਨੂੰ ਸ਼ਹੀਦ ਨਾ ਕੀਤਾ ਜਾਂਦਾ ਤੇ ਸਿੱਖ ਕਦੀ ਵੀ ਨਿਡਰ ਨਹੀਂ ਸੀ ਹੋਣਾ, ਕਿਉਂਕਿ ਸਿੱਖ ਜਿਹੜੇ ਹੈ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਤੋਂ ਸਿੱਖ ਜਿਹੜੇ ਸੀ ਨਿਡਰ ਹੋ ਗਏ। ਇਹ ਪਹਿਲੀ ਗਲਤੀ ਹੈ ਇਸਲਾਮ ਦੀ। ਦੂਜੀ ਗਲਤੀ ਹੈ ਕਿ ਜੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਨਾ ਕੀਤਾ ਜਾਂਦਾ ਤੇ ਮੁਗਲਾਂ ਦਾ ਰਾਜ ਕਦੀ ਹਿੰਦੁਸਤਾਨ ਦੀ ਧਰਤੀ ਤੋਂ ਗਰਕ ਨਹੀਂ ਸੀ ਹੋਣਾ। ਇਹਦਾ ਕਾਰਨ ਇਹ ਬਣਿਆ ਕਿ ਸਿੱਖ ਬਾਕੀ ਦੇ ਸਾਰਾ ਕੁਝ ਭੁੱਲ ਜਾਣ, ਪਰ ਘਾਟ ਇਹਨਾਂ ਦੇ ਬਰਬਾਦ ਹੋ ਗਏ, ਪਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਖ ਜਗਤ ਕਦੀ ਭੁੱਲ ਨਹੀਂ ਸਕਦਾ। ਪਰ ਕਿਉਂਕਿ ਜਦੋਂ ਸਾਡਿਆਂ ਵੱਡਿਆਂ ਵਡੇਰਿਆਂ ਦੇ ਸ਼ਹੀਦੀ ਦਿਨ ਆਉਣੇ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕੋਈ ਮੰਜੇ ਤੇ ਨਹੀਂ ਸੀ ਸੌਂਦਾ ਜਦੋਂ ਸ਼ਹੀਦੀ ਦਿਹਾੜਾ ਆਉਣਾ, ਥੱਲੇ ਆਸਣ ਲਾਉਣੇ, ਘਰਾਂ 'ਚ ਚੁੱਲ੍ਹੇ ਚੰਦ ਨਾ ਬਲਣੀ, ਕਿਉਂਕਿ ਗੁਰਬਾਣੀ ਪੜ੍ਹਨੀ, ਖੁਰਾਕ ਵਾਲਾ ਸਮਾਂ, ਤੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਰਹਿ, ਕਿਉਂਕਿ ਠੰਡਾ ਬੁਰਜ ਉਹ ਹੈ ਜੇਠ ਹਾੜ ਦੇ ਦਿਨਾਂ ਵਿੱਚ, ਜਿਹਦੇ ਵਿੱਚ ਠੰਡੀਆਂ ਹਵਾਵਾਂ ਕਿਉਂਕਿ ਲੈਣ ਵਾਸਤੇ ਠੰਡਾ ਬੁਰਜ ਬਣਾਇਆ ਸੀ, ਸਾਹਿਬਜ਼ਾਦਿਆਂ ਨੂੰ ਉੱਥੇ ਕੈਦ ਕੀਤਾ ਗਿਆ। ਉਹਨਾਂ ਲੋਕਾਂ ਨੇ ਇੱਕ ਫੈਸਲਾ ਕਰ ਲਿਆ ਕਿ ਜਿਹੜੇ ਫਤਿਹਗੜ੍ਹ ਸਰਹੰਦੀ ਧਰਤੀ ਦੇ ਰਹਿਣ ਵਾਲੇ, ਤੇ ਜਿੰਨੇ ਦਿਨ ਕਿਉਂਕਿ ਸ਼ਹੀਦੀ ਜੋੜ ਮੇਲਾ ਚੱਲੇਗਾ, ਕੋਈ ਵੀ ਸਿੱਖ ਆਪਣੇ ਘਰ ਵਿਆਹ ਨਹੀਂ ਕਰੇਗਾ, ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀਂ ਕਰੇਗਾ, ਕਿਉਂਕਿ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਏ ਕਿ ਜਿਹਨਾਂ ਨੇ ਸਾਡੀ ਖਾਤਰ, ਧਰਮ ਦੀ ਖਾਤਰ ਸਾਰਾ ਕੁਝ ਨਿਸ਼ਾਵਰ ਕਰ ਗਏ। ਕਿਉਂਕਿ ਸਾਡੇ ਗੁਰੂਆਂ ਨੇ ਇਹ ਪੂਰਨੇ ਪਾਏ ਸਾਨੂੰ ਦੱਸਿਆ ਕਿ ਜੇ ਭਾਣਾ ਵਾਪਰ ਜਾਵੇ ਤੇ ਭਾਣੇ ਨੂੰ ਮੰਨਣਾ ਕਿਵੇਂ, ਜਿਵੇਂ ਸਤਿਗੁਰੂ ਨੇ ਆਪ ਭਾਣੇ ਨੂੰ ਮੰਨਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਸਾਲ ਦੀ ਉਮਰ ਦੇ ਵਿੱਚ ਜਦੋਂ ਪਿਤਾ ਨੂੰ ਤੋਰਿਆ ਤੇ ਪਿਤਾ ਨੇ ਇੱਕ ਗੱਲ ਕਹੀ ਸੀ, ਪੁੱਤਰ ਜੀ ਸ਼ਹਾਦਤ ਦਾ ਜਾਮ ਅਸੀਂ ਪੀਵਾਂਗੇ ਪਰ ਤੈਨੂੰ ਯਤੀਮ ਹੋਣਾ ਪਏਗਾ।
ਤੇ ਅੱਗੋਂ ਗੋਬਿੰਦ ਰਾਏ ਨੂੰ ਗੱਲ ਕੀ ਗਈ ਕਿ ਪਿਤਾ ਜੀ ਜੇ ਇੱਕ ਯਤੀਮ ਹੋਣ ਦੇ ਨਾਲ ਲੱਖਾਂ ਯਤੀਮ ਹੋਣੋਂ ਬਚ ਜਾਣ ਤੇ ਸੌਦਾ ਇਹ ਮਹਿੰਗਾ ਨਹੀਂ ਇਹ ਸਸਤਾ ਹੈ, ਕਿਉਂਕਿ ਲੋਕ ਜਿਹੜੇ ਹੈ ਉਹਨਾਂ ਤੇ ਅਤਿਆਚਾਰ ਹੋਣਾ ਬੰਦ ਹੋ ਜਾਏ ਸਾਡੀ ਕੋਈ ਗੱਲ ਨਹੀਂ, ਕਿਉਂਕਿ ਅਸੀਂ ਜੀਵਨ ਜੀ ਸਕਦੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਤੁਰਨ ਸਮੇਂ ਇੱਕ ਬੋਲ ਕਿਹਾ ਸੀ ਮਾਤਾ ਗੁਜਰੀ ਜੀ ਨੂੰ, ਕਹਿ ਲੱਗੇ ਗੁਜਰੀ ਬੱਚੇ ਦੀ ਉਮਰ ਛੋਟੀ ਹੈ, ਅਸੀਂ ਕਿੱਧਰ ਜਾ ਰਹੇ, ਕਿਉਂਕਿ ਸ਼ਹਾਦਤ ਦਾ ਚਾਹ ਪੀਣਾ ਪਏਗਾ, ਇਹਨੂੰ ਵਿਧਵਾ ਹੋਣਾ ਪਏਗਾ। ਤੇ ਅੱਗੋਂ ਮਾਤਾ ਜੀ ਨੇ ਗੱਲ ਕਹੀ ਕਿ ਜੇ ਮੇਰੇ ਵਿਧਵਾ ਹੋਣ ਦੇ ਨਾਲ ਲੱਖਾਂ ਵਿਧਵਾ ਹੋਣੋਂ ਬਚ ਜਾਣ ਤੇ ਸੌਦਾ ਮਹਿੰਗਾ ਨਹੀਂ ਸੌਦਾ ਸਸਤਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਹ ਗੱਲ ਹੋਈ ਤੇ ਕਹਿਣ ਲੱਗੇ ਕਿ ਮਾਤਾ ਗੁਜਰੀ ਜੀ ਸਤਿਗੁਰੂ ਦੇ ਮਹਿਲ ਇਹ ਵਿਰਾਗ ਨਹੀਂ ਕਰਨਗੇ। ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਸ਼ਹਾਦਤ ਦਾ ਜਾਣ ਪੀਣ ਵਾਸਤੇ ਚੱਲੇ, ਇਹ ਵਿਰਾਗ ਨਹੀਂ ਕਰਨਗੇ। ਆਪ ਆਪਣੇ ਪਤੀ ਨੂੰ ਆਪਣੇ ਹੱਥੀ ਤੋਰਿਆ ਹੈ, ਸ਼ਹਾਦਤ ਹੈ ਪਰ ਪਤੀ ਨੂੰ ਆਪ ਤੋਰਿਆ। ਕਹਿ ਲੱਗੇ ਕੀ ਵਿਰਾਗ ਨਹੀਂ? ਤੇ ਸਤਿਗੁਰ ਨੇ ਉੱਤਰ ਦਿੱਤਾ, ਅੱਜ ਤੇ ਕੇਵਲ ਪਤੀ ਨੂੰ ਭੇਜਿਆ, ਕਿਤੇ ਸਮਾਂ ਆਏਗਾ ਗੁਜਰੀ ਜੀ ਤੈਨੂੰ ਲਾਲਾ ਨੂੰ ਵੀ ਆਪ ਤੋਰਨਾ ਪਏਗਾ। ਬਾਕੀ ਉਹ ਸਮਾਂ ਆਇਆ ਤੇ ਸਾਹਿਬਜ਼ਾਦਿਆਂ ਨੂੰ ਮਾਤਾ ਨੇ ਆਪਣੇ ਹੱਥੀ ਤੋਰਿਆ, ਜਾਣੇ ਸੇ ਪਹਿਲੇ ਤੁਮਕੋ ਗਲੇ ਲਗਾ ਕੋ ਲਊਂ, ਕੇਸੋ ਕੋ ਕੰਗੀ ਕਰੂੰ ਜਰਾ ਮੂੰਹ ਤਲਾ ਤੇ ਲਊਂ, ਪਿਆਰੇ ਸੇ ਸਿਰ ਪੈ ਨੰਨੀ ਕਲਗੀ ਤੇ ਸਜਾ ਲਊਂ। ਹਰ ਮਾਂ ਬਾਪ ਹਰ ਭੈਣ ਨੂੰ ਹੁੰਦਾ ਹੈ ਕਿ ਮੇਰੇ ਘਰ ਵਿੱਚ ਕਿਉਂਕਿ ਮੇਰਾ ਭਰਾ ਹੋਵੇ ਉਹਨੂੰ ਵਿਆਹੀਏ, ਘਰ ਵਿੱਚ ਕਿਉਂਕਿ ਜਿਹੜੀ ਹੈ ਨਹੁੰ ਆਵੇ ਭਰਜਾਈ ਆਵੇ। ਪਰ ਥੋੜੇ ਦਿਨ ਹੋਏ ਕਿਉਂਕਿ ਏਦਾਂ ਹੀ ਵਿਦੇਸ਼ ਵਿੱਚ ਭੈਣ ਦਾ ਭਰਾ 21 ਸਾਲ ਦੀ ਉਮਰ, ਕਿਉਂਕਿ ਅਖਬਾਰ ਵਿੱਚ ਵੀ ਉਹ ਖਬਰ ਆਈ, ਸੋਸ਼ਲ ਮੀਡੀਆ ਉੱਤੇ ਵੀ ਖਬਰ ਆਈ, ਭੈਣ ਜਿਹੜੀ ਆ ਭਰਾ ਨੇ ਕਿਹਾ ਕਿ ਮੈਂ ਕਿਉਂਕਿ ਵਿਦੇਸ਼ ਵਿੱਚ ਚਲਿਆ ਗਿਆ, ਮੈਂ ਭੈਣ ਦਾ ਵਿਆਹ ਐਸਾ ਕਰਾਂਗਾ ਲੋਕ ਵੇਖ ਕੇ ਤੰਗ ਰਹਿ ਜਾਣਗੇ, ਕਿਉਂਕਿ ਮੈਂ ਕਮਾਈ ਕਰਾਂਗਾ। ਤੇ ਭੈਣ ਆਪਣੀ ਨੂੰ ਕਿਹਾ ਫਿਕਰ ਨਾ ਕਰੀ, ਮੈਂ ਕਿਉਂਕਿ ਬਹੁਤ ਪੈਸੇ ਕਮਾ ਕੇ ਭੇਜਾਂਗਾ, ਵਿਆਹ ਐਸਾ ਕਰਾਂਗਾ ਲੋਕ ਵੇਖਣਗੇ। ਮੈਂ ਚੰਨ ਘੁਮਾਣਾ ਐਸਾ ਵਾਪਰਿਆ ਕਿ ਭਰਾ ਦੀ ਲਾਸ਼ ਘਰ ਵਿੱਚ ਆ ਗਈ। ਇਸ ਭਰਾ ਦੇ ਬਾਰੇ ਭੈਣ ਕਹਿ ਰਹੀ, ਕਿਉਂਕਿ ਭਰਾ ਕਹਿ ਰਿਹਾ ਸੀ ਭੈਣ ਨੂੰ ਕਿ ਮੈਂ ਤੇਰੇ ਵਿਆਹ ਦੇ ਉੱਤੇ ਸਾਰੇ ਚਾਅ ਕਰਾਂਗੀ। ਤੇ ਭੈਣ ਇਹ ਗੱਲ ਕਹਿੰਦੀ ਸੀ ਮੈਂ ਆਪਣੇ ਭਰਾ ਦੇ ਜਦੋਂ ਵਿਆਹਾਂਗੀ ਸਾਰੇ ਚਾਅ ਕਰਾਂਗੀ। ਅਚਾਨਕ ਲਾਸ਼ ਘਰ ਵਿੱਚ ਆ ਗਈ ਤੇ ਭੈਣ ਨੇ ਕੀ ਕੀਤਾ? ਕਹਿਣ ਲੱਗੀ ਉਦਾਂ ਤੇ ਮੇਰੀ ਸਦਰ ਸੀ ਕਿ ਮੇਰੇ ਭਰਾ ਦੇ ਸਿਰ ਤੇ ਸਿਹਰਾ ਲੱਗੇ, ਤਲਗੀ ਲੱਗੇ, ਵਿਆਹ ਕੇ ਲਿਆਵੇ। ਪਰ ਉਹਨੇ ਜਦੋਂ ਸ਼ਿਵਲਾ ਦੇ ਵਿੱਚ ਲਾਸ਼ ਆਈ ਆਪਣੇ ਭਰਾ ਦੀ ਲਾਸ਼ ਨੂੰ ਸਿਰਾ ਬੰਨ ਦਿੱਤਾ, ਕਲਗੀ ਲਾ ਦਿੱਤੀ। ਕਲਗੀ ਉਹ ਤੇ ਸਦਰ ਮੇਰੀ ਪੂਰੀ ਨਹੀਂ ਹੋਈ, ਚਲੋ ਕਿਉਂਕਿ ਮੈਂ ਉਹ ਸਦਰ ਪੂਰੀ ਕਰ ਲਵਾਂ ਜਿਹੜੇ ਮੈਂ ਬੋਲ ਆਪਣੇ ਭਰਾ ਦੇ ਨਾਲ ਕਹਿ ਸੀ। ਇਹਦੇ ਜਿੰਨੇ ਵੀ ਲੋਕ ਸਾਰੇ ਚਾਰੋਂ ਚਾਰ ਕੁੱਬਾਂ ਮਾਰ ਕੇ ਰੋਣ ਲੱਗ ਪਏ। ਤਾਂ ਕੀ ਕਰ ਸਕਦੇ ਹਾਂ, ਨਿਰੰਕਾਰ ਦਾ ਹੁਕਮ ਹੈ। ਗੁਰਬਾਬੇ ਨੇ ਤੇ ਪਹਿਲੇ ਪਾਵਨ ਗੁਰਬਾਣੀ ਦਾ ਨਾ ਬਾਰਕ ਨਾ ਜੋਗ ਨੇ ਨਾ ਬਿਰਦੀ ਕਿਸ਼ਬੰਧ, ਉਹ ਬੇਰਾ ਨਾ ਬੂਧੀਏ ਜੋ ਆਏ ਪਰੇ ਜਮ ਬੰਧ। ਮੌਤ ਕਦੋਂ ਆਏਗੀ ਇਹਦੇ ਬਾਰੇ ਤੇ ਕਿਸੇ ਨੂੰ ਕੋਈ ਗਿਆਨ ਨਹੀਂ। ਪਰ ਜਿਹੜਾ ਕੋਈ ਚੰਗੇ ਕਰਮ ਕਰਕੇ ਸਮਾਜ ਵਿੱਚ ਕੋਈ ਚੰਗੀ ਸੇਧ ਦੇ ਕੇ ਜਾਂਦਾ ਹੈ ਦੁਨੀਆਂ ਨੂੰ ਯਾਦ ਕਰਦੀ, ਕਿਉਂਕਿ ਬੈਠੇ ਸਨ ਜਿੰਨੇ ਜਾਣੇ ਕੋਲ ਬਹਿ ਕੇ ਗੱਲਬਾਤ ਚੱਲੀ ਸਾਰੇ ਕਹਿਣ ਲੱਗੇ ਕਿ ਹੋਣ ਹਾਰ ਸੀ।
ਮਲਾਪੜਾ ਸਮਾਜ ਸੀ। ਨੌਜਵਾਨ ਜਿਹੜਾ ਹੈ ਨਾ ਛੋਟੀ ਉਮਰ ਦੇ ਵਿੱਚ ਸਾਰਿਆਂ ਦਾ ਪਿਆਰ ਦੀ ਭਾਵਨਾ ਬਣਾਈ, ਹਰ ਇੱਕ ਦਾ ਕਿਉਂਕਿ ਲੋੜ ਵੀ ਪੂਰੀ ਕਰ ਦੇਣੀ, ਆਖੇ ਵੀ ਲੱਗ ਜਾਣਾ। ਭਾਈ ਸਾਹਿਬ ਦੱਸ ਰਹੇ ਸਨ ਕਿ ਬੇਸ਼ੱਕ ਮੈਂ ਵੱਡਾ ਕਿਉਂਕਿ ਵਿਦੇਸ਼ ਵਿੱਚ ਗਿਆ, ਇਹ ਸਾਰਾ ਹੀ ਕਾਰੋਬਾਰ ਇਹਦੇ ਸਿਰ ਤੇ ਸੀ, ਸਾਰੀਆਂ ਜ਼ਿੰਮੇਵਾਰੀਆਂ ਆਪਣੀ ਚੁੱਕੀਆਂ ਸਨ। ਉਹ ਚੰਗਾ ਲੈ ਬੰਦਾ ਚਲਿਆ ਜਾਵੇ, ਦੁੱਖ ਤੇ ਹੈ ਪਰ ਕੀ ਕਰ ਸਕਦੇ, ਨਿਰੰਕਾਰ ਦਾ ਹੁਕਮ ਹੈ। ਕਿਉਂਕਿ ਇੱਥੇ ਜਦੋਂ ਵੀ ਵਾਰੀ ਆਉਂਦੀ ਹੈ ਇੱਥੇ ਚੰਗਾ ਵੀ ਚਲਿਆ ਜਾਂਦਾ, ਮੰਦਾ ਵੀ ਚਲਿਆ ਜਾਂਦਾ। ਕੱਪੜ ਰੂਪ ਸਮਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਜਿਹੜਾ ਕਿਉਂਕਿ ਦੁਨੀਆਂ ਉੱਤੇ ਆਪਾਂ ਤਨ ਰੂਪੀ ਕੱਪੜਾ ਲੈ ਕੇ ਆਏ ਹਾਂ, ਇਹੀ ਕੱਪੜਾ ਕਿਸੇ ਚੰਗੇ ਦਰਜੀ ਨੂੰ ਦਿੱਤਾ ਜਾਵੇ ਤੇ ਲੋਕ ਕਹਿੰਦੇ ਇਹ ਕੱਪੜਾ ਸਵਾਇਆ ਕਿੱਥੋਂ ਹੈ, ਜੇ ਕੱਪੜਾ ਵਧੀਆ ਹੋਵੇ ਤੇ ਮਾੜੇ ਦਰਜੀ ਕੋਲ ਚਲਿਆ ਜਾਵੇ ਤੇ ਲੋਕ ਕਹਿੰਦੇ ਕੱਪੜਾ ਤੇ ਵਧੀਆ ਸੀ ਪਰ ਸਿਉਣ ਵਾਲੇ ਨੇ ਇਹਦੀ ਡੰਡ ਲਾ ਦਿੱਤੀ, ਸਿਲਾਈ ਕਰਨ ਵਾਲੇ ਨੇ ਇਹਦੀ ਡੰਡ ਲਾ ਦਿੱਤੀ। ਚੰਗੀ ਸੰਗਤ ਮਿਲਦੀ ਨਾ ਤੇ ਜੀਵਨ ਮਹਾਨ ਬਣ ਜਾਂਦਾ ਹੈ, ਤੇ ਮਾੜੀ ਸੰਗਤ ਮਿਲਦੇ ਤੇ ਜੀਵਨ ਬਰਬਾਦ ਹੋ ਜਾਂਦਾ ਹੈ। ਕੱਪੜ ਰੂਪ ਸਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰੱਬ ਦੇ ਅੱਗੇ ਜਾਵਣਾ, ਨੰਗਾ ਦੋਦ ਵਿਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛਤਾਵਣਾ। ਕੋਈ ਗਲਾਹ ਕਰਕੇ ਜਾਈਏ ਤੇ ਕਿਉਂਕਿ ਪੱਲੇ ਪਛਤਾਵਾ ਹੀ ਲੈ ਜਾਂਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਵਚਨ ਹੈ ਕਿ ਜੀਵ ਆਇਆ ਤੇ ਜੇ ਆਇਆ ਤੇ ਤੈਨੂੰ ਸੰਸਾਰ ਤੋਂ ਜਾਣਾ ਪੈਣਾ। ਕਈ ਵਾਰ ਆਪਾਂ ਗਾਇਕ ਗਾਇਕ ਤੱਕੀਏ ਕਈ ਘਟਨਾਵਾਂ ਐਸੀਆਂ ਵਾਪਰਦੀਆਂ ਹੈ ਤੇ ਬਾਕੀ ਸਮਝ ਆਉਂਦੀ ਕਿ ਗੁਰਬਾਣੀ ਵਿੱਚ ਜੋ ਲਿਖਿਆ ਇਹ ਬਿਲਕੁਲ ਸੱਚਾਈ ਹੈ। ਇੱਕ ਢਿਲਵਾਂ ਪਿੰਡ ਤੋਂ ਇੱਕ ਜ਼ਿਮੀਂਦਾਰ ਕਣਕ ਲੈ ਕੇ ਰੰਗੇ ਮੰਡੀ ਆਇਆ, ਉਹਨੂੰ ਕਣਕ ਵੇਚੀ ਤੇ ਕਣਕ ਦੇ ਵਿੱਚੋਂ ਜਿਹੜਾ ਗੰਦ ਘੁੰਡੀਆਂ ਨਿਕਲੀਆਂ ਉਹ ਦੋ ਗੰਡਾ ਉਹਨੇ ਪਾ ਕੇ ਤੇ ਚਾਲੀਆਂ ਵਿੱਚ ਬੰਨ ਲਈ। ਜਦੋਂ ਵਾਪਸ ਗਿਆ ਤੇ ਸ੍ਰੀ ਬਾਬਾ ਬਕਾਲਾ ਸਾਹਿਬ ਵਾਲੇ ਮੋੜ ਤੇ ਇੱਕ ਔਰਤ ਖਲੋਤੀ ਹੈ, ਉਹਨੇ ਹੱਥ ਦਿੱਤਾ, ਉਹਨੇ ਟਰੈਕਟਰ ਜਿਹੜਾ ਸੀ ਰੋਕਿਆ ਤੇ ਉਹ ਟਰਾਲੀ ਦੇ ਵਿੱਚ ਬਹਿ ਗਈ। ਜਿਵੇਂ ਅੱਜ ਆਪਾਂ ਦੇਖਦੇ ਹਾਂ ਕਿ ਬੇਵਿਸ਼ਵਾਸੀ ਹੋ ਗਈ ਹੈ, ਕਿਸੇ ਦੇ ਨਾਲ ਕਿਸੇ ਧੀ ਭੈਣ ਦੇ ਬਹਿਣਾ ਹੋਵੇ ਨਾ ਅੱਜ ਬੇਵਿਸ਼ਵਾਸੀ ਹੈ ਕਿ ਹੱਥ ਦਿੰਦਿਆਂ ਵੀ ਉਹ ਸੋਚਦੀ ਹੈ ਕਿ ਪਤਾ ਨਹੀਂ ਕਿੱਦਾਂ ਦੀ ਭਾਵਨਾ ਵਾਲਾ ਮਨੁੱਖ ਹੋਏਗਾ। ਉਹਨੇ ਟਰਾਲੀ ਦੇ ਵਿੱਚ ਜਾ ਕੇ ਬਹਿ ਗਈ, ਤੱਪੜ ਪਿਆ ਸੀ ਤੱਪੜਾਂ ਉੱਤੇ ਜਾ ਕੇ ਉਹ ਬਹਿ ਗਈ। ਕੁਝ ਜਿਹੜੇ ਜਿਨ੍ਹਾਂ ਵਿੱਚ ਕਿਉਂਕਿ ਉਹ ਗੰਦ ਸੀ ਜਿਹੜਾ ਘੁੰਡੀਆਂ ਵਗੈਰਾ ਤੇ ਬਾਕੀ ਉਹ ਖਾਲੀ ਤੱਪੜ ਉਹਨਾਂ ਦੇ ਉੱਤੇ ਬਹਿ ਗਈ ਤੇ ਜਾਣਾ ਉਹਨੇ ਢਿੱਲ ਗਿਆ, ਕਹਿਣ ਦੀ ਵੀਰਾ ਮੈਨੂੰ ਕੋਈ ਸਾਧਨ ਨਹੀਂ ਮਿਲਿਆ, ਮੈਂ ਜ਼ਰੂਰੀ ਜਾਣਾ ਢਿਲਵਾਂ ਵਿੱਚ ਇਸ ਕਰਕੇ ਮੈਨੂੰ ਨਾਲ ਲਈ ਜਾ, ਕਹਿੰਦਾ ਮੈਨੂੰ ਢਿੱਲ ਨਹੀਂ ਜਾਂਦਾ। ਬਿਆਸ ਵਾਲਾ ਦਰਿਆ ਪਾਰ ਕੀਤਾ ਤੇ ਔਰਤ ਰੋਣ ਲੱਗ ਪਈ, ਜਦੋਂ ਬਿਆਸ ਵਾਲਾ ਦਰਿਆ ਪਾਰ ਕੀਤਾ ਅਜੇ ਢਿਲਵਾਂ ਤੋਂ ਪਿੱਛੇ ਰੋਣ ਲੱਗ ਪਈ। ਇੱਕ ਸਕੂਟਰ ਵਾਲਾ ਨੌਜਵਾਨ ਪਿੱਛੇ ਆ ਰਿਹਾ, ਉਹਨੇ ਵੇਖਿਆ ਜਨਾਨੀ ਰੋ ਰਹੀ ਹੈ, ਟਰੈਕਟਰ ਵਾਲਾ ਟਰੈਕਟਰ ਭਜਾਈ ਜਾ ਰਿਹਾ, ਉਹਨੇ ਵਾਜਾਂ ਵੀ ਮਾਰੀਆਂ ਪਰ ਟਰੈਕਟਰ ਦੇ ਸ਼ੋਰ ਵਿੱਚ ਉਹਨੂੰ ਪਤਾ ਨਾ ਚੱਲਿਆ। ਉਹਨੇ ਗਾੜੀ ਹੱਥ ਦਿੱਤਾ ਸਕੂਟਰ ਵਾਲੇ ਨੇ, ਉਹਨੇ ਟਰੈਕਟਰ ਡੱਕ ਦਿੱਤਾ, ਝੜਗਾ ਪਿੱਛੇ ਔਰਤ ਰੋ ਰਹੀ ਹੈ, ਬੀਬੀ ਰੋ ਰਹੀ ਹੈ, ਝੜਗਾ ਉਹਨੇ ਤਾਂ ਢਿੱਲ ਨਹੀਂ ਜਾਣਾ ਰੋਣ ਦਾ ਕਾਰਨ। ਉਹਨੇ ਟਰੈਕਟਰ ਉਹਨੇ ਸਕੂਟਰ ਸਟੈਂਡ ਤੇ ਲਾਇਆ, ਉਹਨੇ ਟਰੈਕਟਰ ਜਿਹੜਾ ਸੀ ਉਹ ਡੱਗਿਆ ਤੇ ਪੁੱਛਦੇ ਭੈਣ ਰੋ ਕਿਉਂ ਰਹੀ ਹੈ, ਕਹਿਣ ਲੱਗੇ ਮੇਰੇ ਕੱਪੜਿਆਂ ਵਿੱਚ ਸੱਪ ਵੜ ਗਿਆ, ਮੇਰੇ ਕੱਪੜਿਆਂ ਵਿੱਚ ਸੱਪ ਵੜ ਗਿਆ। ਕਹਿਣਗੇ ਕੋਈ ਗੱਲ ਨਹੀਂ, ਅਸੀਂ ਵੀ ਧੀਆਂ ਭੈਣਾਂ ਵਾਲੇ ਹਾਂ, ਅਸੀਂ ਆ ਤੱਪੜ ਖਾਲੀ ਹੈਗੇ ਤੇਰੇ ਅੱਗੇ ਤਾਂ ਦਿੰਦੇ। ਉਹ ਆਪਣੇ ਕੱਪੜੇ ਝਾੜ, ਕਹਿੰਦੇ ਜਦੋਂ ਉਹਨੇ ਆਪਣੇ ਕੱਪੜੇ ਝਾੜੇ ਤੇ ਜਿਹੜਾ ਸੱਪ ਸੀ ਉਹ ਸਕੂਟਰ ਵਾਲੇ ਦੇ ਮੱਥੇ ਵਿੱਚ ਜਾ ਕੇ ਵੱਜਿਆ ਤੇ ਵਾਜਿਆ, ਸਾਰੀ ਆਸਾ ਡੱਗ ਮਾਰਿਆ, ਉਹਨੇ ਉੱਥੇ ਪ੍ਰਾਣ ਤਿਆਗ ਦਿੱਤਾ। ਮੌਤ ਕਿਵੇਂ ਹੋਏਗੀ,
ਕਿਉਂਕਿ ਅਖਬਾਰ ਵਿੱਚ ਵੀ ਖਬਰ ਆਈ ਸੀ ਕਿ ਆ ਜਾਨਾ ਕਿ ਮਰੇਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਣਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਕਿਉਂਕਿ ਜਾਣਾ ਸਾਰਿਆਂ ਨੇ ਕਿਹੜੇ ਤਰੀਕੇ ਨਾਲ, ਇਹ ਤੇ ਅਕਾਲ ਪੁਰਖੀ ਜਾਣਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਉਂਕਿ ਇਹ ਪਾਵਨ ਗੁਰਬਾਣੀ ਵਿੱਚ ਥੋੜ੍ਹਾ ਜਿਹਾ ਮੈਂ ਦੋ ਕੁ ਮਿੰਟ ਆਪਦੇ ਸਾਂਝੇ ਕਰਨੇ ਆ, ਕਿਉਂਕਿ ਵੀ ਸਮਾਂ ਬੜਾ ਕਾਫੀ ਹੋ ਗਿਆ, ਕਾਫੀ ਸਮੇਂ ਤੋਂ ਬੈਠੇ ਜੇ, ਜਲ ਪਾਣੀ ਵੀ ਛੱਕਣਾ। ਸਿਕੰਦਰ, ਸਿਕੰਦਰ ਬੜਾ ਮਹਾਨ ਹੋਇਆ, ਇਹਨੂੰ ਕਿਹਾ ਜਾਂਦਾ ਸੀ ਮੈਂ ਤੇ ਇੱਕ ਦੇਵੀ ਦੀ ਆਰਾਧਨਾ ਕਰਦਾ ਹੈ, ਉਹ ਦੇਵੀ ਮੇਰੇ ਤੇ ਪ੍ਰਸੰਨ ਹੋ ਜਾਂਦੀ ਹੈ ਤੇ ਮੇਰੇ ਸਾਰੇ ਕਾਰਜ ਨੂੰ ਦੇਵੀ ਕਰੀ ਜਾਂਦੀ ਹੈ। ਕਹਿੰਦੇ ਦੇਵੀ ਕੌਣ ਹੈ? ਕਹਿੰਦਾ ਉਹ ਦੇਵੀ ਮੇਰੀ ਮਾਂ। ਲੋਕ ਮੰਦਰਾਂ 'ਚ ਜਾਂਦੇ ਹੋਣਗੇ, ਮਸੀਤਾਂ 'ਚ ਜਾਂਦੇ ਹੋਣਗੇ, ਮੈਂ ਸਵੇਰੇ ਉੱਠਦਾ ਤੇ ਆਪਣੀ ਮਾਂ ਦੇ ਚਰਨਾਂ 'ਚ ਸਿਰ ਧਰ ਕੇ ਕਹਿੰਦਾ ਮਾਂ ਮੇਰੀਆਂ ਭੁੱਲਾਂ ਨਾ ਚੁਕਾਈ। ਤੇ ਮੈਂ ਇਹ ਗੱਲ ਕਹਿੰਦਾ ਵੀਰਾਂ ਦਾ ਕਰਦੇ ਹੋਣਗੇ, ਮੰਤਰੀਆਂ ਦਾ ਕਰਦੇ ਹੋਣਗੇ, ਮੈਂ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਦੇ ਨਾਲ ਕਰਦਾ, ਕਿਉਂਕਿ ਮਾਂ ਨਾਲ ਪਿਆਰ ਨਾਲ ਇਸ ਤਰ੍ਹਾਂ ਬਹੁਤ ਹੈ। ਸਾਡੇ ਮਿੱਤਰ ਸਾਰੀ ਹੈ, ਕਿਸੇ ਪਤਨੀ ਹੈ, ਭਰਾ ਵਾ, ਭੈਣ ਹੈ, ਸਰਬੰਧੀ ਹੈ, ਸਾਰੇ ਮਜ਼ਬੂਤੀ ਹੋ ਸਕਦੀ, ਪਰ ਮਾਂ ਆਪਣੇ ਕੋਲ ਕੋਈ ਨਾਰਾ ਨੀਤ ਪੂਤ ਸਰਬੰਧੀ ਸਗਰੇ ਘਰ ਸੋ ਲੱਗਿਆ ਜਾਂਦੀ ਨਿਰੰਤਰ ਨਹੀਂ ਤੋਂ ਨਾ ਕੋ ਸਾਨੂੰ ਸ਼ਾਂਤ ਸੰਭਾਵੀ ਦੁਨੀਆਂ ਨੂੰ ਕੁਛ ਕੇ ਤੁਰਦੇ ਹੋਣਗੇ। ਮੈਂ ਸਭ ਤੋਂ ਪਹਿਲਾਂ ਵੈ ਕਰਦਾ ਤੇ ਆਪਣੀ ਮਾਂ ਦੇ ਨਾਲ, ਤੇ ਮਾਂ ਨੂੰ ਕਹਿੰਦਾ ਕਿ ਮਾਂ ਮੇਰੇ ਸਿਰ ਤੇ ਹੱਥ ਧਰ। ਤੇ ਜਦੋਂ ਮਾਂ ਨੇ ਪਿਆਰ ਨਾਲ ਕਹਿ ਦਿੱਤਾ, ਜਿੱਤ ਮੇਰੀ ਯਕੀਨੀ ਹੋ ਜਾਂਦੀ। ਜਿਹੜਾ ਸਿਕੰਦਰ ਹੈ, ਆਖਿਰਕਾਰ 32 ਸਾਲ ਦੀ ਉਮਰ ਦੇ ਵਿੱਚ ਉਹਦਾ ਦੇਹਾਂਤ ਹੋਇਆ। ਜਦੋਂ ਕਿਉਂਕਿ ਬਿਮਾਰ ਹੋ ਗਿਆ, ਲੁਕਮਾਨ ਵਰਗੇ ਵੈਦ ਨਾਲ ਸੀ, ਉਹਨੂੰ ਕਹਿ ਦਿੱਤਾ ਕਿ ਹੁਣ ਤੈਨੂੰ ਕੋਈ ਬਚਾ ਨਹੀਂ ਸਕਿਆ, ਤੰਗ ਛੱਡਿਆ, ਪਰ ਆਖਿਰ ਸਮੇਂ ਮੇਰੀ ਮਾਂ ਦੇ ਮੈਨੂੰ ਦਰਸ਼ਨ ਕਰਾ ਦੇ। ਕਹਿਣਗੇ ਕਿਉਂਕਿ ਮਾਂ ਤੱਕ ਤੇਰਾ ਸੁਨੇਹਾ ਪਹੁੰਚ ਸਕਦਾ ਹੈ, ਪਰ ਮਾਂ ਤੱਕ ਤੇਰੀ ਕਿਉਂਕਿ ਪਹੁੰਚ ਹੋਣੀ ਇਹ ਮੁਸ਼ਕਲ ਹੈ, ਮਾਂ ਦਾ ਮਿਲਾਪ ਨਹੀਂ ਹੋਏਗਾ। ਪਰ ਮਾਂ ਬਾਰੇ ਗੱਲ ਕਹਿਣੀ ਤੇ ਦੱਸ। ਤੇ ਸਿਕੰਦਰ ਨੇ ਇੱਕ ਗੱਲ ਕਹੀ, ਕਹਿਣਗਾ ਨਹੀਂ ਕਹੋ ਲੋ ਭਾਗਈ, ਇਹਦੇ ਵੈਦ ਕੀਮ ਕੀਮ ਕਰ ਸਕਦੇ ਜੇ ਸਵਾਸ ਹੀ ਮੁੱਕ ਜਾਵੇ। ਤੇ ਸਿਕੰਦਰ ਕਹਿਣਗਾ ਜਦੋਂ ਮੇਰੀ ਅਰਥੀ ਨੂੰ, ਕਿਉਂਕਿ ਚੁੱਕਣਾ ਹੈ ਵੈਦ ਚੁੱਕਣ, ਦੂਜਾ ਬੰਦਾ ਹੱਥ ਨਾ ਲਾਇਓ, ਇਹ ਲੋਕਾਂ ਨੂੰ ਪਤਾ ਚੱਲੇ ਕਿ ਇੰਨਾ ਮਹਾਨ ਸਿਕੰਦਰ ਜਦੋਂ ਉਹ ਵੀ ਗਿਆ ਤੇ ਵੈਦ ਹਕੀਮ ਉਹਨੂੰ ਬਚਾ ਨਹੀਂ ਸਕੇ, ਕਿਉਂਕਿ ਬੇਇਲਾਜੇ ਚਲਾ ਗਿਆ, ਇਲਾਜ ਨਹੀਂ ਕਰ ਸਕੇ। ਕਹਿੰਦੇ ਦੂਸਰੀ ਗੱਲ ਜਿਹਦੀ ਮੇਰੀ ਅਰਥੀ ਜਾਣੀ ਹੈ, ਉੱਥੇ ਹੀਰੇ ਪੰਨੇ ਲਾਲ ਇਹ ਚੀਜ਼ਾਂ ਖਿਲਾਰ ਦਿਓ। ਕਹਿਣ ਲੱਗੇ ਕਿਉਂ? ਕਹਿਣਗੇ ਪਤਾ ਚੱਲ ਜਾਏ ਕਿ ਇੰਨਾ ਮਹਾਨ ਸਿਕੰਦਰ ਸਾਰੀ ਉਮਰ ਸੰਘਰਸ਼ ਕਰਦਾ ਰਿਹਾ ਕਿ ਮੈਂ ਆਪਣਾ ਰਾਜ ਕਾਇਮ ਕਰਾਂ, ਪਰ ਧਨ ਧਰਤੀ ਤੇ ਛੱਡ ਕੇ ਚਲਾ ਗਿਆ। ਤੀਸਰੀ ਗੱਲ, ਕੱਪੜ ਤੋਂ ਹੱਥ ਮੇਰੇ ਬਾਹਰ ਕੱਢਿਓ, ਮੈਂ ਤੇ ਕੋਈ ਸਿੱਖਿਆ ਨਹੀਂ ਲੈ ਸਕਿਆ, ਪਰ ਲੋਕ ਸਿੱਖਿਆ ਲੈ ਲੈਣ। ਇਹਨਾਂ ਹੱਥਾਂ ਦੇ ਨਾਲ ਸਾਰੀ ਉਮਰ ਧਨ ਇਕੱਠਾ ਕਰਦਾ ਰਿਹਾ, ਪਰ ਜਦੋਂ ਸਵਾਸਾਂ ਦੀ ਗੱਲ ਆਈ, ਇਹ ਧਨ ਵੀ ਮੈਨੂੰ ਸਵਾਸ ਨਹੀਂ ਦਵਾ ਸਕੇ। ਦੇਖਿਓ, ਚੀਜ਼ਾਂ ਹਰ ਮੁਲਕ ਖਰੀਦੀਆਂ ਜਾ ਸਕਦੀਆਂ, ਪਰ ਸਵਾਸ ਦੇਣਾ ਰੱਬ ਦਾ ਕੰਮ ਹੈ, ਉਹਦੇ ਵਿੱਚ ਤਿਲ ਜਿੰਨਾ ਵੀ ਵਾਧਾ ਘਾਟਾ ਨਹੀਂ। ਗੜ ਘਰ ਲੈ ਸਭ ਦਿਵਸ ਸਾਸ, ਨਾ ਵਧਣ ਘਟਣ ਤਿਲ ਸਾਰ, ਜੀਵਨ ਲੋੜੈ ਪਰਮਤੈ ਨਾਨਕ ਦੇਉ। ਕੁਵਾਰ ਕੋਈ ਮੂਰਖ ਹੋਏਗਾ ਜਿਹੜਾ ਕਹਿੰਦਾ ਮੈਂ ਸਵਾਸ ਆਪਣੀ ਮਰਜ਼ੀ ਨਾਲ ਲੈ ਰਿਹਾ, ਸਵਾਸ ਦੇਣਾ ਰੱਬ ਦਾ ਕੰਮ ਹੈ, ਨਿਰੰਕਾਰ ਦਾ ਕੰਮ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਵਚਨ ਹੈ, ਜਦੋਂ ਸਵਾਸ ਘੱਟ ਜਾਣ ਬਹਾਨਾ ਕੋਈ ਵੀ ਵੱਢ ਸਕਦਾ।
ਸਵਾਸ ਘੱਟ ਜਾਣ, ਉਹ ਜੋ ਆਇਆ ਬੰਦਾ ਉਹਨੂੰ ਸੰਸਾਰ ਤੋਂ ਜਾਣਾ ਪੈਂਦਾ, ਪਰ ਕਾਰਨ ਕੋਈ ਵੀ ਬਣੇ ਸਾਹਿਬ ਕਹਿੰਦੇ ਕਿਉਂਕਿ ਮੌਤ ਦਾ ਕਾਰਨ ਇੱਕ ਨਹੀਂ। ਪਰ ਇੰਨੀ ਗੱਲ ਯਾਦ ਰੱਖਿਓ, ਬੰਦਾ ਆਉਂਦਾ ਹੈ ਕਿਉਂਕਿ ਜਨਮ ਲੈਂਦਾ ਮਾਂ ਦੀ ਕੁੱਖ ਵਿੱਚੋਂ, ਆਉਣ ਦਾ ਰਾਹ ਇੱਕੋ ਜੇ ਪਰ ਜਾਣ ਦਾ ਰਾਹ ਇੱਕੋ ਨੂੰ ਜਾਣ ਦੇ ਰਾਹ ਜਿਹੜੇ ਲੱਖਾਂ ਹੈ, ਕਿਉਂਕਿ ਜਾਣ ਦਾ ਰਾਹ ਇੱਕ ਨਹੀਂ, ਆਉਣ ਦਾ ਰਾਹ ਇੱਕੋ ਹੀ ਹੈ ਕਿ ਮਾਂ ਦੀ ਕੁੱਖ ਵਿੱਚੋਂ ਜਨਮ ਲਿਆ, ਪਰ ਜਾਣ ਦਾ ਰਾਹ ਇੱਕ ਨਹੀਂ। ਪਤਾ ਨਹੀਂ ਮੌਤ ਕਿਵੇਂ ਹੋਏਗੀ, ਕਿੱਥੇ ਹੋਏਗੀ, ਪਰ ਇੰਨਾ ਜ਼ਰੂਰ ਪਤਾ ਜੋ ਵੀ ਆਇਆ ਉਹਨੂੰ ਸੰਸਾਰ ਤੋਂ ਜਾਣਾ ਪੈਣਾ। ਸਾਹਿਬ ਕਹਿੰਦੇ ਸਜਣਾ ਤੇਰੀ ਹੋਂਦ ਇਸ ਤਰ੍ਹਾਂ ਜਿਵੇਂ ਪਾਣੀ ਦਾ ਬੁਲਬੁਲਾ, ਪਾਣੀ ਵਿੱਚ ਹੀ ਪੈਦਾ ਹੋਇਆ, ਪਾਣੀ ਵਿੱਚ ਹੀ ਸਮਾ ਗਿਆ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਗਰਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਜਗਤ ਦੀ ਰਚਨਾ ਇਸ ਤਰ੍ਹਾਂ ਜਿਵੇਂ ਰੇਤ ਦੀ ਕੰਧ ਹੈ, ਰੇਤ ਦੀ ਕੰਧ ਕੋਈ ਜ਼ਿਆਦਾ ਆਸ ਨਹੀਂ। ਸਾਹਿਬ ਕਹਿੰਦੇ ਸਜਣਾ ਤੇਰੀ ਵੀ ਸੰਸਾਰ ਤੇ ਜ਼ਿਆਦਾ ਕੋਈ ਹੋਂਦ ਨਹੀਂ, ਜਗ ਰਚਨਾ ਸਭ ਝੂਠ ਹੈ, ਜਾਲ ਲਿਓ ਨੀ ਨੀਤ ਕਹਿ ਨਾਨਕ ਚਲ ਨਾ ਰਹਿ ਜੋ ਬਾਲੂ ਕੀ ਪੀਤ। ਬਾਲੂ ਨਾਲ ਰੇਤਾ ਦਾ ਪੀਤ ਨਾਮ ਕੰਧ ਦਾ। ਤੇ ਸਾਹਿਬ ਕਹਿੰਦੇ ਜੋ ਉਪਜੇ ਹੋਜੇ, ਜੋ ਵੀ ਪੈਦਾ ਹੋਇਆ ਸਭਾ ਪਾ ਕੇ ਨਾਸ ਜ਼ਰੂਰ ਹੋਏਗਾ। ਇਕੱਲਾ ਮਨੁੱਖ ਨਹੀਂ, ਸਾਹਿਬ ਕਹਿੰਦੇ ਸੂਰਜ ਵੀ ਨਹੀਂ ਰਹਿਣਾ, ਇਹ ਚੰਦਰਮਾ ਵੀ ਨਹੀਂ ਰਹਿਣਾ, ਇਹ ਧਰਤੀ ਵੀ ਨਹੀਂ ਰਹਿਣੀ। ਜਿਨ ਰਬ ਚੱਲੇ ਨਿਤ ਸਸ ਚੱਲੇ, ਤਾਰਕਾ ਲੱਖ ਬਲੋਏ, ਮਕਾਮ ਕੋਈ ਏਕ ਹੈ ਨਾਨਕਾ ਸੱਚ ਬਗੋਏ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜੱਬਿਓ। ਗੁਰਮੰਤਰ ਰਹੇਗਾ ਪਰਮੇਸ਼ਰ ਦਾ ਨਾਮ, ਜਾਂ ਚੰਗੇ ਕਰਮ ਕਰਨ ਵਾਲਿਆਂ ਦੀਆਂ ਸਦੀ ਵੀ ਯਾਦਾਂ ਰਹਿ ਜਾਂਦੀਆਂ, ਬਾਕੀ ਜੀਵ ਆਉਂਦਾ ਤੇ ਆ ਕੇ ਚਲਿਆ ਜਾਂਦਾ, ਉਹਦੀਆਂ ਯਾਦਾਂ ਵੀ ਖਤਮ ਹੋ ਜਾਂਦੀਆਂ। ਆਇਆ ਗਿਆ ਹੋਇਆ ਨਹੀਂ, ਜੀਵ ਆਇਆ ਤੇ ਸੰਸਾਰ ਤੋਂ ਚਲਾ ਗਿਆ, ਸਹਿਜੇ ਸਹਿਜੇ ਉਹਦਾ ਨਾਮੋ ਨਿਸ਼ਾਨੀ ਬਣ ਜਾਂਦਾ। ਪਰ ਜਿਹੜਾ ਕੋਈ ਚੰਗੇ ਕਰਮ ਕਰਕੇ ਜਾਂਦਾ ਹੈ, ਉਮਰ ਭਾਵੇਂ ਕਿਉਂਕਿ ਵੀਰ ਦੀ ਛੋਟੀ ਸੀ, 10 ਸਾਲ ਕੀ ਚੰਗੀ ਵਧੀਆ, ਕਿਉਂਕਿ ਜ਼ਿੰਦਗੀ ਉਹਨਾਂ ਨੇ ਭੋਗੀ ਹੈ, ਮਾੜੇ ਬੰਦੇ ਦੀ ਸੰਗਤ ਨਹੀਂ ਕੀਤੀ। ਕਿਉਂਕਿ ਅੱਜ ਦਾ ਸਮਾਂ ਐਸਾ ਹੈ, ਆਪਾਂ ਦੇਖਦੇ ਹਾਂ ਵਿਰਲੇ ਹੀ ਆ ਜਿਹੜੇ ਬੱਚੇ, ਕਿਉਂਕਿ ਅੱਜ ਚੰਗਾ ਜੀਵਨ ਲੈ ਕੇ ਸੰਸਾਰ ਦੇ ਵਿੱਚ ਰਹੇ, ਇਹਦੇ ਜ਼ਿਆਦਾਤਰ ਜਿਹੜੇ ਜੀਵਨ ਅੱਜ ਜਿਹੜੇ ਬਰਬਾਦ ਹੁੰਦੇ ਜਾ ਰਹੇ। ਜਿਹੜੀ ਚੰਗੀ ਸੰਗਤ ਹੈ, ਚੰਗਿਆਂ ਦੀ ਸੰਗਤ ਜਿਹੜੀ ਹੈ, ਉਹ ਜੀਵਨ ਮਹਾਨ ਬਣਾ ਦਿੰਦੀ ਹੈ, ਚੰਗਾ ਵਧੀਆ ਜੀਵਨ ਜੁੜ ਕੇ ਗਏ। ਭਾਵੇਂ ਉਮਰ ਥੋੜ੍ਹੀ ਭੋਗੀ ਹੈ, ਪਰ ਯਾਦਾਂ ਬਹੁਤ ਵੱਜੀਆਂ ਉਹਨਾਂ ਨੇ ਛੱਡੀਆਂ, ਕਿਉਂਕਿ ਪਰਿਵਾਰ ਵੀ ਸੰਗਤਾਂ ਕਰਦਾ ਹੈ ਕਿ ਬੱਚਾ ਹੋਣਹਾਰ ਸੀ, ਗਾਇਕ ਸੀ, ਪਿਆਰ ਭਾਵਨਾ ਵਾਲਾ ਸੀ। ਅੱਜ ਆਪਾਂ ਸਾਰੇ ਗਾਣੇ ਦੇ ਅੱਗੇ ਭਾਈ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਜੁੜ ਬੈਠੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਹੈ, ਜੀਵਨ ਵਾਲ ਸਤਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਕਿਉਂਕਿ ਗੁਰਮੁਖ ਤੇਰਾ ਭਾਣਾ ਭਾਵੇ, ਭਾਣਾ ਨਾ ਮੰਨੇ ਬਹੁਤ ਦੁੱਖ ਪਾਵੇ। ਅੱਜ ਅੰਤਮ ਅਰਦਾਸ, ਅੰਤਮ ਅਰਦਾਸ ਤੋਂ ਬਾਅਦ ਕੋਈ ਕਿਰਿਆ ਬਾਕੀ ਨਹੀਂ ਕੇ ਰਹਿ ਜਾਂਦੀ। ਅੰਤਮ ਅਰਦਾਸ ਜਿਹੜੀ ਹੈ ਨਾ, ਇਹ 10ਵੇਂ ਦਿਨ ਕਿਉਂ ਕਰਦੇ ਹਾਂ, ਪਹਿਲਾਂ ਵੀ ਕਰ ਸਕਦੇ ਹਾਂ। ਇਹ 10 ਦਿਨ ਤਾਂ ਦਿੱਤੇ ਸੀ ਕਿ ਜਿਵੇਂ ਵੀ ਪਰਿਵਾਰ ਨਾਲ ਕੋਈ ਸੋਗ ਦੀ ਗੱਲ ਕਰਨੀ ਹੈ ਨਾ, 10 ਦਿਨਾਂ ਤੱਕ ਪਰਿਵਾਰ ਨਾਲ ਸੋਗ ਦੀ ਗੱਲ ਕਰ ਲੈਣ, ਤੇ 10ਵੇਂ ਦਿਨ ਤੋਂ ਬਾਅਦ ਜਦੋਂ ਅੰਤਮ ਅਰਦਾਸ ਹੋ ਗਈ, ਕੋਈ ਸੋਗ ਵਾਲੀ ਗੱਲ ਉਸ ਘਰ ਵਿੱਚ ਨਹੀਂ ਕਰਨੀ। ਪਰ ਸਾਡੇ ਕੀ ਹੈ ਕਿ ਸਾਲ ਤੱਕ ਪਰਿਵਾਰ ਦਾ ਖੇੜਾ ਨਹੀਂ ਛੱਡਿਆ ਜਾਂਦਾ। ਲੋਹੜੀ ਆ ਗਈ, 10 ਬੀਬੀਆਂ ਇਕੱਠੀਆਂ ਹੋਈਆਂ, ਕੌਣ ਆਇਆ ਤੁਹਾਨੂੰ ਦੱਸਣਾ ਹੈ, ਤੁਹਾਡਾ ਚਲਿਆ ਗਿਆ, ਤੁਹਾਨੂੰ ਚੇਤਾ ਤੈਨੂੰ ਭੁੱਲ ਗਿਆ, ਲੋਹੜੀ ਆ ਗਈ ਹੈ। ਇਹੋ ਜਿਹੇ ਕਰਮ ਕਾਂਡ ਕਰਨੇ ਇਸ ਸਿੱਖ ਦਾ ਕਰਮ ਨਹੀਂ। ਪਰ ਸਾਹਿਬਾਂ ਨੇ ਦਿੱਤੇ, ਕਿਉਂਕਿ ਜਦੋਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ, ਸਾਰਾ ਪਰਿਵਾਰ ਇਕੱਠਾ ਕਰਕੇ ਸਾਹਿਬਾਂ ਨੇ ਬੋਲ ਪਿਆ, ਰੋਇਓ ਨਾ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਸਾਹਿਬ ਕਹਿੰਦੇ ਰੋਇਓ ਨਾ।
ਇਹਦੇ ਰੂਹੀ ਨੇ ਤੇ ਕੀ ਕਰੀਏ? ਸ਼ਬਦ ਦੇ ਨਿਰੰਕਾਰ ਦਾ ਨਾਮ ਜਪਣਾ ਤੇ ਨਿਰੰਕਾਰ ਦੇ ਗੁਣ ਗਾਉਣੇ ਤੇ ਰੋਣਾ ਨਹੀਂ ਤੇ ਰੋਣ ਦੇ ਨਾਲ ਕਿਉਂਕਿ ਜਿਹੜੇ ਦੁੱਖ ਹੈ ਇਹ ਵਿਆਪਦੇ ਹੈ, ਸੁੱਖਾਂ ਦੀ ਪ੍ਰਾਪਤੀ ਨਹੀਂ। ਤੇ ਰੋਮਣ ਵਾਲੇ ਜਿਤਰੇ ਸੰਪੰਨੇ ਪੰਡ ਪ੍ਰਾਲ, ਹੁਣ ਵਿਚਾਰ ਕਰਿਓ ਜਵਾਨ ਮੌਤ ਹੋ ਗਈ ਹੈ, ਹੁਣ ਰੋਣ ਵਾਲੇ ਦੀ ਸੀਮਾ ਹੈ, ਕਿੰਨਾ ਰੋ ਸਕਦੇ ਹਾਂ ਆਪਾਂ? 200-400 ਪਰਿਵਾਰ ਨੂੰ ਮਿਲਣ ਵਾਸਤੇ, ਸੋਗ ਕਰਨ ਵਾਸਤੇ ਆਏ ਹਾਂ, ਹੁਣ ਜਿਹੜਾ ਵੀ ਆਵੇ ਆ ਕੇ ਮਾਤਾ ਦੇ ਗਾਲਾਂ ਲੱਗ ਕੇ ਰੋਈ ਜਾਵੇ, ਦੱਸੋ ਕਿੰਨਾ ਚਿਰ ਰੋਏ? ਰੋਣ ਦੇ ਨਾਲ ਅੱਖਾਂ ਦੀ ਰੋਸ਼ਨੀ ਘਟ ਸਕਦੀ ਹੈ ਪਰ ਪ੍ਰਾਪਤੀ ਨਹੀਂ। ਪੂਰਨ ਭਗਤ ਉਹਦਾ, ਕਿਉਂਕਿ ਆਮ ਕਿਸਿਆ ਚੰਨਾ ਕਿ ਮਾਂ ਰੋਂਦੀ ਰਹੀ ਤੇ ਅੱਖਾਂ ਦੀ ਰੋਸ਼ਨੀ ਚਲੇ ਗਈ। ਮਹਾਰਾਣੀ ਜਿੰਦ ਕੌਰ ਰੋਂਦੀ ਰਹੀ ਪੁੱਤਰ ਦੇ ਵਿਛੋੜੇ ਵਿੱਚ ਤੇ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ। ਰੋਣ ਦੇ ਨਾਲ ਸਰੀਰ ਦੀ ਬਰਬਾਦੀ ਹੈ ਪਰ ਪ੍ਰਾਪਤੀ ਕੋਈ ਨਹੀਂ, ਕਿਉਂਕਿ ਇਹ ਐਸਾ ਸਾਡੇ ਸਮਾਜ ਦਾ ਤਰੀਕਾ ਹੀ ਐਸਾ ਹੈ ਕਿ ਜਦੋਂ ਬਾਹਰੋਂ ਕਿਸੇ ਨੇ ਆਉਣਾ ਆਪਣੇ ਕੰਮ ਕਾਰ ਕਰਦਿਆਂ, ਰਿਸ਼ਤੇਦਾਰ ਆਇਆ ਆਪਣਾ ਕੰਮ ਕਾਰ ਕਰਦਾ, ਜਦੋਂ ਘਰ ਦੇ ਕੋਲ ਆਇਆ ਤੇ ਆਉਂਦਿਆਂ ਮਾਂ ਦੇ ਗਲ ਲੱਗ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦੇਣਾ ਤੇ ਉਹਨੂੰ ਵੀ ਰੋਣ ਦਾ ਯਤਨ ਕਰਨਾ, ਦੱਸੋ ਕਿੰਨਾ ਕੁ ਰੋਇਆ ਜਾ ਸਕਦਾ? ਇਹ ਜਿਹੜਾ ਸਰਾਸਰ ਹੈ ਸਾਡੇ ਸਮਾਜ ਵਿੱਚ ਇਹ ਬਹੁਤ ਵੱਡੀ, ਕਿਉਂਕਿ ਇਹ ਕਰਮ ਕਾਂਡ ਹੈ ਕਿ ਜਦੋਂ ਵੀ ਆਉਣਾ ਪਿਆਰ ਨਾਲ ਬਹਿ ਕੇ ਕਹਿਣਾ ਕਿ ਤੁਹਾਡੇ ਇਕੱਲਿਆਂ ਦੇ ਨਾਲ ਨਹੀਂ ਕਿ ਸਾਰਿਆਂ ਦਾ ਏਦਾਂ ਹੀ ਭਾੜੇ ਵਾਪਰ ਹੈ। ਪਿੱਛੇ ਜੇ ਅਖਬਾਰ ਵਿੱਚ ਆਇਆ ਤੇ ਹਸਪਤਾਲ ਦੇ ਵਿੱਚ ਦੋਵੇਂ ਭਰਾ ਐਮਡੀ ਡਾਕਟਰ ਤੇ ਉਹਨਾਂ ਦਾ ਜਲਾਲਾਬਾਦ ਲੱਗ ਕੇ ਐਕਸੀਡੈਂਟ ਹੋ ਗਿਆ, ਦੋਵੇਂ ਥਾਂ ਤੇ ਹੀ ਮਰ ਗਏ ਸੀ। ਲੁਧਿਆਣੇ ਦੇ ਵਿੱਚ ਉਹ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਸੀ ਤੇ ਦੋਵਾਂ ਦਾ ਹੀ ਇੱਕੇ ਥਾਂ ਤੇ ਐਕਸੀਡੈਂਟ ਹੋਇਆ ਤੇ ਦੋਵਾਂ ਦੀ ਮੌਤ ਇੱਕੇ ਜਗ੍ਹਾ ਤੇ ਹੋ ਗਈ, ਕਾਰ ਦੇ ਵਿੱਚ ਸਵਾਰ ਸਨ ਤੇ ਸਪੈਦੇ ਵਿੱਚ ਜਾ ਕੇ ਕਾਰ ਵੱਜੀ, ਹੁਣ ਦੋ ਹੀ ਉਹਨਾਂ ਦੇ ਪੁੱਤਰ ਤੇ ਦੋਵਾਂ ਦੀ ਥਾਂ ਤੇ ਮੌਤ ਹੋ ਗਈ। ਇਹਦੇ ਮਾਂ ਦੇ ਕੋਲੋਂ ਵੀ ਜਦੋਂ ਇਹ ਜਿਹੜਾ ਸੀ ਉਹ ਤੇ ਵਿਛੋੜਾ ਸਿਆ ਲੱਗ ਗਿਆ, ਆਖਰਕਾਰ ਮਾਂ ਨੇ ਵੀ ਦਮ ਤੋੜ ਦਿੱਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਚਲੋ ਸੋਗ ਇਹ ਤੇ ਪਤਾ ਨਹੀਂ ਕਿਹਦੇ ਨਾਲ ਕੀ ਵਾਪਰਨਾ ਹੈ ਤੇ ਨਿਰੰਕਾਰ ਹੀ ਜਾਣਦਾ। ਵੀਰ ਬੁੱਢੋ ਗਏਰੇ ਵਾਪਰੇ ਬਹੁ ਲੋਕਨ ਕੀ ਕਾਨ, ਪੜੋਸੀ ਕੇ ਜੋ ਹੁਆ ਤੂੰ ਆਪਣੇ ਦੀ ਜਾਣ। ਅੱਜ ਗੁਆਂਢੀ ਦਾ ਕੰਮ ਹੋ ਸਕਦਾ ਸਾਡੇ ਨਾਲ ਵੀ ਕੁਝ ਵਾਪਰ ਜਾਵੇ ਪਰ ਭਰੋਸਾ, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਭਾਣਾ ਮੰਨਣ ਦੀ ਜਾਚ ਕੇ ਬਹਿ ਕੇ ਪਰਿਵਾਰ ਨਾਲ ਸੁਣਨ ਦੀ ਗੱਲ ਕਰ ਲੈਣੀ ਹੈ, ਗੱਲ ਲਾ ਕੇ ਰੋਣਾ। ਇਹਨੂੰ ਸਾਹਿਬਾਂ ਨੇ ਕਿਹਾ ਕਿ ਰੋਵਣ ਵਾਲੇ ਜਿੱਤੜੇ ਸਭ ਬੰਨੇ ਪੰਡ ਪਰਾਲ, ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰਾ। ਇਹਦੇ ਸਾਰਾ ਸੰਸਾਰੀ ਝੂਠ ਹੈ। ਭਾਈ ਕਬੀਰ ਸਾਹਿਬ ਨੂੰ ਕਿਹਾ ਗਿਆ ਗੁਆਂਢੀਆਂ ਦੇ ਘਰ ਮੌਤ ਹੋ ਗਈ ਜਾਂ ਸੋਗ ਕਰਕੇ ਆ, ਕਹਿਣਾ ਜਾ ਕੇ ਕਹਾਂ ਕਿ ਮਾਂ ਕਹਿਣ ਕੀ ਕਹਿਣਾ, ਪੁੱਤਰ ਇਹ ਕਹਿਣਾ ਕਿ ਤੁਹਾਡੇ ਨਾਲ ਬੜਾ ਮਾੜਾ ਹੋ ਗਿਆ, ਜਵਾਨ ਪੁੱਤਰ ਮਰ ਗਿਆ। ਕਹਿਣਾ ਮਾਂ ਮਾਰਿਆ ਕਿਵੇਂ ਆ, ਇਹਦੀ ਰੱਬ ਨੇ ਇਹਦਾ ਦੋਸ਼ੀ ਰੱਬ ਨੇ, ਉਹਨੂੰ ਬੇਨਤੀ ਹੈ ਕਿ ਠੀਕ ਆਓ ਜਾਓ। ਪਰ ਪਰਿਵਾਰ ਵਿੱਚ ਕਿਉਂਕਿ ਗੰਨ ਲੱਗ ਕੇ ਰੋਣਾ ਇਹ ਬਹੁਤ ਵੱਡਾ ਪਰਿਵਾਰ ਦਾ ਨੁਕਸਾਨ ਵੀ, ਕਿਉਂਕਿ ਜਿਹੜਾ ਪਰਿਵਾਰ ਨੂੰ ਵਿਛੋੜਾ ਜਿਹੜਾ ਹੈਗਾ ਤੇ ਜਿਹੜਾ ਜਿਹਨੂੰ ਰੋਣਾ ਪੈ ਗਿਆ ਉਹਦਾ ਤੇ ਅੰਦਰ ਹੀ ਰੋ ਰਿਹਾ, ਉਹਨੂੰ ਬਾਹਰੀ ਰੋਣ ਦੀ ਲੋੜ ਨਹੀਂ। ਜਿਹਦੇ ਘਰ ਵਿੱਚ ਭਾਣਾ ਵਾਪਰ ਗਿਆ, ਜਦੋਂ ਵੀ ਕੋਈ ਖੁਸ਼ੀ ਦਾ ਕੰਮ ਆਏਗਾ ਨਾ ਉਸੇ ਵੇਲੇ ਤੇਰਾ ਅੱਖਾਂ ਦੇ ਸਾਹਮਣੇ ਪੁੱਤਰ ਦਾ ਆਏਗਾ। ਇਸ ਵਾਸਤੇ ਜਿੱਥੇ ਅੰਦਰ ਰੋਣਾ ਹੈ ਉੱਥੇ ਬਾਹਰੀ ਰੋਣ ਦਾ ਆਪਾਂ ਜਿਹੜਾ ਨਾ ਇਹ ਕਰਮ ਕਾਂਡ ਨਾ ਕਰੀਏ। ਜਿਹੜਾ ਅੰਦਰ ਰੋ ਰਿਹਾ ਉਹ ਜ਼ਖਮ ਭਰਿਆ ਹੋਵੇ ਤੇ ਉਹਨੂੰ ਥੋੜ੍ਹਾ ਜਿਹਾ ਛੇੜ ਦੇਵੇ ਨਾ ਤਕਲੀਫ ਜ਼ਿਆਦਾ ਬਣ ਜਾਂਦੀ ਹੈ। ਤੇ ਗੁਰੂ ਕਿਰਪਾ ਕਰਨ, ਆਓ ਪਰਿਵਾਰ ਨਾਲ ਹਮਦਰਦੀ ਦੀ ਗੱਲ ਕਰੋ ਪਰ ਗੜ ਲੱਗ ਕੇ ਰੋਣਾ ਇਹ ਸਭ ਤੋਂ ਵੱਡਾ ਗੁਨਾਹ ਹੈ।
ਤੇ ਪਰਿਵਾਰ ਦਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਨੇ। ਆਓ ਤੇ ਪਿਆਰ ਨਾਲ ਬਹਿ ਕੇ ਗੱਲ ਕਰੋ, ਕੋਈ ਨਹੀਂ ਇੱਕ ਨਾਲ ਨਹੀਂ ਇਹ ਸਾਰਿਆਂ ਨਾਲ ਹੀ ਵਾਪਰ ਰਹੀ ਹੈ। ਰੋਜ਼ ਆਪਾਂ ਘਟਨਾਵਾਂ ਟੀ ਵੀ 'ਤੇ ਪੜ੍ਹ ਵੇਖਦੇ ਹਾਂ, ਅਖਬਾਰਾਂ ਵਿੱਚ ਵੇਖਦੇ ਹਾਂ, ਇਹ ਕੋਈ ਇੱਕ ਦੇ ਨਾਲ ਨਹੀਂ ਕਿਉਂਕਿ ਬਹੁਤ ਜ਼ਿਆਦਾ ਹੈ। ਗਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਮਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਕਿਹਾ ਅੱਗ। ਸਤਿਗੁਰ ਕਿਰਪਾ ਕਰਨ, ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖਣ, ਸਤਿਗੁਰ ਭਾਣਾ ਮੰਨਣ ਦਾ ਬਲ ਬਖਸ਼ਣ। ਸਤਿਗੁਰ ਅੱਗੇ ਇਹ ਅਰਦਾਸ ਹੈ, ਇੱਥੇ ਆਪ ਸਾਰੇ ਕਿਉਂਕਿ ਪਤਵੰਤੇ ਸੱਜਣ ਬੈਠੇ ਜੇ ਉੱਥੇ, ਕਿਉਂਕਿ ਮੌਜੂਦਾ ਸਰਕਾਰ ਦੇ ਮੰਤਰੀ ਸਾਹਿਬਾਨ ਵੀ ਆਏ ਹੈ, ਕਿਉਂਕਿ ਪਰਿਵਾਰ ਦੇ ਨਾਲ ਹਮਦਰਦੀ ਕਰਨ, ਇੱਥੇ ਕਿਉਂਕਿ ਪਰਿਵਾਰ ਨਾਲ ਹਮਦਰਦੀ ਕਰਨ ਦਾ ਕੋਈ ਵੱਡੀ ਸ਼ਖਸੀਅਤ ਆ ਜਾਏ ਤਾਂ ਵੀ ਪਰਿਵਾਰ ਦਾ ਥੋੜ੍ਹਾ ਜਿਹਾ ਹੌਸਲਾ ਵੱਧ ਜਾਂਦਾ ਹੈ। ਕਿਉਂਕਿ ਸਾਡੇ ਸਮਾਜ ਵਿੱਚ ਪ੍ਰਵਾਸੀ ਜਿਹੜੇ ਧਾਰਮਿਕ ਆਗੂ ਸੀ, ਜਦੋਂ ਕਿਸੇ ਦੇ ਘਰ ਸੋਗ ਆਉਣਾ ਨਾ, ਉਹਨਾਂ ਜਾ ਕੇ ਕਹਿਣਾ ਕੋਈ ਲੋੜ ਹੋਵੇ ਸਾਨੂੰ ਦੱਸਿਓ, ਅਸੀਂ ਤੁਹਾਡੇ ਨਾਲ। ਮੈਂ ਥੋੜ੍ਹਾ ਜਿਹਾ ਹਵਾਲਾ ਦੇਵਾਂਗਾ ਜਿੱਦਣ, ਕਿਉਂਕਿ ਚੰਬੇ ਦੀ ਰਾਣੀ ਉਹਦੇ ਘਰ ਵਾਲਾ ਦੀਪ ਚੰਦ ਰਾਜਾ ਮਰ ਗਿਆ। ਜਦੋਂ ਰਾਜਾ ਮਰ ਗਿਆ ਨਾ, ਤੇ ਹਰੀ ਜਿਹੜਾ ਸੀ ਹਰੀ ਚੰਦ, ਜਦੋਂ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ, ਇਹਦਾ ਪੁੱਤਰ ਸੀ ਕਿ ਦੀਪ ਸੱਚੇ ਪਾਤਸ਼ਾਹ ਜੇ ਤੁਸੀਂ ਨਾਲ ਗਏ ਤੇ ਅੱਜ ਕਿਉਂਕਿ ਸੋਗ ਦੀ ਘੜੀ ਵਿੱਚ ਸੋਗ ਘੱਟ ਗਿਆ ਜੀ, ਸਤਿਗੁਰ ਸੋ ਘੱਟ ਗਿਆ ਜੇ, ਇਹ ਪਤਾ ਚੱਲਾ ਚੰਗਾ ਚੰਗਾ ਬੰਦਾ ਆ ਕੇ, ਕਿਉਂਕਿ ਹਮਦਰਦੀ ਦੇ ਦੋ ਕਹਿਣਗੇ ਸਤਿਗੁਰ ਜ਼ਮੀਨ ਲੈ ਲਓ, ਇੱਥੇ ਲਗਨ ਵਸਾਓ, ਦਰਸ਼ਨ ਦਾਰ ਕਰਾਂਗੇ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿਣਗੇ ਬੀਬਾ ਤੇਰੀ ਦਿੱਤੀ ਹੋਈ ਜ਼ਮੀਨ ਦੀ ਕਦਰ ਕਰਦੇ ਹਾਂ, ਪਰ ਲਵਾਂਗੇ ਬੁੱਲ ਫਰੀ ਵਿੱਚ ਨਹੀਂ। ਉਹ ਸਤਿਗੁਰ ਨੇ ਉਹ ਜ਼ਮੀਨ ਲਈ, ਮਾਖੋਵਾਲ ਦੀ ਧਰਤੀ ਦੀ ਜ਼ਮੀਨ ਖਰੀਦੀ ਤੇ ਉੱਥੇ ਨਗਰ ਵਸਾਇਆ, ਚੱਕ ਮਾਤਾ ਨਾਨਕੀ, ਜਿਹਨੂੰ ਅੱਜ ਆਪਾਂ ਕਹਿੰਦੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ। ਕਿਉਂਕਿ ਸੋਗ ਜਿਹੜਾ ਹੈ, ਜਦੋਂ ਕੋਈ ਚੰਗਾ ਬੰਦਾ ਆ ਕੇ ਪਿਆਰ ਦੇ ਨਾਲ ਧਾਰਮਿਕ ਲੈਣ ਵਿੱਚ ਹੋ ਜਾਂਦੀ ਹੈ, ਪਰਿਵਾਰ ਦੇ ਕਰੋਗੇ ਜਿਹੜਾ ਕਰੋਗੇ ਵਿਛੋੜਾ ਸਹਿਰਾ ਬਣਾਏ, ਮੈਂ ਤੇ ਬਹੁਤ ਵੱਡਾ ਸਹਿਬਾ ਨੇ ਕਿਹਾ ਗੁਰਮੁਖ ਜਿਹੜਾ ਭਾਣਾ ਪਾਇਆ ਬਲ ਪਛੜਾ ਉਹਨਾਂ ਪੁਰਾਣ ਦੀ ਸਮਾਂ ਵਾਹਿਗੁਰੂ ਜੀ ਦਾ ਸਾਸਾ ਵਾਹਿਗੁਰੂ ਜੀ ਦੀ ਪ੍ਰਵਾਨ ਕੀਤਾ ਗੁਰੂ ਵਿਟੋਂ ਜਦੀਆਂ ਵਰਿਆਈਆਂ ਮਹਿਲ ਨਾਨਕ ਸੋ ਸੰਤੋਸ਼ ਵਲ ਘਰੋਂ ਪਿਆ ਸਾਚਾ ਨਾਮ ਮਿਲਾਇਆ ਦਾਰੋ ਵਾਜੇ ਪੰਜ ਸ਼ਬਦੋ ਜਦ ਘਾਰੋ ਸਭ ਭਾਵੈ ਘਾਰੋ ਸਭ ਭਾਵੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੋਂ ਵਾ ਸੰਗੀਤੇ ਕਾਲ ਕੰਟ ਕਮਾਰਿਆ ਤੋ ਕਰਮ ਪਾ ਤੋ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹ ਸੁਭੋਵਾ ਤਿਤ ਕਰ ਅਨਹਦ ਵਾਜੇ ਅਨੰਦ ਸੁਣ ਹੋਣ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪ੍ਰਿਯ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪ੍ਰੀਤ ਗ੍ਰਹਿ ਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸੁਣ ਤੇ ਪ੍ਰੀਤ ਗ੍ਰਹਿ ਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਵਾਹਿਗੁਰੂ ਕਾ ਖਾਲਸਾ ਸਗਲ ਸਮਗਰੀ ਤੁਮਰੇ ਸੂਤਰ ਤੁਮ ਤੇ ਸੁਹਾਗਿਆਕਾਰੀ
ਉਮਰੀ ਕਤ ਨਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਬਾਨੀ। ਅਰਦਾਸ ਇੱਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇਕ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸਾਂ ਜੀ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਬਦ ਬੁਝਾਏ ਤੇ ਬਹਾਦਰ ਸਿਮਰਿਆ ਘਰ ਨੰਨ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਗਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮਹੀਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲੱਗੇ ਬੋਲੋ ਜੀ ਰਥਨਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿਆਵੈ ਚਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਸ਼ਹਿਰਿਆਏ ਨੇਕ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਿਕਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਕੁੰਡੇ ਗੁਰੂ ਅਟਲ ਧਰਮ ਕਾ ਜੈ ਕਾਲਪੁਰਖ ਆਪਣੇ ਅੰਤ ਦੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਦੇ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਜਗਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਾਣਿਆਂ ਦੇ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਈ ਭੱਲੇ ਆਪਣਾ ਮਨ ਕਾ ਸਦੇ ਉੱਠੀ ਜਾਹੀ ਆਪ ਜੀ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਦੇ ਸਿਰ ਤੇ ਮਿਹਰ ਪਰਿਆਦ ਰੱਖਣਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਕਰਨਾ ਜੀ ਕਿਰਪਾ ਕਰੋ ਇਸ ਪਾਵਨ ਪਵਿੱਤਰ ਇਲਾਕੀ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਕੋ ਚਹੈ ਖੋਜ ਸ਼ਬਦ ਮੈਲੇ ਰਾਜ ਪਰੀ ਕਾ ਖਾਲਸਾ ਆਕੀ ਰਹੇ ਨਾ ਵਾਰ ਹੋਏ ਸਭ ਮਿਲੇਂਗੇ ਬਚੇ ਸ਼ਬਦ ਜੋ ਵਾਰ ਹੋਏ ਸਭ ਮਿਲੇਂਗੇ
ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਨੇ ਪਵੈ ਸੋਧਨ ਜਾਹੀ ਕਰਨਾ ਪੂਚ ਰਹਿਣ ਥਿਰ ਲਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸ੍ਰੀ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਪਿਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਸਤਨਾ ਵਾਹਿਗੁਰੂ ਸਖਦ ਜੀ ਟੋਡੀ ਮਤਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੁਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੁਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਪਰਜ਼ਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਕੋ ਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਪਰਮ ਸਨਮਾਨਯੋਗ ਸਤਸੰਗ ਜੀ ਆਪ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਗੁਰੂ ਚਰਨਾਂ ਵਿੱਚ ਇਕੱਤਰ ਹੋਏ ਹੋ ਆਪਾਂ ਸਭਨਾਂ ਨੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਵਿਸ਼ਵੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ, ਪਰਿਵਾਰ ਨੂੰ ਪਾਣਾ ਮਾਣਨ ਦਾ ਬਲ ਬਖਸ਼ਿਸ਼ ਕਰਨ। ਹੁਣ ਬੇਨਤੀ ਹੈ ਗੁਰਦੁਆਰਾ ਸਾਹਿਬ ਵੱਲੋਂ ਪਰਿਵਾਰ ਨੂੰ ਸੋਹਫਾ ਦਿੱਤਾ ਜਾਏਗਾ। ਸਰਦਾਰ ਭੁਪਿੰਦਰ ਸਿੰਘ ਜੀ ਜੋ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਪਿਤਾ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਕੇ ਗੁਰਦੁਆਰਾ ਸਾਹਿਬ ਵੱਲੋਂ ਸੋਹਫਾ ਪ੍ਰਾਪਤ ਕਰਨ ਦੀ। ਪਰਿਵਾਰ ਵੱਲੋਂ ਬੇਨਤੀ ਹੈ
ਹੈ ਸਭ ਜਨ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।